ਤੁਹਾਡਾ ਸਾਰਿਆਂ ਦਾ ਸਵਾਗਤ ਪੰਜਾਬ ਫੋਕਸ ਦੇ ਵਿੱਚ ਸਟੂਡੀਓਜ਼ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਬਲਕਾਰ ਸਿੰਘ ਜੀ ਜੀ ਆਵਾਰਾ ਪਸ਼ੂ ਉਹ ਸਾਡੇ ਪੰਜਾਬ ਦੇ ਵਿੱਚ ਕੀ ਪੂਰੇ ਭਾਰਤ ਦੇ ਵਿੱਚ ਬਹੁਤ ਨੇ ਸੜਕਾਂ ਦੇ ਉੱਤੇ ਤੁਰੇ ਫਿਰਦੇ ਨੇ ਕਿਤੇ ਟ੍ਰੈਫਿਕ ਜਾਮ ਹੂੰ ਗਊਆਂ ਨੇ ਉਹ ਬੈਠੀਆਂ ਰਹਿਣਗੀਆਂ ਸੜਕਾਂ ਦੇ ਵਿੱਚ ਬੈਠੀਆਂ ਰਹਿਣਗੀਆਂ ਕਈ ਵਾਰ ਐਸੀਆਂ ਘਟਨਾਵਾਂ ਹੁੰਦੀਆਂ ਨੇ ਸਾਣ ਵੀ ਤੁਰੇ ਫਿਰਦੇ ਨੇ ਜੋ ਸਿੰਘ ਮਾਰਦੇ ਨੇ ਕਈਆਂ ਨੂੰ ਕਈਆਂ ਦੀ ਜਾਨ ਵੀ ਚਲੀ ਜਾਂਦੀ ਹੈ ਐਕਸੀਡੈਂਟਸ ਹੁੰਦੇ ਨੇ ਜੀ ਆਵਾਰਾ ਕੁੱਤੇ ਤਾਂ ਸੋ ਇਹ ਜੋ ਹੈ ਨਾ ਇੱਕ ਇਹਨਾਂ ਦੀ ਜਨਸੰਖਿਆ ਵੀ ਵਧਦੀ ਪਈ ਹੈ ਇੱਕ ਤਾਂ ਇਨਸਾਨਾਂ ਦੀ ਜਨਸੰਖਿਆ ਵੱਧਦੀ ਪਈ ਹੈ ਦੂਜੇ ਪਾਸੇ ਪਸ਼ੂਆਂ ਦੀ ਜਨਸੰਖਿਆ ਵੱਧਦੀ ਪਈ ਹੈ ਔਰ ਬਹੁਤ ਜ਼ਿਆਦਾ ਹੋ ਗਏ ਨੇ ਕਈ ਵਾਰ ਅਸੀਂ ਨਿਊਜ਼ ਪੜ੍ਹਦੇ ਹਾਂ ਕਿ ਕੁੱਤਿਆਂ ਨੇ ਨਿੱਕੇ ਨਿੱਕੇ ਬੱਚਿਆਂ ਨੂੰ ਵੱਢਿਆ ਖਾ ਗਏ ਹੂੰ ਇੰਨੀ ਬੁਰੀ ਤਰ੍ਹਾਂ ਪਏ ਉਹਨਾਂ ਨੂੰ ਸੋ ਇਹ ਸਾਰੀਆਂ ਘਟਨਾਵਾਂ ਨੇ ਔਰ ਬਹੁਤ ਜ਼ਿਆਦਾ ਲੋਕ ਦੁਖੀ ਨੇ ਪ੍ਰਸ਼ਾਸਨ ਨੂੰ ਵੀ ਸ਼ਿਕਾਇਤਾਂ ਕੀਤੀਆਂ ਹੁਣ ਪ੍ਰਸ਼ਾਸਨ ਵੀ ਕੀ ਕਰੇ ਪਿੱਛੇ ਜੇ ਇੱਕ ਮੁਹਿੰਮ ਚੱਲੀ ਸੀ ਆਵਾਰਾ ਪਸ਼ੂਆਂ ਨੂੰ ਫੜੋ ਜੀ ਉਹ ਫੜ ਕੇ ਰੱਖਣੇ ਕਿੱਥੇ ਨੇ ਇਹ ਵੀ ਤਾਂ ਦੱਸੋ ਔਰ ਇੱਕ ਲੋਕਾਂ ਨੂੰ ਇਹ ਬੜੀ ਸੋਚ ਹੈ ਕਿ ਜਦੋਂ ਤੱਕ ਕੋਈ ਵੀ ਪਸ਼ੂ ਦੁੱਧਾਰੂ ਹੈਗਾ ਦੁੱਧ ਦਿੰਦਾ ਹੈ ਉਦੋਂ ਤੱਕ ਉਹਨੂੰ ਸਾਹਮਣੇ ਰੱਖਣਗੇ ਜਦੋਂ ਫੰਡਰ ਹੋ ਗਿਆ ਦੁੱਧ ਦੇਣਾ ਉਹਨੇ ਬੰਦ ਕਰ ਦਿੱਤਾ ਉਹ ਸੜਕ ਦੇ ਉੱਤੇ ਛੱਡ ਦੇਣਾ ਮਤਲਬ ਇਨਸਾਨ ਖੁਦਗਰਜ਼ ਹੈ ਜੋ ਤੱਕ ਫਾਇਦਾ ਹੈ ਉਦੋਂ ਤੱਕ ਆਪਣੇ ਕੋਲ ਰੱਖੋ ਜਦੋਂ ਫਾਇਦਾ ਨਹੀਂ ਰਿਹਾ ਛੱਡ ਦਿਓ ਸੜਕਾਂ ਦੇ ਉੱਤੇ ਇਹ ਨਹੀਂ ਸੋਚਣਾ ਉਹਦਾ ਕੀ ਨੁਕਸਾਨ ਹੋਏਗਾ ਲੋਕਾਂ ਨੂੰ ਹਾਂ ਸੰਜੀਵ ਖਾਨਾ ਜੀ ਬਹੁਤ ਵਧੀਆ ਮਸਲਾ ਤੁਸੀਂ ਲਿਆ ਕਿਉਂਕਿ ਇਹ ਜਿਹੜਾ ਮਸਲਾ ਜਾਂ ਇਹ ਜਿਹੜੀ ਸਮੱਸਿਆ ਹੈ ਇਸ ਤੋਂ ਬਹੁਤ ਲੋਕ ਜਿਹੜਾ ਨੁਕਸਾਨ ਉਠਾ ਰਹੇ ਆ ਔਰ ਇਹ ਖਾਸ ਕਰਕੇ ਵਡੇ ਸ਼ਰਾਂ ਚ ਨਜ਼ਰ ਆ ਰਿਹਾ ਸੜਕਾਂ ਤੇ ਤੁਸੀਂ ਜੇ ਕਿਤੇ ਗੱਡੀ ਚਲਾਓ ਐਕਟਵਾ ਸਕੂਟਰ ਤੇ ਜਾਓ ਤੁਹਾਨੂੰ ਲੱਗਦਾ ਉੱਥੇ ਸਾੰਡਵੀਕ ਚੱਲ ਰਿਹਾ ਉੱਥੇ گاਵਾ ਵੀ ਆ ਉੱਥੇ ਮੱਝਾਂ ਵੀ ਤੁਰੀਆਂ ਫਿਰਦੀਆਂ ਔਰ ਬਾਤਾਵਾਰਾ ਪਸ਼ੂ ਚੱਲ ਰਿਹਾ ਹੁਣ ਇੱਕ ਸੂਰ ਉਹਨਾਂ ਦਾ ਨਹੀਂ ਜਿਸ ਤਰ੍ਹਾਂ ਉਹ ਵਿਚਾਰੇ ਬਜ਼ੁਰਗ ਹੋ ਜਾਂਦੇ ਆ ਜਾਂ ਦੁੱਧ ਦਿਨੋਂ ਹਟ ਜਾਂਦੇ ਆ ਫਿਰ ਉਹਨਾਂ ਦੇ ਟਰੱਕਾਂ ਤੇ ਉਹਨਾਂ ਲੋਡ ਕਰਕੇ ਤੇ ਉਹ ਵੇਚਣ ਦੇ ਬਹਾਨੇ ਨਾਲ ਉਹਨਾਂ ਨੂੰ ਲੋਡ ਕਰ ਲਿਆ ਜਾਂਦਾ ਉਹਦੇ ਚ ਬਿਠਾ ਕੇ ਫਿਰ ਉਹਨਾਂ ਨੂੰ ਵੱਡੇ ਟਰੱਕਾਂ ਚ ਲਿਆ ਕੇ ਰਾਤ ਨੂੰ ਟਿੱਕੀ ਰਾਤ ਨੂੰ ਉੱਥੇ ਸੜਕਾਂ ਤੇ ਛੜ ਦਿੱਤਾ ਜਾਂਦਾ ਇਹ ਉਦਾਹਰਣ ਪੰਜਾਬ ਦੇ ਵਿੱਚ ਜਲੰਧਰ ਸ਼ਹਿਰ ਦੀ ਬਹੁਤ ਹੈਗੀ ਆ ਜਿਹਦੇ ਵਿੱਚ ਬਹੁਤ ਜਿਹੜੇ ਵਾਰਾ ਡੰਗਰ ਆ ਪਸ਼ੂ ਆ ਉਹ ਸੜਕਾਂ ਤੇ ਜਾ ਕੇ ਤੁਰੇ ਫਿਰਦੇ ਘੁੰਮਦੇ ਵੇਖੋਗੇ ਔਰ ਲੋਕ ਜਦੋਂ ਕੁੜੀਆਂ ਪੜਨ ਜਾਂਦੀਆਂ ਬੱਚੇ ਸਕੂਲਾਂ ਚ ਜਾਂਦੇ ਆ ਬਜ਼ੁਰਗ ਬਾਜ਼ਾਰਾਂ ਚ ਤੁਰਦੇ ਆ ਉਹਨਾਂ ਨੂੰ ਢੁੱਡਾ ਮਾਰ ਕੇ ਪੁੱਤਰੇ ਸਾਂਣ ਉਹਨਾਂ ਨੂੰ ਛੱਡ ਦਿੰਦੇ ਆ ਇਹ ਤੁਸੀਂ ਵੀਡੀਓ ਵਾਇਰਲ ਹੋਈ ਫੇਸਬੁੱਕ ਤੇ YouTube ਤੇ ਵੇਖ ਸਕਦੇ ਜੀ ਔਰ ਕਈ ਤੇ ਸਿੰਘ ਸਿੰਘ ਮਾਰ ਕੇ ਉਹਨਾਂ ਨੂੰ ਮਾਰ ਵੀ ਦਿੱਤੇ ਆ ਬਜ਼ੁਰਗ ਬਿਲਕੁਲ ਬਿਲਕੁਲ ਔਰ ਇਹ ਨੁਕਸਾਨ ਜੇ ਜਾ ਸਾਰਾ ਜਾਨ ਤੇ ਮਾਲ ਨੂੰ ਹੈਗਾ ਤੇ ਫਿਰ ਹੀ ਦੁਨੀਆ ਨੂੰ ਸਾਰੀ ਨੂੰ ਇੱਕ ਬਹੁਤ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਇਹਦੇ ਵਿੱਚ ਮੇਰਾ ਖਿਆਲ ਹੈ ਇਹ ਜਿਹੜੀ ਛੋਟੀ ਮੋਟੀ ਬੇਨਤੀ ਹੈ ਸਾਡੀਆਂ ਜਿਹੜੀਆਂ ਐਨ ਜੀਓ ਏਜੰਸੀਆਂ ਨੇ ਜਾਂ ਜਿਹੜੀਆਂ ਸਾਡੀਆਂ ਨਗਰ ਨਿਗਮਾਂ ਨੇ ਆ ਜਿਹੜੀਆਂ ਕਾਰਪੋਰੇਸ਼ਨਾਂ ਜਿਲ੍ਹਾ ਪ੍ਰੀਸ਼ਦ ਨੇ ਉਹ ਜਾਂ ਡੀਸੀ ਸਾਹਿਬ ਨੇ ਉੱਥੋਂ ਦੇ ਨੁਮਾਇੰਦੇ ਔਰ ਉਹ ਸੋਚਣਾ ਚਾਹੁੰਦੇ ਵੇਂਦੇ ਆ ਔਰ ਦੇਖੋ ਅਸੀਂ ਤਾਂ ਗਾਂ ਦੀ ਜਿਹ ਸਾਡਾ ਹਿੰਦੁਸਤਾਨ ਜਿਹੜਾ ਗਾਂ ਦੀ ਪੂਜਾ ਕਰਦਾ ਔਰ ਦੂਜੇ ਪਾਸੇ ਅਸੀਂ ਆਵਾਰਾ ਗਾਵਾਂ ਨੂੰ ਬਾਹਰ ਛੱਡ ਦਿੰਦੇ ਆ ਔਰ ਵਿਚਾਰੀਆਂ ਜਦੋਂ ਦੁੱਧ ਨਹੀਂ ਦਿੰਦੀਆਂ ਬਾਹਰ ਚਲੇ ਜਾਂਦੀਆਂ ਔਰ ਉਹ ਸਰਦੀਆਂ 'ਚ ਵੀ ਬਾਹਰ ਪਾਲੇ 'ਚ ਮਰਦੀਆਂ ਪਰ ਇਹਨਾਂ ਨੂੰ ਕੋਈ ਇਦਾਂ ਦਾ ਇਹ ਨਹੀਂ ਹੁੰਦਾ ਕਿ ਮੰਨ ਚੁਕੇ ਵਿਚਾਰੀ ਪਾਲੇ 'ਚ ਨਾ ਮਰਨ ਹਾਂ ਬਿਲਕੁਲ ਕਈ ਤਾਂ ਨੂੰ ਪਾਲਾ ਵੀ ਜ਼ਿਆਦਾ ਲੱਗਦਾ ਬਿਲਕੁਲ ਲੱਗਦਾ ਕਿ ਕਹਿੰਦੇ ਨੇ ਕਿ ਗਊਸ਼ਾਲਾ ਦੇਓ ਹਾਂ ਹੁਣ ਗਊਸ਼ਾਲਾ 'ਚ ਕਿੰਨੀਆਂ ਕ ਰੱਖ ਲੈਣਗੇ ਜ਼ਰੂਰ ਜ਼ਰੂਰ ਆਹ ਸਹੀ ਗੱਲ ਹੈ ਠੀਕ ਹੈ ਨਾ ਉੱਥੇ ਫਿਰ ਖਰਚਾ ਉਹਨਾਂ ਦਾ ਪੱਠੇ ਕੌਣ ਲਿਆਊ ਉਹਨਾਂ ਦੇ ਵਾਸਤੇ ਸੋ ਇਹ ਸਭ ਗੱਲਾਂ ਨੇ ਧਿਆਨ ਦੇਣਾ ਚਾਹੀਦਾ ਪ੍ਰਸ਼ਾਸਨ ਨੂੰ ਵੀ ਔਰ ਲੋਕਾਂ ਨੂੰ ਵੀ ਅਕਲ ਨਾਲ ਕੰਮ ਲੈਣਾ ਚਾਹੀਦਾ ਕਿ ਤੁਸੀਂ ਕਰਦੇ ਕੀ ਪਏ ਹੋ ਇਹ ਸੜਕਾਂ ਦੇ ਉੱਤੇ ਕੋਈ ਛੱਡ ਦਿਓ ਪਸ਼ੂਆਂ ਨੂੰ ਆਵਾਰਾ ਪਸ਼ੂ ਕਿਉਂ ਬਣਾ ਦਿੰਦੇ ਹੋ ਦੇਖੋ ਬਲਕਾਰਜੀ ਸੋਚਨਾ ਇਨਸਾਨ ਦੀ ਇੰਨੀ ਖੁਦਗਰਜ਼ੀ ਭਰੀ ਹੈ ਕਿ ਆਪਣਾ ਫਾਇਦਾ ਦੇਖਣਾ ਇੱਥੋਂ ਤੱਕ ਕਿ ਜੇ ਮਾਪੇ ਨੇ ਬੁੱਢੇ ਹੋ ਗਏ ਨੇ ਬਜ਼ੁਰਗ ਹੋ ਗਏ ਨੇ ਮਾਪੇ ਜੇ ਉਹਨਾਂ ਕੋਲੋਂ ਕੋਈ ਫਾਇਦਾ ਨਹੀਂ ਨਾ ਹੈਗਾ ਉਹਨੂੰ ਵੀ ਬਿਰਧ ਆਸ਼ਰਮ ਛੱਡਾ ਬਿਲਕੁਲ ਬਿਲਕੁਲ ਆ ਮੇਰੇ ਵੀ ਮਨ ਚ ਆ ਰਹੀ ਇਹ ਬਾਤ ਯਤਿਮ ਖਾਨੇ ਆ ਬਹੁਤ ਬਿਰਦਾ ਆਸ਼ਰਮ ਜਿੱਥੇ ਵਿਚਾਰੇ ਬਜ਼ੁਰਗ ਹੈ ਇਹ ਵੀ ਇਹਨਾਂ ਦੀ ਨੌਬਤ ਵੀ ਉਹੀ ਹੈ ਕਿ ਵੀ ਸਮਝ ਲੈ ਬਜ਼ੁਰਗ ਵਾਲੇ ਹੋ ਜਾਂਦੇ ਆ ਜਦੋਂ ਦੁੱਧ ਦਿੰਦੇ ਆ ਉਦੋਂ ਉਹਨਾਂ ਦੀ ਸੇਵਾ ਕਰਦੇ ਆ ਉਦੋਂ ਬਾਲਟੀਆਂ ਦਾ ਦੁੱਧ ਚੋਂਦੇ ਆ ਉਦੋਂ ਆਂਦੇ ਸਾਡੇ ਕੋਲ ਲਵੇਰਾ ਵਾ ਸਾਡੇ ਕੋਲ ਪਛੀਵਾ ਜਦੋਂ ਫੰਡੜ ਹੋ ਜਾਂਦੇ ਤੇ ਘਰੋਂ ਰੱਸੇ ਲਾ ਕੇ ਛੱਡ ਦਿੰਦੇ ਆਵਾਰੇ ਹੁਣ ਤੁਸੀਂ ਜਨੰਦਰ ਤੇ ਵੇਖੋ ਜਾ ਕੇ ਮੈਂ ਖੁਦ ਆਪ ਹੀ ਵੇਖਿਆ ਜਿਸ ਤਰ੍ਹਾਂ ਜਦੋਂ ਅਸੀਂ ਜਾਂਦੇ ਹਨ ਕੁਦਰ ਰੋਡ ਨਕੂਦਰ ਚੌਕ ਵੱਲ ਨੂੰ ਜਾਂਦੇ ਆ ਰਾਹ ਦੇ ਵਿੱਚ ਤੁਹਾਨੂੰ ਬੜੇ ਡੰਗਰ ਮਿਲਣਗੇ ਬਹੁਤ ਬਹੁ ਵੱਡੇ ਸ਼ਾਂਡ ਜਿੱਥੇ ਫੁੱਟਪਾਥ ਉਹਦੇ ਨਾਲ ਲੱਗੇ ਹੋਣਗੇ ਅਵਾਰਾ ਕੁੱਤੇ ਵੀ ਔਰ ਜਿਹੜੇ ਸ਼ਾਂਡ ਆ ਉਹ ਕਹਿੰਦੀ ਢੱਡ ਮਾਰਦੇ ਆ ਭਜਾਉਂਦੇ ਸਾਰਿਆਂ ਨੂੰ ਵੱਡੀਆਂ ਵੱਡੀਆਂ ਮੋਟਰਸਾਈਕਲ ਮੁੱਧੀਆਂ ਕਰ ਦਿੰਦੇ ਇੱਕ ਦਿਨ ਨਕੂਦਰ ਚੌਕ ਦੇ ਅੱਗੇ ਜਾ ਰਹੇ ਸੀ ਉਹ ਸ਼ਾਂਡ ਮਗਰ ਪਜਾਉਂ ਰਹੀ ਸੀ ਉਹਦੇ ਵੱਡੇ ਡੋਣੇ ਜਿਹੜੇ ਹੋਗੇ ਸੀ ਉਹਨਾਂ ਨੇ ਮੁੱਧੇ ਕਰ ਦਿੱਤੇ ਹੁਣ ਦੇਖੋ ਕੀ ਕਰ ਰਿਹਾ ਅਗਲੇ ਦੁੱਧ ਲੱਭਦੇ ਹੋਣਗੇ ਹੁਣ ਸਾਰੇ ਹੱਸਣ ਲੱਗੇ ਉਹ ਕਹਿੰਦੇ ਜਾਂਦਾ ਜੀ ਇਹ ਦੁੱਧ ਤੇ ਮੇਰਾ ਮੇਰਾ ਵਾ ਤੂੰ ਕਿੱਥ ਬਾਕੀ ਲੋਕ ਨਹੀਂ ਕੁਝ ਕਰ ਸਕਦੇ ਇਹ ਚੰਨਗਰ ਨਿਗਮ ਡੀਸੀ ਸਾਹਿਬ ਨੇ ਐਸਐਸਪੀ ਪੁਲਿਸ ਵਾਲੇ ਨੇ ਔਰ ਜਿਹੜੀ ਪ੍ਰਚਨਾਚਨਾ ਜਿਹੜੇ ਪ੍ਰਸ਼ਾਸਨ ਸੰਭਾਲਦੇ ਜਿਨ੍ਹਾਂ ਦੇ ਵਿੱਚ ਹੁਣ ਇਹਦੇ ਵਿੱਚ ਲਾਲਜੀਤ ਜੀ ਜਿਹੜੇ ਮੰਤਰੀ ਨੇ ਇਹਦੇ ਨਾਲ ਪਸ਼ੂ ਪਾਲਣ ਦੇ ਉਹਨਾਂ ਨੂੰ ਖੁਦ ਚਾਹੀਦਾ ਉਹਦੇ ਨਾਲ ਹੁਣ ਇੱਕ ਲੱਗਦੀ ਬਿਮਾਰੀ ਵੀ ਆ ਗਈ ਹੈ ਨੰਪੀ ਸਕਿਨ ਜਿਹਦੇ ਨਾਲ ਦੁੱਧ ਲੈਣਾ ਲੋਕ ਕੱਟ ਗਏ ਉਹ ਕੋਸ਼ੂਦ ਦੀ ਬਿਮਾਰੀ ਹੈ گاਵਾ ਨੂੰ ਹੋ ਰਹੀ ਹੈ ਉਹਦੇ ਵਿੱਚ ਵੀ ਡਾਕਟਰਾਂ ਦੀ ਘਾਟ ਹੈ ਵੈਟਰਨਰੀ ਡਾਕਟਰ ਵੀ ਹੈ ਨਹੀਂ ਔਰ ਉਹਨਾਂ ਨੂੰ ਇਦਾਂ ਛੱਡ ਰਹੇ ਵਿਚਾਰੀਆਂ ਨੂੰ ਹੁਣ ਉਹਦੇ ਸਕਿਨ ਦੀ ਪ੍ਰੋਬਲਮ ਹੈਗੀ ਹੈ ਸਕਿਨ ਜਿਹੜੀ ਇਦਾਂ ਦੀ ਉਹਨਾਂ ਦੀ ਉਖੜ ਜਾਂਦੀ ਹੈ ਉਹਨਾਂ ਨੂੰ ਸੰਭਾਲਣਾ ਬੜਾ ਔਖਾ ਹੁੰਦਾ ਡਾਕਟਰ ਉੱਥੇ ਆ ਰਹੇ ਹੁਣ ਇਹਨਾਂ ਨੇ ਬਣਾਉਂਦੇ ਸੀ ਗਰੁੱਪ ਬਣਾਉਂਦੇ ਡਾਕਟਰਾਂ ਦੇ ਵੈਟਰਨਰੀ ਡਾਕਟਰ ਆ ਗਏ ਉਹਦੇ ਵਿੱਚ ਪਰ ਇਹਨੇ ਡਾਕਟਰ ਨੇ ਜਿੰਨੇ ਉਹਨਾਂ ਨੂੰ ਸੰਭਾਲਣਾ ਮਲੇਰ ਕੋਟਲਾ ਦਾ ਤੁਸੀਂ ਪੜੋ ਜਾ ਕੇ ਅਖਬਾਰਾਂ ਦੇ ਵਿੱਚ ਕਿੰਨੇ ਲੋਕ ਉੱਥੇ ਜਿਹੜੇ ਤੰਗ ਹੋ ਗਏ ਔਰ ਕਿੰਨੇ ਪਸ਼ੂ ਮਰ ਗਏ ਅਲੰਪੀ ਸਕਿਨ ਡਿਜ਼ੀਜ਼ ਨਾਲ ਪੰਜਾਬ ਚ ਇਸ ਵੇਲੇ ਫੈਲੀ ਹੈ ਪਰ ਇਹ ਨਹੀਂ ਪਤਾ ਲੱਗਦਾ ਕਿ ਪਹਿਲਾਂ ਜਦੋਂ ਮੂੰਹ ਖੁਰਦੀ ਬਿਮਾਰੀ ਜਿਸ ਦੇ ਨਾਲ ਤੇ ਖੁਰ ਜਿਹੜੇ ਖਰਾਬ ਹੋ ਜਾਂਦੇ ਸੀ ਉਦੋਂ ਲੋਕਾਂ ਨੂੰ ਪਹਿਲਾਂ ਪਤਾ ਹੁੰਦਾ ਵੀ ਟੀਕੇ ਲੱਗਦੇ ਸੀ ਜਦੋਂ ਪਿੰਡਾਂ 'ਚ ਜਾ ਕੇ ਡਾਕਟਰ ਆਉਂਦੇ ਸੀ ਉਹਨਾਂ ਨੂੰ ਰੌਲਾ ਪਾ ਦਿੱਤਾ ਜਾਂਦਾ ਹੈਗਾ ਸੂਚਨਾ ਦੇ ਦਿੱਤੀ ਜਾਂਦੀ ਵੀ ਆਪਣੇ ਡੰਗਰਾਂ ਨੂੰ ਲੈ ਆਓ ਤੇ ਤੁਹਾਡੇ ਮੂੰਹ ਖੁਰਦੀ ਬਿਮਾਰੀ ਆ ਗਿਆ ਇਹ ਆਉਂਦੀ ਪਤਾ ਕਿ ਨਾ ਬਰਸਾਤਾਂ ਦੇ ਮੌਸਮਾਂ 'ਚ ਉਹ ਜਿਹੜੇ ਖੋਰਾ ਗਲ ਜਾਂਦੇ ਸੀ ਪਰ ਪੱਠੇ ਵੀ ਜਦੋਂ ਗਿੱਲੇ ਲੋਕਾਂ ਨੂੰ ਇਹਨਾਂ ਨੂੰ ਲੋਕ ਲੈ ਕੇ ਜਾਂਦੇ ਸੀ ਪਿਛਤਾਂ ਲਈ ਪਰ ਹੁਣ ਜਿਹੜੀ ਆ ਬੜੀ ਵੱਡੀ ਆਫਤ ਹੈ ਐਸ ਤਰ੍ਹਾਂ ਕੋ ਕਿੰਨਾਂ ਨਾਲ ਬਿਮਾਰੀਆਂ ਵੀ ਫੈਲਣਗੇ ਬਿਮਾਰੀ ਤੇ ਫੈਲ ਚੁੱਕੀ ਆ ਦੂਜਾ ਨੰਬਰ ਹੈਗਾ ਕਿ ਹਾਦਸੇ ਹੋ ਰਹੇ ਆ ਤੁਹਾਡੇ ਮੋਟਰਸਾਈਕਲ ਗੱਡੀਆਂ ਬੱਸਾਂ ਉਲਟ ਜਾਂਦੀਆਂ ਤੁਸੀਂ ਇਹਨੂੰ ਬਚਾਉਂਦੇ ਪਚਾਉਂਦੇ ਨਾ ਗਾਂ ਨੂੰ ਜਾਂ ਤੁਸੀਂ ਸਾਂਣ ਨੂੰ ਉਹਨਾਂ ਬਚਾਉਂਦੇ ਬਚਾਉਂਦੇ ਤੁਹਾਡੀ ਗੱਡੀ ਜਿਹੜੀ ਉਹ ਡੋਲ ਜਾਂਦੀ ਹੈ ਜਦੋਂ ਬ੍ਰੇਕ ਮਾਰੋਗੇ ਵਿੱਚੋਂ ਗੱਡੀ ਲੋਡਡ ਹੈ ਬੱਸਾਂ ਕਈ ਉਲਟੀਆਂ ਪਰ ਇਹ ਖਾਸ ਕਰਕੇ ਇਹਦੇ ਵੱਲ ਕਿਸੇ ਦਾ ਧਿਆਨ ਨਹੀਂ ਬਿਲਕੁਲ ਸਹੀ ਗੱਲ ਆ ਨਾ ਤਾਂ ਮੌਕੇ ਦੀ ਜਿਹੜੀ ਆ ਹਕੂਮਤ ਆ ਜਿਹੜੀ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਨੇ ਧਿਆਨ ਦੇਣਾ ਚਾਹੀਦਾ ਉਹ ਇੱਕ ਪਿੰਡ ਨੂੰ ਬਿਲੋਂਗ ਕਰਦੇ ਆ ਉਹਨਾਂ ਨੂੰ ਪਤਾ ਕਿ ਇੱਕ ਮੰ ਔਰ ਸਾਡ ਨੂੰ ਪਤਾ ਕਿ মিডিਆ ਇਸ ਵੇਲੇ ਜ਼ੋਰ ਲਾ ਰਿਹਾ ਹੈ মিডিਆ ਚਾਹੁੰਦਾ ਕਿ ਇਹਨਾਂ ਦੇ ਕੰਨਾਂ ਤੱਕ ਗੱਲ ਚਲੇ ਜੇ ਤੇ ਇਹ ਦੱਸਣ ਲੋਕਾਂ ਨੂੰ ਵੀ ਤੁਸੀਂ ਆ ਵੀ ਕਰੋ ਕਿ ਜਿਹੜੀਆਂ ਵੈਲਫੇਅਰ ਕਮੇਟੀਆਂ ਨੇ ਜਿਹੜੀਆਂ ਸ਼ਹਿਰਾਂ ਦੇ ਵਿੱਚ ਉਹ ਵੀ ਥੋੜਾ ਬਹੁਤ ਇਹਦੇ ਪਿੱਛੇ ਲੱਗਣ ਔਰ ਨਗਰ ਨਿਗਮ ਲੱਗੇ ਹੈ ਨਾ ਉਹਦੇ ਵਿੱਚ ਮੇਅਰ ਸਾਹਿਬ ਬੈਠੇ ਨੇ ਆਪਣੇ ਹੈ ਨਾ ਜਗਦੀਸ਼ ਮੇਅਰ ਜੀ ਉਹ ਬੈਠੇ ਨੇ ਬੈਠੇ ਨੇ ਉਹਨਾਂ ਤੋਂ ਬਾਅਦ ਡਿਪਟੀ ਮੇਅਰ ਆ ਇਹਨਾਂ ਸਾਰਿਆਂ ਨੇ ਮੀਟਿੰਗ ਲੈਣੀ ਚਾਹੀਦੀ ਇਹ ਕਰਨਾ ਚਾਹੀਦਾ ਹੈ ਫੈਸਲਾ ਕਿ ਪਸ਼ੂਆਂ ਨੂੰ ਕਰਨਾ ਕੀ ਹੈ ਇਹਨਾਂ ਦਾ ਬਿਲਕੁਲ ਬਿਲਕੁਲ ਕਿਉਂਕਿ ਇਹਨੂੰ ਕਿੱਥੇ ਤਾਂ ਸਾਹਮਣਾ ਪਾਊਗਾ ਨਾ ਇਹਦਾ ਕਰਨਾ ਕੀ ਹੈ ਕਿੱਥੇ ਸਾਹਮਣਾ ਇਹ ਤਾਂ ਹੈ ਨਹੀਂ ਕਿ ਇਹਨਾਂ ਨੂੰ ਸਲਟਰ ਹਾਊਸ ਭੇਜ ਦਿਓ ਜੀ ਇਹਨਾਂ ਦਾ ਵੱਢ ਕੱਟ ਕੇ ਇਹਨਾਂ ਦਾ ਮੀਟ ਸਪਲਾਈ ਕਰ ਦਿਓ ਇਹ ਤਾਂ ਕੋਈ ਨਹੀਂ ਤਾਂ ਸਹੀ ਸੋਚ ਕਾਨੂੰਨੀ ਗੱਲ ਹੈ ਹੀ ਨਹੀਂ ਨਾ ਠੀਕ ਹੈ ਨਾ ਇਹ ਤਾਂ ਕਾਨੂੰਨੀ ਅਸੀਂ ਜਾਣਦੇ ਵੀ ਆ ਕਿ بڑے ਬੁੱਚੜਖਾਨੇ ਚੱਲਦੇ ਪੈਨੇ ਭਾਰਤ ਦੇ ਵਿੱਚ ਹਾਂ ਕਈ ਉਹਨਾਂ ਦੇ ਖਿਲਾਫ ਵੀ ਗੱਲਾਂ ਹੁੰਦੀਆਂ ਨੇ ਰੋਜ਼ ਨਵੇਂ ਕਾਨੂੰਨ ਵੀ ਬਣਦੇ ਨੇ ਪਰ ਫਿਰ ਵੀ ਚੱਲਦੇ ਪੈਨੇ ਕਿਉਂਕਿ ਉੱਥੇ ਵੀ ਜਿੱਦਾਂ ਆਪਾਂ ਕਹੀਏ ਕਿ ਵੱਡੇ ਵੱਡੇ ਲੋਕ ਇਨਵੋਲਵ ਨੇ ਹਾਂ ਜਿਹੜੇ ਅਸਲ ਰਸੂਖ ਵਾਲੇ ਨੇ ਜਿਨ੍ਹਾਂ ਦੀ ਬਹੁਤ ਉੱਤੇ ਤੱਕ ਪਹੁੰ ਉਹਨਾਂ ਨੂੰ ਪ੍ਰੋਫਿਟ ਹੈ ਹਾਂ ਉਹ ਕਿਉਂ ਬੰਦ ਕਰਨਗੇ ਚਲੋ ਇੱਕ ਥਾਂ ਦੇ ਉੱਤੇ ਅਸੀਂ ਦੇਖਦੇ ਆਂ ਵਿਦੇਸ਼ਾਂ ਵਿੱਚ ਤੇ ਵਿਕਦਾ ਹੀ ਹੈ ਉੱਥੇ ਤੇ ਉੱਥੇ ਤੇ ਸਲਟਰ ਹੁੰਦੇ ਇੰਗਰੇਜ਼ ਤਾਂ ਖਾਂਦੇ ਸਲਟਰ ਹਾਊਸ ਹੈਗੇ ਨੇ ਪਰ ਇੱਕ ਪਰੰਪਰਾ ਹੈ ਚਲੋ ਉਹ ਵੀ ਪਾਲਣ ਦੀ ਹੈ ਉਹ ਆਪਣਾ ਕਲਚਰ ਉਹਨਾਂ ਦੀ ਆਪਣੀ ਰਹਿਣੀ ਬਹਿਣੀ ਉਹਨਾਂ ਚ ਤਾਂ ਉਹ ਕਈ ਗੱਲਾਂ ਹੈਗੇ ਜਿਹੜੀਆਂ ਆਪਾਂ ਅਡਾਪਟ ਨਹੀਂ ਕੀਤੇ ਤਾਂ ਨਾ ਕਰਾਂਗੇ ਕਿਉਂਕਿ ਸਾਡਾ ਸਦੀਆਂ ਦਾ ਪੁਰਾਣਾ ਇਤਿਹਾਸ ਹੈ ਪਰੰਪਰਾ ਹੈ ਇੱਕ ਇਤਿਹਾਸ ਹੈ ਔਰ ਕਈ ਭਾਵਨਾਵਾਂ ਜੁੜੀਆਂ ਹੋਈਆਂ ਨੇ ਠੀਕ ਹੈ ਪਰ ਇਹਦਾ ਕੋਈ ਨਾ ਕੋਈ ਇਹਨਾਂ ਨੂੰ ਇਹਦਾ ਹੱਲ ਤਲਬਣਾ ਚਾਹੀਦਾ ਇਹਨਾਂ ਨੂੰ ਚਾਹੀਦਾ ਤਾਂ ਹੈਗਾ ਇਹ ਨਹੀਂ ਕਿ ਕੋਈ ਬੰਦਾ ਕਮਾਉਂਦਾ ਨਹੀਂਗਾ ਜਾਂ ਬਜ਼ੁਰਗ ਹੈਗਾ ਤੁਹਾਨੂੰ ਬਾਹਰੋਂ ਦਰਵਾਜ਼ਾ ਬੰਦ ਕਰਕੇ ਬਾਹਰ ਕੱਢ ਦੇਣਗੇ ਇਹ ਹਾਲਤ ਨਹੀਂ ਹੋਣੀ ਚਾਹੀਦੀ ਫਿਰ ਬੰਦੇ ਵੀ ਕੱਢ ਦੇਣਗੇ ਜੀ ਇਹ ਵੀ ਤੇ ਬੰਦੇ ਵਰਗੇ ਇਹ ਵੀ ਜਾਨ ਇਹਨਾਂ ਦੇ ਅੰਦਰ ਇਹ ਵੀ ਬੋਲ ਨਹੀਂ ਸਕਦੇ ਪਰ ਇਹਨਾਂ ਦੇ ਅੰਦਰ ਦੁੱਖ ਤਾਂ ਹੈਗਾ ਨਾ ਉਹ ਦੁੱਖ ਇਸੇ ਜ਼ਾਰ ਕਰਨਗੇ ਔਰ ਇਹ ਬੜੀ ਗੁੱਸੇ ਵਾਲੀ ਗੱਲ ਨਹੀਂ ਹੈ ਨਿਮਰਤਾ ਨਾਲ ਅਸੀਂ ਕਹਿ ਰਹੇ ਹਾਂ ਕਿ ਇਸ ਗੱਲ ਨੂੰ ਸਮਝਣਾ ਚਾਹੀਦਾ ਜਿਹੜੇ ਵੀ ਲੋਕ ਇਕੱਠੇ ਹੁੰਦੇ ਨੇ ਜਿਨ੍ਹਾਂ ਕੋਲ ਪੈਸਾ ਹੈਗਾ ਵਾ ਜਿਹੜੇ ਐਨਜੀਓ ਏਜੰਸੀਆਂ ਨੇ ਦਾਨ ਜਿਹੜੇ ਵੈਲਫੇਅਰ ਕਰਦੇ ਆ ਜਿਹੜੇ ਸੇਵਾਦਾਰ ਨੇ ਲੋਕ ਕੰਮ ਕਰਨਾ ਚਾਹੁੰਦੇ ਆ ਉਹ ਮਹੱਲਿਆਂ ਚ ਇਕੱਠੇ ਹੋ ਕੇ ਆਪਣਾ ਕੰਮ ਕਰ ਤੇ ਸਰਕਾਰ ਨੂੰ ਵੀ ਅੱਗੇ ਲਾਉਣ ਇਹ ਗੱਲ ਇਹਦਾ ਹੱਲ ਤੇ ਇਹੀ ਹੋਊਗਾ ਕਿਸੇ ਵਕਤ ਅਸੀਂ ਪਸ਼ੂਆਂ ਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਵਾਂਗ ਰੱਖਦੇ ਸੀ ਉਹ ਰੱਜ ਵੀ ਕਈ ਪਰਿਵਾਰਾਂ ਚ ਰੱਖਿਆ ਜਾਂਦਾ ਹੈ ਉਹਨਾਂ ਦੇ ਨਾਂ ਵੀ ਰੱਖੇ ਜਾਂਦੇ ਨੇ ਹਾਂ گاਵਾ ਮੱਜਾਂ ਦੇ ਨਾਂ ਵੀ ਰੱਖਦੇ ਆ ਬਲਦਾਂ ਦੇ ਨਾਮ ਵੀ ਰੱਖੇ ਜਾਂਦੇ ਸੀ ਕਿਸੇ ਟਾਈਮ ਇਹ ਸਭ ਸੀ ਕਿ ਫੈਮਿਲੀ ਵਾਂਗ ਕਰਖਦੇ ਸੀ ਅੱਜ ਜ਼ਰੂਰਤਾਂ ਬਦਲ ਗਈਆਂ ਨੇ ਜ਼ਰੂਰਤਾਂ ਦੇ ਮਤਲਬ ਨਾਲ ਇਨਸਾਨ ਵੀ ਬਦਲ ਗਿਆ ਤੇ ਇਨਸਾਨ ਜੇ ਬਦਲ ਗਿਆ ਤੇ ਕਮ ਸੇ ਕਮ ਇਹਨਾਂ ਤੇ ਉਹਨੂੰ ਰਹਿਮ ਕਰਨਾ ਚਾਹੀਦਾ ਹੈ ਕਿ ਇੱਕ ਬਾਕੀ ਲੋਕਾਂ ਦੀ ਜ਼ਿੰਦਗੀ ਦੇ ਵਾਸਤੇ ਖਤਰਾ ਨਾ ਬਣਨ ਇੱਕ ਐਦਾਂ ਦੀ ਸਟ੍ਰੈਟਜੀ ਕੋਈ ਐਦਾਂ ਦੀ ਪਲਾਨ ਤਿਆਰ ਕਰੋ ਕਿ ਇਹਨਾਂ ਆਵਾਰਾ ਪਸ਼ੂਆਂ ਦਾ ਕੀ ਕੀਤਾ ਜਾਏ ਤਾਂ ਕਿ ਲੋਕਾਂ ਦੀ ਜ਼ਿੰਦਗੀ ਸੇਫ ਰਹੇ ਪਰ ਇੱਕ ਗੱਲ ਹੈਗੀ ਹੈ ਮੈਂ ਇੱਥੇ ਗੱਲ ਕਰ ਰਿਹਾ ਤੁਸ ਗੱਲ ਵਧੀ ਕੀਤੀ ਜਿੱਦਾਂ ਜੇ ਪਰੰਪਰਾ ਬਦਲ ਗਈ ਸਾਰਾ ਕੁਝ ਬਦਲ ਗਿਆ ਉਹ ਜੇ ਮਸ਼ੀਨਰੀ ਆ ਗਈ ਤੇ ਇਹ ਥੋੜਾ ਇਹਨਾਂ ਨੂੰ ਭਜਾ ਦੋਗੇ ਜੇ ਤੁਸੀਂ ਜ਼ਮੀਨਾਂ ਘਟ ਗਈਆਂ ਥੋੜੀ ਜਿਹੀ ਜ਼ਮੀਨਾਂ ਕੀ ਕਿ ਉੱਥੇ ਹਲ ਨਹੀਂ ਵਗ ਸਕਦਾ ਜਦੋਂ ਅੱਗੇ ਹਲ ਵਾਹਦੇ ਸੀਗੇ ਇੱਕ ਕਿੱਲਾ ਤਾਂ ਕ ਢੱਗੇਵਾ ਲੈਂਦੇ ਸੀ ਦੋਵੇਂ ਹਨਾ ਦੋ ਵੈੜ ਕੇ ਜਿਹੜੇ ਹੁੰਦੇ ਸੀ ਨਗੌਰੀ ਬਲਦ ਹੁੰਦੇ ਸੀ ਇੱਥੇ ਨਗੌਰ ਤੋਂ ਜਿਹੜੇ ਬੀਕਾ ਨਹਿਰ ਤੋਂ ਤੋਂ ਆਉਂਦੇ ਸੀਗੇ ਔਰ ਇਹਨਾਂ ਦੌੜਦੇ ਸੀ ਇੰਨੀ ਪਾਵਰ ਸੀ ਉਹਨਾਂ ਚ ਹਾਊਸ ਪਾਵਰ ਇਹਨਾਂ ਤੋਂ ਗਿਣੀ ਗਈ ਹੈ ਬੱਚਿਆਂ ਤੋਂ ਤੇ ਇਹਨਾਂ ਤੋਂ ਹਾ ਘੋੜਿਆਂ ਤੋਂ ਇਹਨਾਂ ਤੋਂ ਕਿਉਂਕਿ ਪਾਵਰ ਹੁੰਦੀ ਐ ਨਾ ਚ ਉਹਨਾਂ ਨੂੰ ਚਾਹੀਦਾ ਹੈਗਾ ਕਿ ਜੇ ਇਹਨਾਂ ਟਰੈਕਟਰ ਦਾ ਤਾਂ ਪੈਸਾ ਅਸੀਂ ਖਰਚ ਕਰ ਰਹੇ ਆਂ ਤੇ ਕਰਜ਼ਾਈ ਹੁੰਨੇ ਆ ਫਿਰ ਸੀਓ ਸ਼ੈਡ ਹੋ ਰਿਆ ਆਤਮਕਾਤ ਹੋ ਰਿਆ ਲੋਕ ਮਰ ਰਹੇ ਹੈ ਨਾ ਪਰ ਇਹ ਨਹੀਂ ਚਾਹੁੰਦੇ ਕਿ ਅਸੀਂ ਫਿਰ ਉੱਥੇ ਆ ਜਾਈਏ ਜਿਹਦੇ ਕੋਲ ਤਿੰਨ ਏਕੜ ਜ਼ਮੀਨ ਆ ਉਹ ਸੀਓ ਸ਼ੈਡ ਤੇ ਕਰਨ ਜਾਂਦਾ ਵਾ ਕਿਉਂ ਨਹੀਂ ਉਹ ਢੱਗਿਆਂ ਨੂੰ ਦਪਾਲ ਕੇ ਤੇ ਉਸੇ ਤਰ੍ਹਾਂ ਗੱਡਾ ਵਾ ਨਾਲ ਚਲਾਵੇ ਉਹਦੇ ਵਿੱਚ ਵੇਢੀ ਪੱਠੇ ਉਹਦੇ ਨਾਲ ਕੋਤਰੇ ਡੰਗਰਾਂ ਨਾਲ ਹੈ ਨਾ ਕੋਲੂ ਉਹਦੇ ਤੇ ਚੱਲਦੇ ਸੀ ਸਾਰਾ ਕੁਝ ਫਿਰ ਉੱਥੇ ਆਉਣ ਜੋ ਕਿਉਂਕਿ ਇਹ ਨਹੀਂ ਹੈਗਾ ਕਿ ਜੇ ਅਸੀਂ ਚੱਕੀਆਂ ਛੱਡ ਦਿੱਤੀਆਂ ਜਾਂ ਚਰਕੇ ਛੱਡ ਅਮੀਰ ਤਾਂ ਤਾਂ ਹੁੰਦਾ ਬੰਦਾ ਜੇ ਕਮਾਈ ਚੰਗੀ ਹੈ ਕੋਈ ਪੈਸੇ ਚਾ ਰਹਿ ਗਿਆ ਜਿਸ ਕੋ ਬਲਦ ਹੈ ਗਿਆ ਜਾਂ ਉਸ ਕੋ ਦੰਦਗੋਰੀ ਬਲਦ ਉਹਨੇ ਆਪ ਪਾਲਿਆ ਘੋੜੀਆਂ ਹੈ ਗਈਆਂ ਘੋੜੀਆਂ ਅਸਲ ਇਹਨੀਆਂ ਮਹਿੰਗੀਆਂ ਹੁਣ ਘੋੜੀ ਦਾ ਕੋਈ ਛੜਦਾ ਨਹੀਂ ਤੁਸੀਂ ਘੋੜੀ ਕਦੀ ਵੇਖੀ ਕੋਈ ਤੇਰੇ ਫਾਇਦੇ ਇਹਨਾਂ ਨੂੰ ਛੱਡ ਦਿੰਦੇ ਤੇ ਘੋੜੀ ਉਹ ਤੇ ਫਟ ਫਣ ਗਏ ਜੀ ਚਲੋ ਹੁਣ ਆਪ ਅੱਗੇ ਵਧਦੇ ਆ ਜਰੂਰ ਜਰੂਰ ਇੱਕ ਵਿਧਾਇਕ ਇੱਕ ਪੈਨਸ਼ਨ ਜੀ ਜੀ ਰਾਜਪਾਲ ਸਾਹਿਬ ਵੱਲੋਂ ਮਨਜ਼ੂਰੀ ਮਿਲ ਗਈ ਹੈ ਤੇ ਸੀਐਮ ਭਗਵੰਤ ਮਾਨ ਸਾਹਿਬ ਨੇ ਵਧਾਈ ਦੇ ਰਹੇ ਨੇ ਇਹਦੇ ਨਾਲ ਸਰਕਾਰ ਦਾ ਜਿਹੜਾ ਖਰਚਾ ਘਟੇਗਾ ਕੀ ਉਹਨਾਂ ਨੇ ਲੋਕਾਂ ਦਾ ਪੈਸਾ ਬਚੇਗਾ ਜਿਹੜਾ ਟੈਕਸ ਮਨੀ ਹੈ ਉਹ ਹੋਰ ਕਮਾਂ ਦੇ ਉੱਤੇ ਖਰਚ ਹੋਏਗਾ ਤੇ ਫਾਈਨਲੀ ਇੱਕ ਵਿਧਾਇਕ ਇੱਕ ਪੈਨਸ਼ਨ ਇਹ ਵਾਲਾ ਰੂਲ ਲੱਗ ਹੋ ਗਿਆ ਆ ਇਹ ਕੁਝ ਤੇ ਪਹਿਲਾਂ ਜਦੋਂ ਜਿਹੜੇ ਫਾਈਨਾਂਸ ਮਿਨਿਸਟਰ ਨੇ ਹਰਪਾਲ ਚੀਮਾ ਜੀ ਉਹਨਾਂ ਨੇ ਮੁੱਦਾ ਠਾਇਆ ਸੀਗਾ ਕਿ ਇੱਕ ਵਿਧਾਇਕ ਇੱਕ ਪੈਨਸ਼ਨ ਚਾਹੀਦੀ ਹੈ ਪਰ ਉਹਨਾਂ ਨੇ ਕਾੜੀ-ਕਾੜੀ ਜਿਹੜਾ ਕੇਸ ਬਣਾ ਕੇ ਤੇ ਉਦਾਂ ਹੀ ਲਾਗੂ ਕਰਕੇ ਲਾਗੂ ਕਰਨ ਦੇ ਲਈ ਨੋਟੀਫਿਕੇਸ਼ਨੇ ਭੇਜ ਦਿੱਤਾ ਪਰ ਬਨਾਚੀ ਦਾਸ ਪ੍ਰੋਹਜ ਜੀ ਨੇ ਉਹ ਵਾਪਸ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਪਹਿਲਾਂ ਪ੍ਰਸਤਾਵ ਪਾਸ ਹੋਣਾ ਚਾਹੀਦਾ ਸਾਈਨ ਹੋਣੇ ਚਾਹੀਦੇ ਇਹ ਉਹਦੇ ਪ੍ਰੋਸੀਜਰ ਦੇ ਮੇਰੇ ਕੋਲ ਆਊਗਾ ਤਾਂ ਮੈਨੂੰ ਪਾਸ ਕਰ ਦਿੰਦਾ ਉਹਨਾਂ ਨੇ ਫਿਰ ਉਹ ਵਾਕਈ ਲੇਟ ਜ਼ਰੂਰ ਹੋ ਗਿਆ ਪਰ ਉਹਨਾਂ ਨੇ ਇਹਨੂੰ ਪੂਰਾ ਕਰ ਦਿੱਤਾ ਨੋਟੀਫਿਕੇਸ਼ਨ ਜਾਰੀ ਹੋ ਗਿਆ ਪਰ ਉਹਦੇ ਵਿੱਚ ਬਹੁਤ ਵੱਡੇ ਜਿਹੜੇ ਨੇਤਾ ਸੀ ਉਹਨਾਂ ਨੂੰ ਇਹਦਾ ਝਟਕਾ ਤਾਂ ਲੱਗਿਆ ਬਾਦਲ ਸਾਹਿਬ ਨੇ ਤਾਂ ਪਹਿਲਾਂ ਬੰਦ ਕਰਤਾ ਸੀ ਕਿ ਮੈਂ ਨਹੀਂ ਲਵਾਂਗਾ ਪਰ ਬਾਦਲ ਸਾਹਿਬ ਜਦੋਂ ਖੁਦ ਆਪਣੇ ਮੁੱਖ ਮੰਤਰੀ ਉਹਦੋਂ ਉਹਨਾਂ ਨੂੰ ਇਹ ਡਿਸੀਜਨ ਲੈ ਲੈਣਾ ਚਾਹੀਦਾ ਹੈ ਜਦ ਵਿਖੀ ਹਵਾਏਸ ਪਾਸੇ ਉਲਟਵਾਗਰੀ ਉਹਨਾਂ ਨੇ ਕਿਹਾ ਮੈਂ ਇੱਕ ਨਹੀਂ ਲਊਗਾ ਮੇਰਾ ਪੈਸਾ ਦੇਸ਼ ਦੀ ਰਾਖੀ ਤੇ ਲਾਓ ਲੋਕਾਂ ਦੀ ਭਲਾਈ ਤੇ ਲਾਓ ਮੈਂ ਪੈਸਾ ਨਹੀਂ ਲਊਗਾ ਕਿਉਂਕਿ ਉਹ ਤਾਂ ਪੰਜ ਟਰਮ ਚ ਰਹੀ ਹੈ ਉਹਨਾਂ ਨੂੰ ਤਾਂ ਪੈਸਾ ਬਹੁਤ ਬਣਦਾ ਹੈ 5 ਲੱਖ ਤੋਂ ਉੱਤੇ ਸੀ ਆਲਮੋਸਟ ਪਤਾ ਕਿੰਨਾ ਬਣ ਜਾਂਦਾ ਜਿੱਦਾਂ 75 ਬਣ ਗਿਆ ਨਾ 75 ਦੇ ਵਿੱਚ ਡੀਏਟੀ ਪਾ ਲਾ ਕੇ ਤਾਂ ਅਰਾਊਂਡ ਲੱਖ ਬਣਦਾ ਪਰ ਉਹਦੇ ਵਿੱਚ ਰਜਿੰਦਰ ਕੌਰ ਪਠੱਲ ਜੀ ਉਹਨਾਂ ਦਾ ਬਣਿਆ ਬਲਵਿੰਦਰ ਸਿੰਘ ਪੁੰਦੜ ਜੀ ਉਹਨਾਂ ਦੀ ਹੁਣ ਘਟ ਜਾਣਗੇ ਸਾਰਾ ਕੁਝ ਈਵਨ ਸਾਡੇ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਇਹਨਾਂ ਦਾ ਵੀ ਰਿਆ ਏ ਵੀ ਐਮ ਪੀ ਦੋ ਵਾਰੀ ਬਣ ਗਿਆ ਔਰ ਉਸ ਤੋਂ ਬਾਅਦ ਮੁੱਖ ਮੰਤਰੀ ਹੈ ਇਹਨਾਂ ਨੂੰ ਇੱਕ ਇੱਕ ਹੀ ਲੈਣੀ ਚਾਹੀਦੀ ਆ ਪਰ ਇਹਨਾਂ ਨੇ ਕਿਹਾ ਕਿ ਜਿਹੜਾ ਹੁਣ ਪੈਸਾ ਇਹ ਦੇ ਵਿੱਚ ਆਊਗਾ ਖਜ਼ਾਨੇ 'ਚ ਔਰ ਉਹ ਜਿਹੜਾ ਪੈਸਾ ਇਹਨਾਂ ਨੂੰ ਜਾ ਰਿਹਾ ਸੀਗਾ ਉਹਨਾਂ ਦੇ ਇੱਕੋ ਹੀ ਦੋ ਦਿਨ ਕੋਲੋਂ ਪਾ ਲਾ ਕੇ 75 ਹਜ਼ਾਰ ਜਾਊਗਾ ਬਾਕੀ ਪੈਸਾ ਨਹੀਂ ਤੇ ਇਹ ਤਾਂ ਲੈ ਰਹੇ ਸੀ 10-10 ਲੱਖ ਸਾਰਿਆਂ ਦਾ ਜਿੰਨੇ ਤੁਸੀਂ ਗਿਣਤੀ ਕਰ ਲੋ ਕਿੰਨੇ ਆ ਜਿਹੜੇ ਸਾਰਿਆਂ ਦੇ ਚਾਰ-ਚਾਰ ਪੰਜ-ਪੰਜ ਪੈਨਸ਼ਨਾਂ ਸੀਗਾ ਚੁੱਪਚੀਪੀਤੇ ਲੈ ਰਹੇ ਸੀ ਫਿਰ ਅਜੇ ਇੱਕ ਰਹਿ ਗਿਆ ਮੁੱਦਾ ਜਿੱਚ ਜਿਹੜਾ ਇਨਕਮ ਟੈਕਸ ਦਾ ਰਿਟਰਨ ਦਾ ਲੱਗਦਾ ਸੀਗਾ ਨਾ ਉਹ ਸਾਰਾ ਉਹ ਗਵਰਨਮੈਂਟ ਦੇ ਰ ਉਹ ਜੇ ਪਤਨੀ ਇਹਨਾਂ ਨੇ ਕੀ ਕੀਤਾ ਉਹਦੇ ਬਾਰੇ ਇਹ ਤੇ ਨੋਟੀਫਿਕੇਸ਼ਨ ਜਾਰੀ ਹੋ ਗਿਆ ਲੱਗ ਗਿਆ ਉਹ ਵੀ ਵਿਧਾਇਕ ਨੂੰ ਆਪਣੇ ਪੱਲਿਓ ਦੇਣਾ ਚਾਹੀਦਾ ਜਦੋਂ ਤਨਖਾਹ ਲੈਂਦੇ ਪਏ ਉਹਦੇ ਟੈਕਸ ਅਸੀਂ ਕਿਉਂ ਦਈਏ ਸਾਡਾ ਟੈਕਸ ਕੌਣ ਦੇਣ ਆਉਂਦਾ ਹਾਂ ਸਾਡਾ ਟੈਕਸ ਵੀ ਤਾਂ ਅਸੀਂ ਆਪ ਹੀ ਦੇਣੇ ਆ ਕੋਈ ਦੂਸਰੇ ਗ੍ਰਹਿ ਤੋਂ ਤਾਂ ਨਹੀਂ ਲੋਕ ਆਉਂਦੇ ਸਾਡਾ ਟੈਕਸ ਦੇਣ ਵਾਸਤੇ ਜਦੋਂ ਅਸੀਂ ਆਪਣਾ ਟੈਕਸ ਦੇਣੇ ਪਏ ਤੁਹਾਡੀ ਇਨਕਮ ਹੁੰਦੀ ਵੀ ਤੁਸੀਂ ਵੀ ਆਪਣਾ ਟੈਕਸ ਆਪਣੇ ਪੱਲਿਓ ਦਿਓ ਇਹ ਨਹੀਂ ਕਿ ਸਟੇਟ ਟੈਕਸ ਚੈੱਕ ਕਰ ਤੁਹਾਡਾ ਇਨਕਮ ਟੈਕਸ ਦੇਗਾ ਉਹ ਵੀ ਪੰਜਾਬ ਦੇ ਵਿਸਲੀਕ ਆ ਉਹਨਾਂ ਨੂੰ ਉਹੀ ਸਹੂਲਤਾਂ ਮਿਲਦੀਆਂ ਉਹੀ ਰਹਿੰਦੀਆਂ ਇਹ ਕੰਨਾ ਤੇ ਆਮ ਦੇਖੋ ਨਾ ਕੋਈ ਰਾਕਟ ਸਾਇੰਸ ਦਾ ਨਹੀਂ ਜਿਹੜੀ ਸਮਝ ਨਹੀਂ ਆਉਂਦੀ ਜਿਹੜੀ ਸਮਝਾਉਣੀ ਪੈਣੀ ਹੈ ਇਹ ਬੇਸਿਕ ਕਾਮਨ ਸੈਂਸ ਹੈ ਹੂੰ ਕਿ ਮੇਰੇ ਖਰਚੇ ਮੈਂ ਆਪ ਹੀ ਚੱਕਣੇ ਨੇ ਇਹ ਥੋੜਾ ਕਿ ਲੋਕਾਂ ਨੇ ਆ ਕੇ ਮੇਰੇ ਬਿੱਲ ਪੇ ਕਰਦੇ ਨੇ ਰੋਟੀ ਮੈਂ ਖਾਵਾਂ ਤੇ ਲੋਕੀ ਬਿੱਲ ਪੇ ਕਰਦੇ ਐਡਾ ਥੋੜਾ ਹੁੰਦਾ ਇਹ ਕੰਨਾ ਜੀ ਆਹ ਮਸਲਾ ਇਹਨਾਂ ਨੇ ਹੁਣ ਲਿਆਂਦਾ ਰਾਮ ਸਭਾ ਉਹਨਾਂ ਦੀ ਬੈਠਕ ਹੋਈ ਆ ਫਿਰ ਇਹਨਾਂ ਨੇ ਉਹ ਬਣਾ ਕੇ ਇਸ਼ੂ ਤਾਂ ਉਹਨੂੰ ਇੰਪਲੀਮੈਂਟ ਕੀਤਾ ਪਰ ਉਹਨੂੰ ਪਹਿਲਾਂ ਤੁਹਾਡੀ ਗੱਲ ਸਹੀ ਆ ਕਿ ਉਹਨੂੰ ਲੋਕ ਬੜੇ ਵਿਜੀਲੈਂਟ ਆ ਉਹਨਾਂ ਨੇ ਇਹ ਕੀਤਾ ਕਿ ਇਹਨਾਂ ਨੇ ਪਹਿਲਾਂ ਫੇਸਬੁੱਕ ਤੇ ਇਹ ਪੋਸਟਾਂ ਪਾਤੀਆਂ ਗਿਆ ਤੇ ਦੱਸੋ ਕੀ ਹੈਗਾ ਜਾਂਚਾ ਵੀ ਦਾਇਰ ਕੀਤੀ ਸੀ ਜਿੱਚ ਐਸਐਸ ਜੌਲ ਸਾਹਿਬ ਨੇ ਵਾਈਸ ਚਾਂਸਲਰ ਸਾਹਿਬ ਕਾ ਪੰਜਾਬ ਕੀਤੇ ਬੜੀ ਯੂਨੀਵਰਸਿਟੀ ਦੇ ਉਹਨਾਂ ਨੇ ਵੀ ਮਦਦ ਅਗੇ ਲੰਦਾ ਕਿਉਂਕਿ ਉਹ ਬੜੇ ਅਰਥ ਸ਼ਾਸਤਰੀ ਨੇ ਉਹਨਾਂ ਨੂੰ ਪਤਾ ਹੈਗਾ ਕਿ ਕਿਹੜੇ ਪਾਸੇ ਪੈਸੇ ਦਾ ਚਕਾਵਾ ਕੌਣ ਪੈਸਾ ਖਾਈ ਜਾ ਰਿਹਾ ਜਿਸ ਤਰ੍ਹਾਂ ਮਨਮੋਨ ਸਿੰਘ ਗੁਰਮਾਨ ਨੇ ਵੀ ਇਹ ਗੱਲ ਪਹਿਲਾਂ ਚੁਈ ਜੋ ਕੀਤੀ ਸੀ ਸਾਰਾ ਕੁਝ ਕੀਤਾ ਹੈ ਪਰ ਵੀ ਉਹਨਾਂ ਨੇ ਮੈਥੇ ਨਹੀਂ ਕੋਈ ਕੀਤਾ ਕਿਉਂਕਿ ਸੈਂਟਰ ਵੱਲੋਂ ਹੀ ਹੋ ਜਾਂਦਾ ਨਾ ਤਾਂ ਪੂਰੇ ਸਟੇਟਾਂ ਚ ਹੋ ਜਾਂਦਾ ਬਿਲਕੁਲ ਸਰ ਦੇਖੋ ਇਹ ਪੰਜਾਬ ਨਾਲ ਨਹੀਂ ਹੁੰਦਾ ਇਹਦੇ ਨਾਲ ਖਜ਼ਾਨਾ ਪੂਰਾ ਭਰਿਆ ਜੇ ਸਾਰੇ ਸਟੇਟ ਸਭ ਜਗ੍ਹਾ ਹੋਏਗਾ ਤੇ ਫਿਰ ਚੀਜ਼ਾਂ ਸਸਤੀਆਂ ਹੋਣਗੀਆਂ ਸਭ ਜਗ੍ਹਾ ਲਾਗੂ ਹੋਣਾ ਚਾਹੀਦਾ ਹੈ ਇੱਕ ਵਿਧਾਇਕ ਇੱਕ ਪੈਨਸ਼ਨ ਇਹ ਨਹੀਂ ਕਿ ਕਮਾਣਗੇ ਲੋਕ ਮਿਹਨਤ ਕਰਨਗੇ ਲੋਕ ਦਿਖਾਵਾਂਗੇ ਅਸੀਂ ਇਦਾਂ ਨਹੀਂ ਹੋ ਸਕਦਾ ਖੰਨਾ ਜੀ ਜਿਹੜਾ ਬੰਦਾ ਸੈਂਟਰ ਦਾ ਉਹ 60 ਸਾਲ ਨੌਕਰੀ ਕਰਦਾ 60 ਸਾਲ ਦਾ ਮਤਲਬ ਜੀ 20 ਸਾਲ ਦਾ ਆ ਗਿਆ 40 ਸਾਲ ਨੌਕਰੀ ਕੀਤੀ ਤਾਂ ਉਹਨਾਂ ਨੂੰ 40 ਸਾਲਾਂ ਚੋਂ ਪੈਨਸ਼ਨ ਮਿਲਣੀ ਹੈ ਠੀਕ ਹੈ ਨਾ ਫਿਰ ਉਹਨੂੰ ਮਿਲੂਗਾ ਡੀਏ ਜਿਹੜਾ ਈਅਰਲੇ ਸਾਲ ਚ ਦੋ ਵਾਰੀ ਮਿਲਦੇ ਆ ਉਹਨੇ ਕਿਉਂਕਿ 40 ਸਾਲ ਨੌਕਰੀ ਕੀਤੀ ਆ ਤਾਂ ਉਹਨੂੰ ਇੱਕ ਪੈਨਸ਼ਨ ਮਿਲਣੀ ਉਹਨੂੰ ਤਾਂ ਨਹੀਂ ਤਿੰਨ ਮਿਲਦੀਆਂ ਨਹੀਂ ਤਾਂ ਜੇ ਉਹਦੇ ਨਾਲ ਉਹ ਤਾਂ ਪੰਜ ਪੈਨਸ਼ਨਾਂ ਲੈ ਲੂਗਾ ਜੇ ਉਹ ਜਿਸ ਦਾ ਇਹ ਲੈਦੇ ਪੰਜ ਪੰਜ ਸਾਲ ਤੱਕ ਹੈ ਕਿ ਨਹੀਂ ਔਰ ਵੈਲ ਕੁਆਲੀਫਾਈਡ ਲੋਕ ਆਗੇ ਸਭ ਕੁਝ ਪਾਸ ਕਰਕੇ ਜਾਂਦੇ ਆ ਉਸ ਤੋਂ ਇਲਾਵਾ ਆ ਜਿਹੜਾ ਇਹ ਪਾਰਲੀਮੈਂਟ ਹਾਊਸ ਦੇ ਵਿੱਚ ਖਾਣਾ ਮਿਲਦਾ ਹੈ ਸਬਸਿਡੀ ਵੇਖੋ ਕਿ ਆਹ ਪਲੇਟਾਂ ਤੇ ਕਿਹੜੀਆਂ ਥਾਲੀਆਂ ਸੋਹਣੀਆਂ ਸੋਹਣੀਆਂ ਬਣੀਆਂ ਕਿੰਨੀਆਂ ਛੀਆਂ ਤੇ ਗਣ ਉਹ ਵੀ ਸਵੀਟ ਡਿਸ਼ ਖਾਣ ਲਈ ਮੈਨੂੰ ਕਹੇ ਮਜ਼ਾ ਆਉਂਦਾ ਮੈਂ ਉਹ ਵੀ ਸਬਸਿਡੀ ਟੂਰ ਤੇ ਉੱਥੇ ਉਹ ਵੀ ਸਬਸਿਡੀ ਉਹਨਾਂ ਨੂੰ ਤੁਸੀਂ ਸ਼ਾਇਦ ਜਾ ਕੇ ਵੇਖਿਓ ਤੁਹਾਨੂੰ ਲੱਗਦਾ ਨਹੀਂ ਪੇਂਡਿਆ ਕਿਹੜਾ ਖਾਣ ਪੀਣ ਉੱਥੇ ਤੇ ਲੋਕਾਂ ਨੂੰ ਸਬਸਿਡੀ ਬੰਦ ਹਾਂ ਵਿਧਾਇਕਾਂ ਦੀ ਸਬਸਿਡੀ ਚੱਲੂ ਹੈ ਜ਼ਰੂਰ ਜ਼ਰੂਰ ਉਹਨਾਂ ਨੂੰ ਸਬਸਿਡੀ ਦਿੱਤੀ ਜਾਏਗੀ ਰੋਟੀ ਪਾਣੀ ਤੇ ਵੀ ਸਬਸਿਡੀ ਮਿਲੇਗੀ ਹੋਰ ਵੀ 36 ਤਰ੍ਹਾਂ ਦੀਆਂ ਸਬਸਿਡੀਆਂ ਮਿਲਣ ਲੰਗੀ ਆ ਮਤਲਬ ਇਹ ਕਿ ਆਪਣੇ ਲਈ ਸਾਰੇ ਨਿਯਮ ਲਾਗੂ ਕਰਨੇ ਨੇ ਪਬਲਿਕ ਦੇ ਪੱਲੇ ਕੱਖ ਨਹੀਂ ਪਾਣਾ ਜੋ ਪਬਲਿਕ ਨੂੰ ਮਿਲਦਾ ਉਹ ਖਿੱਚਣਾ ਕਿਵੇਂ ਉਹ ਖੋਣਾ ਕਿਵੇਂ ਉਹਦੀਆਂ ਸਕੀਮਾਂ ਘੜੋ ਨਵੀਆਂ-ਨਵੀਆਂ ਸਕੀਮਾਂ ਬਣਾਓ ਪਰ ਤੁਸੀਂ ਇਹ ਗੱਲ ਨੂੰ ਕਹਿੰਦੇ ਜੀ ਕਿ ਇਹ ਭਗਵੰਤ ਮਾਨ ਨੇ ਆਪਣੀ ਇਸ ਮਿਆਦ ਦੇ ਵਿੱਚ ਥੋੜੇ ਸਮੇਂ ਦੇ ਵਿੱਚ ਜੋ ਡਿਸੀਜਨ ਲਿਆ ਵਾ ਅਜੇ ਮੁੱਖ ਮੰਤਰੀ ਪੰਜਾਬ ਇਹ ਮਾੜਾ ਜਾਂ ਚੰਗਾ ਤੁਹਾਨੂੰ ਕੀ ਲੱਗਦਾ ਦੇਖੋ ਡਿਸੀਜਨ ਪੰਜਾਬ ਦੇ ਹੱਕ ਦੇ ਵਿੱਚ ਇੱਕ ਵਿਧਾਇਕ ਇੱਕ ਪੈਨਸ਼ਨ ਇੱਕ ਪੈਨਸ਼ਨ ਠੀਕ ਹੈ ਨਾਲ ਜਿਹੜੀਆਂ ਇਹ ਬਾਕੀ ਮੈਂ ਸਬਸਿਡੀ ਦੀਆਂ ਗੱਲਾਂ ਕੀਤੀਆਂ ਨੇ ਉਹਦੇ ਉੱਤੇ ਵੀ ਗੱਲ ਕਰੋ ਹਾਂ ਠੀਕ ਹੈ ਉਹ ਵੀ ਬੰਦ ਹੋਣੀਆਂ ਚਾਹੀਦੀਆਂ ਨੇ ਅਸਲੀ ਤੇ ਬੰਦ ਹੋਣੀਆਂ ਚਾਹੀਦੀਆਂ ਬੰਦ ਹੋਣੀਆਂ ਚਾਹੀਦੀਆਂ ਉਹ ਤਾਂ ਮੈਂ ਫਜ਼ੂਲ ਤੇ ਪੈਸਾ ਜਾਂਨ ਜਾ ਰਿਹਾ ਪਰ ਮੈਂ ਕਹਿੰਦਾ ਕਿ ਜਿੰਨੀਆਂ ਸਰਕਾਰਾਂ ਆਈਆਂ ਹੁਣ ਤੱਕ ਇਹ ਕਿਸੇ ਦੇ ਵੀ ਸੋਚ ਨਹੀਂ ਆਇਆ ਇਹ ਕਰ ਗਿਆ ਦੇਖ ਲੋ ਔਰ ਇਹਨਾਂ ਨੂੰ ਇਹ ਕਰਨਾ ਚਾਹੀਦਾ ਹੈ ਜੇ ਤੁਸੀਂ ਮਾਨ ਸਾਹਿਬ ਦੀ ਗੱਲ ਕਰਦੇ ਪਏ ਹੋ ਉਹਨੇ ਚੀਫ ਮਨਿਸਟਰ ਨੂੰ ਤਨਖਾਹ ਤਾਂ ਮਿਲਦੀ ਹੋਣੀ ਹੈ ਹਾਂ ਉਹਨਾਂ ਤਨਖਾਹ ਲੈਣ ਬਾਕੀ ਜਿਹੜੇ ਕਿ ਦੀ ਪੈਨਸ਼ਨ ਮਿਲਦੀ ਪਈ ਨੇ ਉਹ ਪੈਨਸ਼ਨਾਂ ਦੋਵੇਂ ਹੀ ਨਾ ਲੈਣ ਤੇ ਇੱਕ ਮਿਲਦੀ ਪਈ ਇੱਕ ਮਹੀਨਾ ਲੈਣ ਇਹ ਮੈਂ ਤਾਂ ਕਹਿੰਦਾ ਪਹਿਲਾਂ ਹੀ ਕਿ ਜੇ ਇਹਨਾਂ ਦੀ ਲੋਕਾਂ ਦੀ ਬੰਦ ਕਰਾਈਏ ਤੇ ਇਹਨਾਂ ਦੀ ਵੀ ਅੱਗੇ ਇਹਨਾਂ ਦੀ ਪਹਿਲਾਂ ਪੈਨਸ਼ਨ ਬੰਦ ਹੋਣੀ ਚਾਹੀਦੀ ਹੈ ਆਪਣਾ ਨੂੰ ਬੰਦ ਕਰ ਦੇਣੀ ਚਾਹੀਦੀ ਬਿਲਕੁਲ ਮੁੱਖ ਮੰਤਰੀ ਦੀ ਪੈਨਸ਼ਨ ਵੀ ਬਹੁਤ ਹੋਊਗੀ ਔਰ ਉਹਨਾਂ ਦਾ ਸਕੇਲ ਵੀ ਵਧਦਾਗਾ ਉਹਨਾਂ ਨੂੰ ਚਾਹੀਦਾ ਕਿ ਵੀ ਪੈਸਾ ਖਜ਼ਾਨੇ ਚ ਪਾਉਣ ਕਿਉਂਕਿ ਉਹਨਾਂ ਦਾ ਖਰਚਾ ਤਾਂ ਬਹੁਤਾ ਹੈ ਨਹੀਂ ਤੇ ਉਹਨਾਂ ਦਾ ਕਿਉਂਕਿ ਜ਼ਮੀਨ ਖਰਚਾ ਹੈ ਜੋ ਵੀ ਹੈ ਉਹਨਾਂ ਦੀ ਫੈਮਿਲੀ ਪ੍ਰੋਬਲਮ ਹੈ ਜੇ ਖਰਚਾ آمدਨ ਨਾਲੋਂ ਜ਼ਿਆਦਾ ਹੈ ਤਾਂ ਇਹ ਉਹਨਾਂ ਨੂੰ ਆਪ ਨਿਜੇਠਣਾ ਪਏਗਾ ਪਰ ਜੋ ਤੁਹਾਡੀ ਸੈਲਰੀ ਆ ਐਜ਼ ਸੀਐਮ ਹਾਂ ਉਸ ਸੈਲਰੀ ਦੇ ਵਿੱਚ ਗੁਜ਼ਾਰਾ ਕਰਨਾ ਜੇ ਤੁਹਾਨੂੰ ਪਹਿਲਾਂ ਕੋਈ ਵਿਧਾਇਕ ਰਹਿਣ ਤੇ ਕੋਈ ਪੈਨਸ਼ਨ ਮਿਲਦੀ ਪਈ ਐ ਐਮਐਲਏ ਰਹਿਣ ਦੇ ਉਹ ਪੈਨਸ਼ਨ ਤੁਸੀਂ ਨਾ ਲਵੋ ਤੁਸੀਂ ਸਿਰਫ ਆਪਣੀ ਸੈਲਰੀ ਲਵੋ ਦੈਟਸ ਆਹ ਕਰਨਾ ਜੀ ਆਹ ਤਾਂ ਗੱਲ ਦੀ ਬਹੁਤ ਵੱਡੀ ਖੁਸ਼ੀ ਦੀ ਗੱਲ ਆ ਵਧਾਈ ਦੀ ਗੱਲ ਆ ਕਿ ਲੋਕਾਂ ਦਾ ਜਿਹੜਾ ਪੈਸਾ ਜਾ ਰਿਹਾ ਸੀਗੇ ਟੈਕਸਾਂ ਦਾ ਲੋਕਾਂ ਦੀ ਕਮਾਈ ਦਾ ਪੈਸਾ ਜੀ ਇੱਕ ਵਿਧਾਇਕ ਇੱਕ ਪੈਨਸ਼ਨ ਕਰਕੇ ਜੀ ਪੂਰੀ ਐਸ ਚੱਲਦੀ ਪਈ ਇਹਨਾਂ ਲੋਕਾਂ ਦੀ ਸਾਡੀ ਟੈਕਸ ਮਨੀ ਦੇ ਉੱਤੇ ਆ ਬਾਤ ਬਾਤ ਉਹ ਚੰਗਾ ਹੋ ਗਿਆ ਇਹ ਡਿਸੀਜਨ ਅੱਛਾ ਹੋ ਗਿਆ ਜੇ ਇਹ ਵੀ ਨਾ ਲੈਂਦੇ ਤੇ ਚੱਲਦਾ ਰਹਿੰਦਾ ਇਹ ਉਹ ਪਰ ਉਸ ਤੋਂ ਇਲਾਵਾ ਜਿਹੜੇ ਕਪਲੇ ਕਰਦੇ ਨੇ ਨਾ ਬਾਤ ਬਾਤ ਅੰਦਰ ਖਾਤੇ ਜਿਹੜੇ ਹੋਰ ਮਾਲ ਲੈਂਦੇ ਨੇ ਉਹ ਵੀ ਇਕੱਠਾ ਹੋ ਜਾਂਦਾ ਹੁਣ ਤਾਂ ਬਹੁਤ ਹੋ ਜਾਂਦਾ ਹਾਂ ਪੈਸਾ ਕਮਾਉਂ ਨਹੀਂ ਜਾਂਦਾ ਉੱਤੋਂ ਉੱਤੋਂ ਜਿਹੜੇ ਕਮਾਉਂਦੇ ਨੇ ਉਹ ਤਾਂ ਬਹੁਤ ਹੋ ਜਾਂਦਾ ਸਹੀ ਗੱਲ ਚਲੋ ਅੱਗੇ ਵਧਦੇ ਹਾਂ ਜੀ ਹਾਂ ਸਲਮਾਨ ਰਸ਼ਦੀ ਵੈਂਟੀਲੇਟਰ ਤੇ ਹੋਇਆ ਆ ਜਿਗਰ ਦਾ ਨੁਕਸਾਨ ਹੋਇਆ ਕਿ ਹਮਲਾ ਹੋ ਗਿਆ ਸੀ ਸਟੇਜ ਦੇ ਉੱਤੇ ਚਾਕੂ ਲੈ ਕੇ ਕਿਸੇ ਨੇ ਹਮਲਾ ਕੀਤਾ ਹੈ ਗਰਦਨ ਦੇ ਉੱਤੇ ਵੀ वार ਕੀਤੇ ਨੇ ਇਸ ਵਕਤ ਨਾਜ਼ੁਕ ਸਥਿਤੀ ਹੈ ਔਰ ਵੈਂਟੀਲੇਟਰ ਤੇ ਨੇ ਜਿਸ ਨਾਲ ਆਪਾਂ ਨੂੰ ਨਿਊਜ਼ ਮਿਲ ਰਹੀ ਆ ਤੇ ਲੀਵਰ ਦੇ ਉੱਤੇ ਵੀ ਕਾਫੀ ਜ਼ਿਆਦਾ ਪ੍ਰੈਸ਼ਰ ਪਿਆ ਹੋਇਆ ਉਹਨਾਂ ਤੇ ਇਹ ਇੱਕ ਵੈਸੇ ਤੇ ਭਾਰਤੀ ਮੂਲ ਦੇ ਆ ਸਲਮਾਨ ਰਸ਼ੀਦ ਜ਼ੈ ਰਾਈਟਰ ਦਾ ਰਾਈਟ ਇਥੋਂ ਦੇ ਆ ਔਰ ਬੜੇ ਅੱਛੇ ਰਾਈਟਰ ਆ ਇੰਗਲਿਸ਼ ਦੇ ਕਿਤਾਬ ਦੇ ਵਿੱਚ ਉਹਨਾਂ ਨੇ ਕੁਝ ਇਦਾਂ ਦਾ ਲਿਖਿਆ ਸੀ ਉਹ ਸੈਨਟਿਕ ਵਰਸ ਜਿਹੜੀ ਸੀ ਕਿਤਾਬ ਉਹਦੇ ਬੜੀ ਕੰਟਰੋਵਰਸੀ ਰਹੀ ਆ ਔਰ ਹਰਾਨ ਚ ਉਹਦਾ ਇੰਨਾ ਕੁਛ ਉਹਨਾਂ ਕਹਿਆ ਕਾਫਰ ਹੈ ਬੈਨ ਕਰ ਦਿੱਤਾ ਸੀ ਉਹਨਾਂ ਕਹਿਆ ਫਤਵਾ ਜਾਰੀ ਕੀਤਾ ਸੀਗਾ ਆਇਤੁੱਲਾ ਖੋਮੈਨੀ ਸਾਹਿਬ ਨੇ ਹਾਂ ਆਇਤੁੱਲਾ ਇਹਨਾਂ ਦਾ ਇਹਨਾਂ ਦਾ ਸਿਰ ਲੈ ਕੇ ਆਓ ਜੋ ਫਤਵਾ ਜਾਰੀ ਕੀਤਾ ਸੀ ਹੁਣ ਵੀ ਇਰਾਨ ਦੇ ਵਿੱਚ ਇਹ ਗੱਲ ਚਰਚਾ ਹੋਈ ਹੈ ਕਿ ਇਹਨਾਂ ਦੀ ਜਿਹੜੀ ਸਾਰਾ ਤੰਗ ਦੇ ਲਈ ਸੀ ਜਾਂ ਦਿੰਦੇ ਰੂਪੋਸ਼ ਰਹੇ ਨੇ ਅੰਡਰਗਰਾਉਂਡ ਰਹੇ ਨੇ ਕਿਉਂਕਿ ਕਿਤਾਬ ਤੇ ਆਲੋਚਨਾ ਹੋਈ ਬਹੁਤ ਜ਼ਿਆਦਾ ਉਦੋਂ ਇੱਥੇ ਵੀ ਰਜੀਵ ਗਾਂਧੀ ਦੀ ਸਰਕਾਰ ਸੀਗੀ ਉਸ ਵੇਲੇ ਵੀ ਇੱਥੇ ਇੰਡੀਆ 'ਚ ਵੀ ਬੈਨ ਹੋ ਗਈ ਸੀ ਇੰਡੀਆ 'ਚ ਵੀ ਰੌਲਾ ਪੈ ਗਿਆ ਸੀ ਬਹੁਤ ਪਰ ਜਦੋਂ ਇਹ ਹਮਲਾ ਆ ਅਚਾਨਕ ਦੇਖ ਲਓ ਆਕਿਓ ਨੇ ਸਟੇਜ ਤੇ ਜਾ ਕੇ ਇਹਨਾਂ ਨੂੰ ਲੰਮਾ ਪਾ ਲਿਆ ਔਰ ਉਹਦੇ ਤੇ ਚਾਕੂ ਮਾਰੇ ਚਾਕੂ ਇਹਨਾਂ ਦੇ ਢਿੱਡ 'ਚ ਵੀ ਵੱਜੇ ਆ ਔਰ ਅੱਖਾਂ ਦੇ ਨਾਲ ਵੀ ਕੋਈ ਜ਼ਖਮ ਹੋ ਗਿਆ ਅੱਖਾਂ ਦੀ ਰੋਸ਼ਨੀ ਵੀ ਗਈ ਆ ਔਰ ਉਹਦੇ ਨਾਲ ਇਹਨਾਂ ਦਾ ਕਿਡਨੀ ਤੱਕ ਜਿਹੜੇ ਉਹ ਨੁਕਸਾਨ ਹੋਇਆ ਹੁਣ ਇਸ ਵੇਲੇ ਨੇ ਵੈਂਟੀਲੇਟਰ ਤੇ ਆ ਔਰ ਹਾਲਤ ਇਹਨਾਂ ਦੀ ਬਹੁਤ ਨਾਜ਼ੁਕ ਆ ਔਰ ਇਲਾਜ ਚੱਲ ਰਿਹਾ ਪਰ ਜਿਹੜੀ ਗੱਲ ਪੂਰੇ ਹਿੰਦੁਸਤਾਨ 'ਚ ਗਈ ਆ ਇਸ ਕਰਕੇ ਗਈ ਆ ਕਿ ਸ਼ੁਰੂ ਤੋਂ ਇਹ ਇਹਨਾਂ ਦਾ ਇਹ ਪੰਗਾ ਰਿਆ ਔਰ ਲੋਕ ਇਹਨਾਂ ਦੇ ਉਲਟ ਰਿਆ ਅਰਾਂ ਚ ਖਾਸ ਕਰਕੇ ਦੇਖੋ ਕਈ ਵਾਰ ਹੁੰਦਾ ਹੈ ਕਿ ਕਈ ਵਾਰ ਅੱਪਾ ਕਹਿੰਦੇ ਆ ਕਿ ਜਿਸ ਨੂੰ ਫਾਸੀਵਾਦ ਵੀ ਕਿਹਾ ਜਾਂਦਾ ਮਤਲਬ ਕਈ ਵਾਰ ਅਸੀਂ ਕਹਿੰਦੇ ਆ ਕਿ ਇੱਕ ਬੰਦੇ ਨੇ ਕੋਈ ਲਿਖਤ ਲਿਖੀ ਹਾਂ ਤੇ ਨੇਚਰਲੀ ਉਸ ਤਰ੍ਹਾਂ ਦੀ ਸੋਚ ਸਭ ਦੇ ਨਹੀਂ ਹੈ ਹਮ ਔਰ ਕਈ ਲੋਕ ਉਹਦੇ ਖਿਲਾਫ ਹੋ ਗਏ ਹਾਂ ਕਈ ਵਾਰ ਹੁੰਦਾ ਹੈ ਕਿ ਕਿਸੇ ਨੇ ਲਿਖਤ ਲਿਖੀ ਜਾਣਬੁੱਝ ਕੇ ਇਦਾਂ ਦਾ ਕੰਟੈਂਟ ਲਿਖਿਆ ਕਿ ਜਿਹੜਾ ਕੰਟਰੋਵਰਸੀ ਕ੍ਰੀਏਟ ਕਰੇ ਹਾਂ ਤਾਂ ਕਿ ਮੇਰੀ ਕਿਤਾਬ ਵਿਕੇ ਹਮ ਔਰ ਮੈਂ ਪਪੂਲਰ ਵੀ ਹੋਵਾਂ ਜਾਣਬੁੱਝ ਕੇ ਇਦਾਂ ਦਾ ਕੰਟਰੋਵਰਸੀਅਲ ਉਹਦੇ ਵਿੱਚ ਕੰਟੈਂਟ ਪਾ ਦਿੰਦੇ ਨੇ ਕਈ ਇਦਾਂ ਦੇ ਰਾਈਟਰ ਵੀ ਹੈਗੇ ਨੇ ਜਿਹੜੇ ਬੁੱਕਸ ਨੂੰ ਆਪ ਹੀ ਆਪਣੀ ਤਰ੍ਹਾਂ ਨਾਲ ਡਿਜ਼ਾਈਨ ਕਰਦੇ ਆ ਜੋ ਕਈ ਵਾਰ ਤੁਹਾਨੂੰ ਲੱਗਦਾ ਕਿ ਸਮਾਜ ਦੇ ਖਿਲਾਫ ਨੇ ਜਾਂ ਸਮਾਜ ਦੇ ਕਿਸੇ ਤਬਕੇ ਦੇ ਖਿਲਾਫ ਨੇ ਕਈ ਵਾਰ ਕੀ ਹੁੰਦਾ ਕਿ ਉਹਨਾਂ ਨੇ ਸਿੰਪਲ ਕਿਤਾਬ ਲਿਖੀ ਹੁੰਦੀ ਹੈ ਲੇਕਿਨ ਕਿਸੇ ਤਬਕੇ ਨੂੰ ਇਹ ਸਮਾਜ ਦੇ ਕਿਸੇ ਸੈਕਸ਼ਨ ਨੂੰ ਲੱਗਦਾ ਕਿ ਇਹ ਸਾਡੇ ਖਿਲਾਫ ਹੈ ਤੇ ਉਹ ਉਹਦੇ ਅਗੇਂਸਟ ਸਟੈਪ ਲੈਂਦੇ ਨੇ ਉਹ ਲੱਖ ਦੇਈ ਜਾਵੇ ਕਿ ਕਲੈਰੀਫਿਕੇਸ਼ਨਸ ਮੈਂ ਇਦਾਂ ਨਹੀਂ ਕੀਤਾ ਪਰ ਉਹ ਨਹੀਂ ਮੰਨਣਗੇ ਪਰ ਕਈ ਵਾਰ ਰਾਈਟਰ ਆਪ ਇਦਾਂ ਦੇ ਕੰਟੈਂਟ ਜ਼ਾਨਬੂਝ ਕੇ ਪਾਉਂਦੇ ਆ ਪਰ ਇਹਨਾਂ ਨੂੰ ਵੈਸੇ ਆਵਾਡ ਵੀ ਮਿਲਿਆ ਲਿਖਣ ਲਈ ਮਿਲਿਆ ਲਿਖਣ ਲਈ ਤਾਂ ਕੋਈ ਇਹਨਾਂ ਦੀ ਗੱਲ ਨਹੀਂ ਪਰ ਜਦੋਂ ਕੰਟਰੋਵਰਸੀ ਆਈ ਹੈ ਉਹ ਚਿਕ ਕਮਿਊਨਿਟੀ ਇਹਨਾਂ ਦੇ ਅਗੇਂਸਟ ਚੱਲੀ ਹੈ ਮੁਸਲਮਾਨ ਕਮਿਊਨਿਟੀ ਨੇ ਦਾ ਰੋਸ ਪ੍ਰਗਟਾਇਆ ਉਹਨਾਂ ਨੇ ਲਿਖਿਆ ਦੱਸਿਆ ਕਿ ਕਾਫਰ ਆ ਇਹਦੇ ਚ ਲਿਖਣ ਵਾਲਾ ਜਿਹੜਾ ਇਹ ਗਲਤ ਹੈ ਔਰ ਉਹਨਾਂ ਦੇ ਈਰਾਨ ਤੇ ਇਰਾਕ ਦੋਹਾਂ 'ਚ ਵੀ ਬੜਾ ਰੌਲਾ ਪਿਆ ਤੇ ਉਦੋਂ ਬਾਅਦ ਜਿਹੜਾ ਇਹ ਭਾਰਤ ਵਿੱਚ ਤੇ ਜਦੋਂ ਬੈਨ ਹੋ ਗਿਆ ਇਹਨਾਂ ਨੇ ਕਰ ਦਿੱਤਾ ਪਰ ਦੇਖ ਲਓ ਉਦੋਂ ਤੋਂ ਲੈ ਕੇ ਹੁਣ ਤੱਕ ਇਹਨੂੰ ਫਾਲੋ ਕਰ ਰਹੇ ਸੀ ਤੇ ਮਗਰ ਲੱਗੇ ਸੀ ਉਹਨਾਂ ਨੇ ਜੋ ਕੁਝ ਜੋ ਕੁਝ ਕੀਤਾ ਇਸ ਵੇਲੇ ਨੁਕਸਾਨ ਪਹੁੰਚਾਇਆ ਇਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਖਾਸਮ ਖਾਸ ਤੌਰ ਤੇ ਇਹੀ ਮੁੱਦਾ ਹੈਗਾ ਇਹਦੇ ਪਿੱਛੇ ਇਹੀ ਗੱਲ ਹੈਗੀ ਹੈ ਹੋਰ ਇਹਨਾਂ ਨੇ ਤਾਂ ਕਦੀ ਕਿਸੇ ਨਾਲ ਕੋਈ ਇਹ ਨਹੀਂ ਕੀਤੀ ਲੜਾਈ ਇਹਨਾਂ ਦੀ ਰਾਈਟਿੰਗ ਜਿਹੜੀ ਸੀ ਜਾਂ ਜਿਹੜੀ ਲਿਖਤੀ ਬਿਆਨ ਸੀ ਜਾਂ ਜੋ ਲਿਖਦੇ ਸੀਗੇ ਉਹ ਲੋਕਾਂ ਨੂੰ ਚੰਗਾ ਨਹੀਂ ਸੀ ਲੱਗਦਾ ਕਿਉਂਕਿ ਖਾਸ ਤੌਰ ਤੇ ਤੁਸੀਂ ਇੱਕ ਕਮਿਊਨਿਟੀ ਦੇ ਬਾਰੇ ਲਿਖੋਗੇ ਔਰ ਕਮਿਊਨਿਟੀ ਕਦੀ ਇਸ ਚੀਜ਼ ਨੂੰ ਮੈਂ ਜਾਣ ਨਹੀਂ ਜਾਣ ਦੋਗੇ ਉਹਨਾਂ ਤੇ ਉਹਨਾਂ ਨੇ ਕਲੋਚਨਾ ਕੀਤੀ ਪਤਾ ਕਿ ਅੱਜ ਇਹ ਲਿਖ ਰਿਹਾ ਕੱਲ ਹੋਰ ਕੁਝ ਲਿਖੂਗਾ ਫਿਰ ਇਹ ਕਮਿਊਨਿਟੀ ਨੂੰ ਬਦਨਾਮ ਕਰਨ ਵਾਲੀ ਗੱਲ ਵੱਖ-ਵੱਖ ਤਰ੍ਹਾਂ ਦੀਆਂ ਵਿਚਾਰਧਾਰਾਵਾਂ ਨੇ ਕਈ ਵਾਰ ਕਿਹਾ ਜਾਂਦਾ ਹੈ ਕਿ ਇੱਕ ਚੀਜ਼ ਨੂੰ ਲੈ ਕੇ ਤੁਹਾਡਾ ਪੁਆਇੰਟ ਆਫ View ਅਲੱਗ ਹੈ ਮੇਰਾ ਪੁਆਇੰਟ ਆਫ View ਅਲੱਗ ਹੈ ਇਹਦਾ ਮਤਲਬ ਇਹ ਨਹੀਂ ਕਿ ਮੈਂ ਤੇ ਤੁਸੀਂ ਦੋਵੇਂ ਦੁਸ਼ਮਣ ਹੋ ਗਏ ਆ ਦੁਸ਼ਮਣਤਾ ਨਹੀਂ ਹੋਏ ਪੁਆਇੰਟ ਆਫ View ਅਲੱਗ ਅਲੱਗ ਨੇ ਔਰ ਹੋਣੇ ਵੀ ਚਾਹੀਦੇ ਨੇ ਕਿਉਂਕਿ ਜਿੱਦਾਂ ਦੀ ਮੇਰੀ ਸੋਚ ਹੈ ਜਿੱਦਾਂ ਦੀ ਤੁਹਾਡੀ ਸੋਚ ਹੈ ਡਿਫਰੈਂਟ ਪੁਆਇੰਟ ਆਫ View ਹੋਣਗੇ 360 ਡਿਗਰੀ ਤੋਂ ਸਾਰੇ ਪੁਆਇੰਟ ਆਫ View ਮਿਲਣਗੇ ਤਾਂ ਇੱਕ ਪੁਖਤਾ ਸੋਚ ਸਾਹਮਣੇ ਆਏਗੀ ਜਿਸ ਸੋਚ ਦੇ ਉੱਤੇ ਸਾਨੂੰ ਸਭ ਨੂੰ ਚੱਲਣਾ ਪੈਣਾ ਔਰ ਚੱਲਣਾ ਚਾਹੀਦਾ ਵੀ ਹੈ ਜਿਹਨੂੰ ਆਪਾਂ ਕਹਿੰਦੇ ਆ ਕਿ ਨਾਟ ਯੋਰ ਵੇ ਨਾਟ ਮਾਈ ਵੇ ਬਟ ði ਰਾਈਟ ਵੇ ਹੁਣ ਰਾਈਟ ਵੇ ਕਿਹੜੀ ਹੈ ਉਹ ਖੋਜਣੀ ਪੈਂਦੀ ਹੈ ਉਹ ਲੱਭਣੀ ਪੈਂਦੀ ਹੈ ਹੁਣ ਕਈਆਂ ਨੂੰ ਇਹਨਾਂ ਦੀਆਂ ਲਿਖਤਾਂ ਰਾਈਟ ਵੇ ਲੱਗਦੀਆਂ ਨੇ ਹੂੰ ਤਾਂ ਉਹਨੂੰ ਅਪਣਾਉਂਦੇ ਨੇ ਕਈਆਂ ਨੂੰ ਇਹ ਰੋਂਗ ਵੇ ਲੱਗਦੀਆਂ ਨੇ ਨਹੀਂ ਅਪਣਾਉਂਦੇ ਬਹੁਤ ਗਿਣਤੀ ਨੇ ਨਕਾਰਿਆ ਵਾ ਬਹੁਤ ਜ਼ਿਆਦਾ ਲੋਕਾਂ ਨੇ ਨਕਾਰਿਆ ਕਿਉਂਕ ਦਾ ਆਬਾਦੀ ਹੈ ਕਿਥੋਂ ਤੱਕ ਵੱਸੇ ਆ ਤੁਸੀਂ ਕਿਸੇ ਦੇ ਧਰਮ ਦੇ ਅਗੇਂਸਟ ਲਿਖੋਗੇ ਜਾਂ ਕਰੋਗੇ ਉਹਦੇ ਤੇ ਲੋਕ ਡਾਂਗਾ ਚੁੱਕਣਗੇ ਉਹ ਤੇ ਕੰਟਰੋਵਰਸੀ ਹੋਊਗੀ ਜਿਹੜਾ ਲੇਖਕ ਆ ਨਾ ਖਾਸ ਕਰਕੇ ਉਹਨੂੰ ਇੱਕ ਗੱਲ ਦਾ ਧਿਆਨ ਰੱਖਣਾ ਚਾਹੀਦਾ ਮੇਰੇ ਪਾਠਕ ਕੌਣ ਉਹ ਕੀ ਸੋਚਣਗੇ ਇਹਦੇ ਬਾਰੇ ਹੈਨਾ ਕੀ ਕਰਨਗੇ ਅੱਗੇ ਲਿਖਣ ਤੋਂ ਪਹਿਲਾਂ ਲਿਖੂ ਜੇ ਉਹ ਥੋਪੇਗਾ ਨਾ ਤੇ ਜਾਂ ਉਹ ਇਦਾਂ ਦੀ ਪੁਆਇੰਟ ਬਣਾਊਗਾ ਤਾਂ ਲੋਕ ਵਾਕਿਆ ਹੀ ਉਹਦੇ ਤੇ ਬਗਾਵਤ ਕਰਨਗੇ ਲੋਕ ਮਾਰਨਗੇ ਕੁੱਟਣਗੇ ਹੁਣ ਦੇਖੋ ਇਹਦਾ ਨਤੀਜਾ ਕੀ ਨਿਕਲਿਆ ਇਹਦਾ ਮਤਲਬ ਪਿੱਛੇ ਲੱਗੇ ਸੀਗੇ ਕਿਉਂਕਿ ਜਿਹੜੀ ਲਿਖਤ ਆ ਨਾ ਉਹ ਅਟਲ ਜਦੋਂ ਮਗਰ ਲੱਗਦੀ ਹੈ ਜਾਂ ਉਹ ਤਾਂ ਉਹ ਝੂਠ ਜਦੋਂ ਬੋਲਿਆ ਗਿਆ ਉਹਨੂੰ ਸਚਾਈ ਚ ਨੇ ਹੋਣਾ ਔਖਾ ਹੋਊਗਾ ਜਿਹੜੇ ਚੰਗੇ ਆ ਤੁਸੀਂ ਸ਼ੈਕਸਪੀਅਰ ਪੜ੍ਹਦੇ ਰਹੇ ਵਰਲਡ ਵਾਰਥ ਪੜ੍ਹ ਰਹੇ ਜੇ ਤੁਸੀਂ ਉਹਨਾਂ ਨੂੰ ਜਦੋਂ ਕਰਦੇ ਜੀਬੀ ਸ਼ੈਲੇ ਪੜ੍ਹ ਰਹੇ ਜੇ ਇਹਨਾਂ ਨੂੰ ਪੜੋਗੇ ਤਾਂ ਲੋਕਾਂ ਦਾ ਦਿਮਾਗ ਖੁੱਲਦਾ ਵਹਿੰਦੇ ਲੋਕ ਹੈਨਾ ਗੋਰਕੀ ਦਾ ਨਾਵਲਮਾਂ ਪੜ੍ਹ ਕੇ ਦੇਖੋ ਉਹਨਾਂ ਚੀਜ਼ਾਂ ਨੂੰ ਜਿਹੜੇ ਲਿਖ ਗਿਆ ਉਹਨਾਂ ਨੂੰ ਕਦੇ ਕਿਸੇ ਨੇ ਵੀ ਕੋਈ ਆਲੋਚਨਾ ਨਹੀਂ ਕੀਤੀ ਅੱਜ ਤੱਕ ਵੀ ਸਿਲੇਬਸ 'ਚ ਲੱਗੀ ਹੈ ਜਿਹੜੇ ਸਰਵ ਵਿਆਪੀ ਚੀਜ਼ਾਂ ਜਿਹਦੇ ਵਿੱਚ ਪਿੱਛੇ ਸਚਾਈ ਹੈ ਜਿਨ੍ਹਾਂ ਨੇ ਲਿਖੇ ਲੋਕਾਂ ਲਈ ਹੈਗਾ ਲੋਕਾਂ ਦੇ ਬੜਾਵੇ ਲਈ ਲਿਖਿਆ ਵਿਕਾਸ ਜੀ ਲਿਖਿਆ ਲੋਕਾਂ ਦੀ ਹੈ ਨਾ ਜਿਹੜੀ ਸੋਸਾਇਟੀ ਲਈ ਲਿਖਿਆ ਉਹ ਤਾਂ ਠੀਕ ਹੈ ਜੇ ਤੁਸੀਂ ਪਾਰਟੀਕੂਲ ਕੁਝ ਕਰੋਗੇ ਉਹ ਤਾਂ ਕੰਟਰੋਵਰਸੀ ਹੋਊਗਾ ਇਹਦਾ ਨਤੀਜਾ ਹੀ ਨਿਕਲਿਆ ਜਾਣਾ ਹੋਣ ਨਿਕਲਿਆ ਉਹੀ ਹੈ ਬਿਲਕੁਲ ਠੀਕ ਹੈ ਲੈ ਬੜੀਆਂ ਪਿਆਰੀਆਂ ਪਿਆਰੀਆਂ ਲਾਈਨਾਂ ਸਾਹਮਣੇ ਆ ਜਾਂਦੀਆਂ ਨੇ ਬੀਬੀ ਸ਼ੈਲੇ ਆ ਥਿੰਕ ਆਫ ਬਿਊਟੀ ਇਜ਼ ਅ ਜॉय ਫੋਰਐਵਰ ਵਰਲਡ ਬਰਥ ਸੋ ਇਦਾਂ ਦੀ ਵਰਟ ਆਫ ਨੇਚਰ ਵਨ ਪੁਆਇੰਟ ਆਫ ਨੇਚਰ ਯਸ ਹਾਂ ਦੇਖੋ ਹੈ ਨਾ ਡੈਫੋਡਿਲਸ ਜਿੰਨਾ ਕਿੰਨੀ ਪਿਆਰੀ ਹੈ ਪੜਦੇ ਰਹੇ ਆਪਾਂ ਪੜਦੇ ਜੀਬੀ ਸ਼ੈਲੇ ਦੀਆਂ ਜੀ 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 ਹਾਂ ਜਿਹੜੇ ਜਿਹੜੇ ਸੈਕੋਲੋਜਿਸਟ ਕਿੰਨੇ ਵਧੀਆ ਹੋਏ ਆ ਔਰ ਮੋਸਟਲੀ ਅੰਗਰੇਜ਼ ਹੀ ਹੋਏ ਜਿੱਦਾਂ ਲਿਖਿਆ ਉਹਨਾਂ ਨੇ ਸਾਰਾ ਕੁਝ ਮੈਨੂੰ ਸਭ ਤੋਂ ਵਧੀਆ ਲੱਗਦੀ ਹੈ ਰਾਬਰਟ ਬਰਾਊਨਿੰਗ ਦੀ ਇੱਕ ਲਾਈਨ ਆ ਹਾਂ ਉਹ ਕੋੜੇ ਦੇ ਉੱਤੇ ਹੈ ਉਹਦੀ ਪ੍ਰੇਮਿਕਾ ਉਹਦੇ ਨਾਲ ਹੈ ਉਹ ਕਹਿੰਦਾ ਮੈਂ ਕੋੜੇ ਦੇ ਉੱਤੇ ਆਪਣੀ ਪ੍ਰੇਮਿਕਾ ਦੇ ਨਾਲ ਘੁੰਮਦਾ ਪਿਆ ਇਹਦਾ ਮਤਲਬ ਹੈ ਦੁਨੀਆ 'ਚ ਸਭ ਕੁਝ ਠੀਕ ਹੈ ਨਾ ਬਿਲਕੁਲ ਉਹ ਤਾਂ ਫਿਰ ਕਿਉਂਕਿ ਫੁੱਡ ਇੰਜੋਏ ਕਰਦੇ ਪਉ ਕਾਪਾਣਾ ਵੇ ਜਰਾ ਰੱਜਾ ਵੇ ਉਹਨੂੰ ਪਤਾ ਮੈਂ ਤਾਂ ਕੱਲਾ ਵਾਂ ਦੁਨੀਆ ਤੇ ਮੇਰੀ ਆਪਣੀ ਦੁਨੀਆ ਸੋ ਰਾਈਟਰਸ ਨੇ ਔਰ ਅਸੀਂ ਹਮੇਸ਼ਾ ਇਹ ਸੋਚਦੇ ਆ ਕਿ ਜੋ ਰਾਈਟ ਅਪਸ ਨੇ ਨਾ ਉਹਨਾਂ ਦੀਆਂ ਲਿਖਤਾਂ ਨੇ ਜਿਹੜੀਆਂ ਉਹਨਾਂ ਦੀਆਂ ਉਹ ਹਮੇਸ਼ਾ ਮਤਲਬ ਪ੍ਰੋ ਸੋਸਾਇਟੀ ਹੋਣ ਸਮਾਜ ਦੇ ਭਲੇ ਦੇ ਵਾਸਤੇ ਹੋਣ ਰਾਈਟਰ ਇਹਨਾਂ ਕੋ ਵੀ ਆਪਣੀ ਦੁਨੀਆ ਦਾ ਗੱਲ ਕਰੇ ਦੁਨੀਆ ਜਿਹੜੀ ਵਸ ਰਹੀ ਹੈ ਉਹਦੀ ਕਰਨੀ ਪੈਣੀ ਆ ਇਹ ਨਹੀਂ ਕਿ ਉਹ ਕਹੇ ਮੇਰੀ ਆਪਣੀ ਦੁਨੀਆ ਮੈਂ ਆਪਣੀ ਦੁਨੀਆ ਵਸਾ ਲਈ ਫਿਰ ਤੇ ਡੰਡੇ ਖਾਣਿਆ ਨਾ ਉਹਨੂੰ ਪਤਾ ਕਿ ਕੌਣਗੇ ਪਾਠਕ ਕੌਣਗੇ ਬਿਲਕੁਲ ਠੀਕ ਹੈ ਪਾਠਕਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਆਲੋਚਕਾਂ ਦਾ ਵੀ ਧਿਆਨ ਰੱਖੋ ਪ੍ਰਸ਼ੰਸਕਾਂ ਦਾ ਵੀ ਧਿਆਨ ਰੱਖੋ ਦਾਦਾ ਜੀ ਅੱਛੀ ਲਿਖ ਤਾਹੀਂ ਅੱਛੀ ਚੱਲੇਗੀ ਕੰਮ ਹਾਂ ਹਿਮਾਚਲ ਵਿਧਾਨ ਸਭਾ ਵਿੱਚ ਜ਼ਬਰੀ ਧਰਮ ਪਰਿਵਰਤਨ ਬਿਲ ਪਾਸ ਹੂੰ ਬਿਲ ਪਾਸ ਹੋ ਗਿਆ ਮਤਲਬ ਅਲੱਗ ਜੀ ਸੋਚ ਦਾ ਕੰਮ ਲੱਗਦਾ ਮਤਲਬ ਸਾਡਾ ਸੰਵਿਧਾਨ ਕਹਿੰਦਾ ਕਿ ਸਾਰੇ ਧਰਮ ਬਰਾਬਰ ਨੇ ਧਰਮ ਨਿੱਜੀ ਮਾਮਲਾ ਹੈ ਹੂੰ ਔਰ ਵਿਧਾਨ ਸਭਾ ਦੇ ਵਿੱਚ ਬਿਲ ਪਾਸ ਹੋਇਆ ਹਾਂ ਇਹ ਦੇਖੋ ਇਹ ਕਈ ਵਾਰੀ ਚੀਜ਼ਾਂ ਜਿਹੜੀਆਂ ਹਨਾ ਧਰਮ ਜਦੋਂ ਪੋਲਿਟਿਕਸ ਜਾਂ ਸਿਆਸਤ ਆ ਜਾਂਦਾ ਤੇ ਇਹਦਾ ਰੰਗ ਹੀ ਬਦਲ ਜਾਂਦਾ ਧਰਮ ਦਾ ਮਤਲਬ ਹੈਗਾ ਇਸ਼ਟ ਦੀ ਪੂਜਾ ਤੁਹਾਨੂੰ ਆਪਣੇ ਮਾਨਸਿਕ ਜਿਹੜੀ ਆ ਸਥਿਤੀ ਉਹਨੂੰ ਬਰਾਬਰ ਤੇ ਜਿਹੜਾ ਉਹਨਾਂ ਸਥਿਰ ਰੱਖਣਾ ਉਹ ਹੈ ਧਰਮ ਧਰਮ ਦਾ ਮਾਮਲਾ ਇਹ ਨਹੀਂ ਕਿ ਆ ਕਿ ਤੁਸੀਂ ਸਿਆਸਤ ਨਾਲ ਜੁੜ ਜਿਓ ਤੇ ਲੋਕਾਂ ਦੇ ਤੁਸੀਂ ਹੈਨਾ ਬੰਦੂਕ ਧਾਰੀ ਹੋ ਜਿਓ ਤੇ ਲੋਕਾਂ ਨੂੰ ਤੰਗ ਕਰੋ ਧਰਮ ਦਾ ਮਤਲਬ ਹੈ ਸ਼ਾਂਤੀ ਹੈਨਾ ਜੋ ਮਹਾਤਮਾ ਬੁੱਧ ਦੇ ਅਸ਼ਟਮਾਰਗ ਚ ਲਿਖਿਆ ਗਿਆ ਉਹਨਾਂ ਦੇ ਨਾਲ ਹੈਗਾ ਹੈਨਾ ਜੋ ਮਹਾਤਮਾ ਬੁੱਧ ਤੋਂ ਪਹਿਲਾਂ ਜਿੰਨੇ ਵੀ ਜੈਨੀ ਹੋਏ ਆ ਬੋਧੀ ਹੋਏ ਆ ਜਿੰਨੇ ਵੀ ਧਰਮ ਆਏ ਆ ਔਰ ਉੱਚ ਪੀਰ ਪੈਗੰਬਰ ਆਏ ਆ ਹੈਨਾ ਮਮ ਸਾਹਿਬ ਨੇ ਲਿਖਿਆ Quran ਸਾਹਿਬ ਰਚ ਗੁਰੂ ਗ੍ਰੰਥ ਸਾਹਿਬ ਦੀ ਜੋ ਸਤਕਾਰ ਉਹਨਾਂ ਦੇ ਵਿੱਚ ਵੇਖੋ ਕੀ ਕੁਛ ਹੈਗਾ ਪਰ ਜੇ ਅਸੀਂ ਧਰਮ ਨੂੰ ਸ਼ਾਸਤ ਵਿੱਚ ਕੜੀਸ ਕੇ ਲਾਈਏ ਤਾਂ ਉਹ ਗਲਤ ਹੁੰਦੀ ਆ ਹੁਣ ਇਹ ਗੱਲ ਇਹ ਸੇ ਕਰਕੇ ਹੈਗਾ ਕਿਉਂਕਿ ਜਿਹੜੀ ਬਹੁਮਤ ਹੋਏਗਾ ਨਾ ਉਹ ਦੂਜਿਆਂ ਨੂੰ ਜਿਹੜੇ ਧਰਮਾਂ ਨੂੰ ਨੇੜੇ ਨਹੀਂ ਆਉਣ ਦੇਗਾ ਕਿਉਂਕਿ ਉਹ ਆਂਦੇ ਵੀ ਤੇ ਆਟੇ ਚ ਲੂਣ ਵਾਲੀ ਗੱਲ ਹੈ ਹੈਨਾ ਇਹਨੂੰ ਸ਼ਾਨ ਕੇ ਪਾਸੇ ਕਰ ਦਿਓ ਤੇ ਉਹ ਨਾ ਆਜੇ ਧਰਮ ਦਾ ਵੈਸੀ ਅਸੂਲ ਇੱਕੋ ਹੀ ਆ 왓 ਇਜ਼ 1 ਉਹਨਾਂ ਨੇ ਕਹਿਣਾ ਹੀ ਆ ਜੇ ਤੁਸੀਂ ਸਾਰੇ ਧਰਮਾਂ ਚ ਜਾਓ ਤੇ ਪ੍ਰਮਾਤਮਾ ਦੇਖੀਏ ਉਹਦੀ ਸਥਿਤੀ ਇੱਕ ਹੈਗੀ ਆ ਉਹਦੇ ਤੇ ਉਹਦੇ ਸਿਧਾਂਤ ਇੱਕ ਹੈਗੇ ਆ ਪਰ ਦੋ ਦੋ ਸਕੂਲ ਨੇ ਨਾ ਇਬਰਾਹਿਮਿਕ ਹਾਂ ਧਰਮ ਤੇ ਇੱਧਰ ਸਾਡਾ ਵੈਦਿਕ ਧਰਮ ਹਮ ਇਬਰਾਹਿਮਿਕ ਚ ਆਏਗਾ 크੍ਰਿਸਚਨ ਆ ਜਾਂਦੇ ਨੇ ਹਾਂ ਮੁਸਲਮ ਆਂਦੇ ਨੇ ਹਮ ਯਹੂਦੀ ਆਂਦੇ ਨੇ ਜੀ ਹੈ ਨਾ ਉਹਦੇ ਨਾਲ ਮਿਲਦੇ ਫਿਰ ਜ਼ੋਰੈਸਟਰਿਜ਼ਮ ਆ ਜਾਂਦਾ ਹੈ ਜਿਹਨਾਂ ਨੂੰ ਅਪਾ ਪਾਰਸੀਜ਼ ਕਹਿੰਦੇ ਆ ਹਾਂ ਸਾਡਾ ਇੱਧਰ ਆ ਜਾਂਦਾ ਵੈਦਿਕ ਕਲਚਰ ਜਿੱਦੇ ਚ ਆ ਜਾਂਦਾ ਹੈ ਪੁਰਾਤਨ ਆर्य ਧਰਮ ਆर्य ਸੰਸਕ੍ਰਿਤੀ ਠੀਕ ਹੈ ਨਾ ਜਿਹਨੂੰ ਆਪਾਂ ਕਹਿੰਦੇ ਸਨਾਤਨ ਧਰਮ ਫਿਰ ਉਸ ਤੋਂ ਬਾਅਦ ਆਉਂਦੇ ਨੇ ਬੁੱਧ ਧਰਮ ਫਿਰ ਸਾਡੇ ਫਿਰ ਆਉਂਦੇ ਨੇ ਜੈਨ ਧਰਮ ਫਿਰ ਸਾਡੇ ਫਿਰ ਸਾਡੇ ਸਿੱਖ ਧਰਮ ਆਉਂਦਾ ਹੈ ਔਰ ਸਿੱਖ ਧਰਮ ਤੋਂ ਬਾਅਦ ਚੋ ਸਿੱਖ ਧਰਮ ਤੋਂ ਸਿੰਘ ਧਰਮ ਤੱਕ ਦੀ ਯਾਤਰਾ ਚੱਲਦੀ ਹੈ ਸੋ ਇਹ ਵੱਖੋ ਵੱਖਰੇ ਨੇ ਇਹ ਸਾਡੇ ਏਸ਼ੀਆ ਦੇ ਦੇਸ਼ਾਂ ਚੋਂ ਨੇ ਦੋ ਦੋ ਤਰ੍ਹਾਂ ਦੀਆਂ ਸਕੂਲਸ ਚੱਲਦੇ ਨੇ ਔਰ ਇੱਕ ਜਿੰਨੀ ਤਰ੍ਹਾਂ ਦੇ ਵੀ ਇਹ ਸਕੂਲਸ ਹੋਣਗੇ ਠੀਕ ਹੈ ਨਾ ਇਹ ਸਾਡੇ ਪਰਸਨਲ ਮੈਟਰਸ ਨੇ ਹੂੰ ਇਹ ਪਬਲਿਕ ਮੈਟਰਸ ਨਹੀਂ ਹੈਗੇ ਪਰਸਨਲ ਮੈਟਰਸ ਨੇ ਕੋਈ ਕਿੱਧਰ ਵੀ ਜਾ ਸਕਦਾ ਕੋਈ ਕਿਸੇ ਵੀ ਚੀਜ਼ ਨੂੰ ਵੀ ਮੰਨ ਸਕਦਾ ਠੀਕ ਹੈ ਨਾ ਸੋ ਇੱਥੇ ਆ ਕੇ ਜਿਹੜਾ ਸਿਆਸਤ ਨੂੰ ਤੁਸੀਂ ਬਿਲਕੁਲ ਠੀਕ kiya ਪੋਲਿਟਿਕਸ ਆਪਣੇ ਰੰਗ ਦੇ ਵਿੱਚ ਰੰਗਣਾ ਸ਼ੁਰੂ ਕਰਦਾ ਜਦੋਂ ਹਾਂ ਉੱਥੇ ਆ ਕੇ ਇਹ ਸਾਰੇ ਪੰਗੇ ਖੜੇ ਹੁੰਦੇ ਨੇ ਉੱਥੇ ਜਾ ਕੇ ਸਾਰੇ ਝਗੜੇ ਖੜੇ ਹੁੰਦੇ ਨੇ ਬੇਸਿਕਲੀ ਜਿੰਨੇ ਵੀ ਐਸਲੇ ਜਿੰਨੇ ਵੀ ਧਰਮਾਂ ਦੇ ਅਨਿਆਈ ਆ ਤਾਂ ਜਿੰਨੇ ਸਮੁੰਦਾਏ ਆ ਜਿੰਨੇ ਵੀ ਕਮਿਊਨਿਟੀ ਆ ਉਹਨਾਂ ਦੇ ਧਰਮ ਇੱਕ ਨਹੀਂਗਾ ਉਹਨਾਂ ਦੇ ਵਿੱਚ ਵੀ ਇਹ ਵੰਡੀਆਂ ਪਈਆਂ ਜਿੱਦਾਂ 크੍ਰਿਸਚਨ ਆ ਇਹਨਾਂ ਦੇ ਦੋ ਆ ਦੋ ਨੇ ਪ੍ਰੋਟੈਸਟੈਂਟਸ ਵੀ ਨੇ ਹਾਂ ਪ੍ਰੋਟੈਸਟੈਂਟ ਵੀ ਹੈ ਔਰ ਮੁਸਲਮ ਸ਼ੀਆ ਸੁन्नी ਮਰਜ਼ਾਈ ਆਕਾਦੀਆਂ ਪੰਜਾਬ 'ਚ ਹੀ ਹੈਗਾ ਉਥੇ ਮਰਜ਼ਾਈ ਹੈ ਕਿਤੇ ਵੀ ਕੋਈ ਡੈਥ ਹੋ ਜੇ ਮੁਸਲਮ ਦੀ ਸਾਰਾ ਕੁਝ ਬਹਿਸ਼ਤ ਉਹ ਨੂੰ ਕਹਿੰਦੇ ਆ ਜਿੱਥੇ ਉਹਨਾਂ ਦੀ ਕਬਰਾਂ ਆ ਉਹਨਾਂ ਨੂੰ ਇੱਥੇ ਲਿਆ ਲਿਆ ਕੇ ਦਫਨਾਇਆ ਜਾਂਦਾ ਇਹ ਵੇਖੋ ਕਿੰਨੇ ਹੈਗੇ ਸ਼ੀਆ ਸੁੰਨੀ ਮਰਜਾਈ ਹੋਰ ਵੀ ਹੋਣਗੇ ਔਰ ਉਸ ਤੋਂ ਇਲਾਵਾ ਬਾਕੀ ਜਿਹੜੇ ਹੈਗੇ 크ਰਿਸਚਨ ਤਾਂ ਉਹਨਾਂ ਦੇ ਵਿੱਚ ਜੋ ਹੋਗੇ ਸਾਰਾ ਕੁਝ ਹੈ ਨਾ ਤਾਂ ਤੁਸੀਂ ਜਾਨੀਆ ਵਿੱਚ ਦੇਖ ਲਓ ਜਾਨੀਆ ਵਿੱਚ ਚੱਲ ਜੋ ਜਾਨੀਆ ਬੇਸਿਕ ਕਨਸੈਪਟ ਤੋਂ ਹੀ ਹੈ ਨਾ ਚਾਰ ਵਰਨ ਤੁਸੀਂ ਹੋਰ ਤਾਂ ਦੱਸੋ ਜਿੱਥੇ ਅਸੀਂ ਸਿੱਖਾਂ 'ਚ ਬੈਠੇ ਆਂ ਸਾਡੇ ਚੋ ਹੀ ਹੈ ਸਿੱਖ ਧਰਮ ਚ ਵੀ ਆ ਗਿਆ ਕਿਉਂ ਨਹੀਂ ਕਿੰਨੇ ਇਸ਼ਟਾਗੇ ਕਿੰਨੇ ਇਹਨਾਂ ਨੇ ਦੇਹਦਾਰੀ ਇਹਨਾਂ ਨੇ ਆਪਣੇ ਬਾਬੇ ਬਣਾ ਲਏ ਦੇ ਵਿੱਚ ਜਦੋਂ ਗੁਰੂ ਧਰਮ ਦੇ ਪਾਤਸ਼ਾਹ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਪੂਜਣਾ ਹੀ ਸਾਰਾ ਅੱਗੇ ਹੈਗਾ ਇਹ ਗੁਰੂ ਹੈ ਸਾਰਿਆਂ ਦਾ ਔਰ ਕੋਈ ਇਹਦੇ ਵਿੱਚ ਉਹ ਨਹੀਂ ਹੋਗਾ ਪਰ ਉਸ ਤੋਂ ਬਾਅਦ ਦੇਖ ਲਓ ਜੇ ਕਿੰਨੇ ਡੇਰੇ ਕਿੰਨੇ ਸੰਤ ਕੀ ਕੁਛ ਹੋ ਗਿਆ ਉਹ ਇਹਦੇ ਵਿੱਚ ਹੀ ਆ ਗਿਆ ਔਰ ਇਹ ਸਾਰੇ ਧਰਮਾਂ ਚ ਆਪਾਂ ਕਿਸੇ ਦੂਜੇ ਧਰਮ ਦੀ ਗੱਲ ਨਹੀਂ ਕਰਦੇ ਪਰ ਇਹਦੇ ਵਿੱਚ ਅਨਿਆਈ ਤੁਹਾਨੂੰ ਮੰਨਣਾ ਮੰਨੋਗੇ ਤੁਸੀਂ ਉਹਨਾਂ ਨੂੰ ਹੀ ਮੰਨੋਗੇ ਦੋਨਾਂ ਨੂੰ ਬਾਣੀ ਤੁਸੀਂ ਉਹ ਪੜਦੇ ਜੇ ਪਰ ਡੇਰੇ ਆਪਣੇ ਬਣਾਏ ਉਹ ਸਾਰਾ ਕੁਝ ਹੈਗਾ ਮੁਸਲਮ ਤਾਂ ਵਿੱਚ ਵਿੱਚ ਕੋ ਬੜਾ ਕੁਛ ਲੜਦੇ ਆਫਗਾਨਿਸਤਾਨ ਚ ਕੀ ਕੁਝ ਹੋ ਰਿਹਾ ਸੀ ਕਿੰਨੀਆਂ ਉਹਦੇ ਚ ਸੈਕਟ ਬਣ ਗਿਆ ਹੈ ਨਾ ਕ੍ਰਿਸਤਿਅਨ ਕਿੰਨੇ ਜਿਨ੍ਹਾਂ ਨੇ ਰਾਜ ਕੀਤਾ ਦੁਨੀਆ ਤੇ ਉਹ ਵੀ ਇਕੱਠੇ ਨਹੀਂ ਰਹੇ ਉਹਨਾਂ ਦੇ ਧਰਮ ਦੇ ਵਿੱਚ ਵੰਡੀਆਂ ਪੈ ਗਈ ਇਹ ਹੀ ਹਾਲਤ ਹੁੰਦੀ ਆ ਤੇ ਇਹ ਗੱਲ ਆਪਾਂ ਫਿਰ ਉੱਥੇ ਆਈਏ Shimla ਚ ਜਿੱਥੇ ਅਸਲੇ ਜਰਮ ਠਾਕਰ ਜੀ ਨੇ ਬਿੱਲ ਪੇਸ਼ ਕੀਤਾ ਜਿਹੜੇ ਉਦੋਂ ਦੇ ਮੁੱਖ ਮੰਤਰੀ ਐ ਔਰ ਉਹਨਾਂ ਨੇ ਕਿਹਾ ਕਿ ਧਰਮ ਦੇ ਵਿੱਚ ਥੋੜੀ ਜੀ ਇਹ ਆੜ ਲੈ ਕੇ ਲੋਕ ਇਹਦੇ ਵਿੱਚ ਖੁੱਸ ਰਹੇ ਆ ਸਾਰਾ ਕੁਝ ਬੁਰਿਆ ਔਰ ਇਹ ਗੱਲ ਵੇਖਣ ਵਾਲੀ ਹੁੰਦੀ ਹੈ ਕਿਈ ਜਿਹੜੇ ਮਿਹਨਤ ਜਿਹੜੇ ਮੁੱਖ ਧਰਮ ਚੱਲ ਰਹੇ ਆ ਜਿਹੜੇ ਰਿਲੀਜੀਅਨ ਚੱਲ ਰਹੇ ਉਹਦੇ ਵਿੱਚ ਥੋੜੀਆਂ ਬਹੁਤ ਬਾਕੀ ਵੀ ਆ ਜਾਂਦੀਆਂ ਪੰਜਾਬ ਵਿੱਚ ਵੀ ਜਿਹੜਾ ਚੋਣ ਨਹੀਂ ਅਕਾਲੀ ਦਲ ਨੇ ਕਿਹਾ ਸੀਗਾ ਕਿ 크ਰਿਸਚਨ ਜਿਹੜੇ ਆ ਕੇ ਵਿੱਚ ਬਹਿ ਗਏ ਆ ਔਰ ਕਰ ਰਹੇ ਆ ਔਰ ਉਹ ਚੋਂ ਫੰਡਿੰਗ ਵੀ ਹੁੰਦੀ ਹੈ ਔਰ ਇਸੇ ਤਰ੍ਹਾਂ ਹੋ ਸਕਦਾ ਹਿਮਾਚਲ ਵਿੱਚ ਵੀ ਇਹ ਗੱਲ ਹੋਈ ਹੋਵੇ ਕਿਉਂਕਿ ਬੇਸਿਕਲੀ ਉੱਥੇ Hindu धर्म ਹੈਗਾ ਵਾਲੇ ਸਾਰੇ ਹੋ ਸਕਦਾ ਉੱਥੇ 크ਰਿਸਚਨ ਆਜ ਹੁਣ ਲਈ ਕੁਛ ਨਾ ਕੁਛ ਪੈਰੋਕਾਰ ਆਏ ਹੁਣ ਉਹਨਾਂ ਨੂੰ ਪੈਸਾ ਤੇਲਾ ਦਿੱਤਾ ਹੋਵੇ ਔਰ ਉੱਤੇ ਚਰਚ ਬਣ ਗਈ ਹੋਵੇ ਕਈ ਕੁਛ ਹੁੰਦਾ ਔਰ ਹੁਣ ਇਹ ਤਾਂ ਹੈਗਾ ਇਹ ਲੋਕਾਂ ਦਾ ਆਪਣਾ ਖਿਆਲ ਹੈ ਲੋਕਾਂ ਨੇ ਕਿਹਨੂੰ ਮੰਨਣਾ ਹੈ ਇਦੇ ਵਿੱਚ ਕਿਸੇ ਦੀ ਪਾਬੰਦੀ ਨਹੀਂ ਹੋ ਸਕਦੀ ਜੋ ਉਹਨਾਂ ਦਾ ਮਨ ਕਰਦਾ ਉਹਨਾਂ ਦਾ ਉਹ ਕਰਨਾ ਹੀ ਕਰਨਾ ਹੈ ਕਿ ਨਹੀਂ ਜਿੱਥੇ ਉਹਨਾਂ ਨੂੰ ਚੰਗਾ ਲੱਗਦਾ ਜਿੱਥੇ ਉਹਨਾਂ ਦਾ ਮਨ ਸ਼ਾਂਤ ਹੁੰਦਾ ਇਹ ਚਾਹਕਾ ਫਿਰ ਉੱਥੇ ਆਉਂਦੀ ਪੋਲਿਟਿਕਸ ਇੱਥੋਂ ਫੇ ਦੂਰ ਹੀ ਰਹਿਣੀ ਚਾਹੀਦੀ ਬਿਲਕੁਲ ਸਹੀ ਗੱਲ ਹੈ ਔਰ ਸਭ ਤੋਂ ਉੱਤੇ ਇਨਸਾਨੀਅਤ ਦਾ ਧਰਮ ਜੀ ਮਾਨਵਤਾ ਹਿਮਨਿਟੀ ਉਹ ਸਭ ਤੋਂ ਉੱਤੇ ਬਹੁਤ ਵੱਡੀ ਗੱਲ ਬਿਲਕੁਲ ਜੀ ਇਹ ਤਾਂ ਗੁਰੂ ਨਾਨਕ ਦੇਵ ਜੀ ਕਹਿ ਗਏ ਸਾਰੇ ਇਸ ਬਾਰੇ ਉਹਨਾਂ ਨੇ ਬਹੁਤ ਕੁਝ ਕਿਹਾ ਮਾਨਸ ਕੀ ਜਾਤ ਸਭ ਇੱਕ ਨੂੰ ਪਛਾਨ ਬਿਲਕੁਲ ਸਭ ਇੱਕ ਨੂੰ ਹਾਂ ਸੋ ਅੱਗੇ ਹੁਣ ਕੋਰੋਨਾ ਦਾ ਕਹਿਰ ਫੇਰ ਤੋਂ ਜੀ ਇਹਨਾਂ ਵਾਇਰਸ 19 ਸਾਨੂੰ ਫੇਰ ਤੋਂ ਕਰਦਾ ਪਿਆ ਛਡਵਾਇਆ ਤੋਂ ਬਸ ਅਲੋਖਾਂਤ ਪਤਾ ਨਹੀਂ ਕਿੰਨੇ ਵੇਰੀਐਂਟਸ ਲੈ ਕੇ ਫਿਰ ਤੋਂ ਤੰਗ ਕਰਨਾ ਇਹਨੇ ਸ਼ੁਰੂ ਕੀਤਾ ਹੈ ਇਸ ਕਰਕੇ ਉਹ ਸੇਮ ਫਾਰਮੂਲਾ ਜਿਹੜਾ ਅਸੀਂ ਅਪਣਾਇਆ ਸੀ ਮਾਸਕ ਪਾਣਾ ਦੂਰੀ ਰੱਖਣਾ ਸੋਸ਼ਲ ਡਿਸਟੈਂਸਿੰਗ ਕਹਿੰਦੇ ਸੀ ਮੈਂ ਇਹਨੂੰ ਕਹਿੰਦਾ ਸੀ ਫਿਜ਼ੀਕਲ ਡਿਸਟੈਂਸਿੰਗ ਲੋਹੀ ਹੈ ਸਮਾਜਿਕ ਤੌਰ ਤੇ ਦੂਰ ਨਾ ਹੋਵੋ ਸਰੀਰਕ ਤੌਰ ਤੇ ਦੂਰ ਹੋ ਕਿਉਂਕਿ ਸਮਾਜਿਕ ਤੌਰ ਤੇ ਦੂਰ ਹੋਗੇ ਫਿਰ ਤੇ ਸਮਾਜੀ ਟੁੱਟ ਜਾਣਾ ਸੋ ਸਰੀਰਕ ਤੌਰ ਦੇ ਉੱਤੇ ਤੁਸੀਂ ਦੂਰੀ ਬਣਾ ਕੇ ਰੱਖੋ ਮਾਸਕ ਪਾਓ ਉਹ ਫੇਰ ਸੈਨੀਟਾਈਜ਼ਰ ਐਵਰੀਥਿੰਗ ਜੋ ਪਹਿਲਾਂ ਸੇ ਕਰਦੇ ਰਹੇ ਆ ਉਹ احتیاط ਵਰਤੋ ਤਾਂ ਕਿ ਕਰੋਨਾ ਤੋਂ ਬਚਿਆ ਜਾ ਸਕੇ ਕਿਉਂਕਿ ਪੰਜਾਬ ਦੇ ਅੰਦਰ ਵੀ ਮਾਮਲੇ ਵਧਦੇ ਪਏ ਨੇ ਹੁਣ ਇਹ ਬੜੀ ਵੱਡੀ ਖਤਰੇ ਵਾਲੀ ਗੱਲ ਆ ਔਰ ਵੱਡੀ ਖਤਰੇ ਦੀ ਘੰਟੀ ਫੇਰ ਖੜਕ ਗਈ ਹੈ ਔਰ ਤੁਸੀਂ ਦੇਖ ਲਓ ਜਿਹੜੇ ਡਵੈਲਪਡ ਕੰਟਰੀ ਆ ਅਮਰੀਕਾ ਚ ਜਿਹੜਾ ਇਸ ਵੇਲੇ ਫੇਰ ਉੱਤੇ ਰਿਹਾ ਹੋ ਰਿਹਾ ਹੈ ਕੰਮ ਕੈਨੇਡਾ ਚ ਵੀ ਰਿਹਾ ਔਰ ਜਿੱਥੇ ਜਿਹੜੇ ਵੱਡੇ ਕੰਟਰੀ ਆ ਚਾਈਨਾ ਤੋਂ ਤਾਂ ਇਹ ਹਿੱਲਿਆ ਸੀ ਨਾ ਕੰਮ ਓਰੀਜਿਨ ਤੋਂ ਤੋਂ ਹੋਇਆ ਸੀ ਨਾ ਤੇ ਜਿਹੜਾ ਕਰੋਨਾ 19 ਉਦਾ ਰੌਲਾ ਪਿਆ ਔਰ ਉਹਦੇ ਤੋਂ ਬਾਅਦ ਐਸ ਵੇਲੇ ਫਿਰ ਇਹ ਰੌਲਾ ਪਿਆ ਗਿਆ ਕਿ ਆ ਰਿਹਾ ਔਰ ਤਿਮਾਸ ਪੋਣਾ ਲਾਜ਼ਮੀ ਕਰ ਦਿੱਤਾ ਗਿਆ ਜਿੱਥੇ-ਜਿੱਥੇ ਲੋਕ ਇਕੱਠੇ ਹੁੰਦੇ ਆ ਜਿੱਥੇ-ਜਿੱਥੇ ਲੋਕਾਂ ਦਾ ਇਕੱਠ ਹੁੰਦਾ ਔਰ ਉਹਨਾਂ ਤੋਂ ਬਾਅਦ ਜਿਹੜੇ ਡਿਪਟੀ ਕਮਿਸ਼ਨਰ ਹੈਗੇ ਨੇ ਜ਼ਿਲ੍ਹੇ ਦੇ ਉਹਨਾਂ ਨੂੰ ਹਦਾਇਤਾਂ ਆ ਗਈਆਂ ਐਸਐਸਪੀ ਜਿਹੜੇ ਜ਼ਿਲ੍ਹੇ ਦੇ ਹੋਣਗੇ ਉਹਨਾਂ ਨੂੰ ਹਦਾਇਤਾਂ ਆ ਗਈਆਂ ਔਰ ਸਕੂਲਾਂ ਕਾਲਜਾਂ ਦੇ ਬੱਚਿਆਂ ਨੂੰ ਜਿਹੜਾ ਉਹਨਾਂ ਨੇ ਕਹਿਤਾ ਅੱਗੇ ਵੀ ਸਕੂਲ ਕਾਲਜ ਬੰਦ ਰਹੇ ਔਰ ਪੜ੍ਹਾਈ ਵੀ ਬਹੁਤ ਨੁਕਸਾਨ ਹੋ ਗਿਆ ਬਿਜ਼ਨਸ ਦਾ ਕਿਹੜਾ ਨੁਕਸਾਨ ਹੋਇਆ ਫਲਾਈਟਸ ਬੰਦ ਹੋ ਗਈਆਂ ਰਾਈਟ ਬੰਦ ਹੋ ਗਈਆਂ ਤੇ ਟਰਾਂਸਪੋਰਟ ਦੇ ਬੰਦ ਹੋਣ ਕਰਕੇ ਬਿਜ਼ਨਸ ਇਹ ਸਾਰਾ ਬੰਦ ਰਿਹਾ ਸਾਰਾ ਬਿਜ਼ਨਸ ਬੰਦ ਰਿਹਾ ਇੰਟਰਨੈਸ਼ਨਲ ਬਿਜ਼ਨਸ ਇੰਟਰਨੈਸ਼ਨਲ ਇਕਨੋਮੀ ਸਾਰੇ ਤੇ ਅਮਰੀਕਾ ਦੇ ਅੰਦਰ ਜੀਡੀਪੀ ਡਾਊਨ ਤੇ ਮੰਦੀ ਦੇ ਹਾਲਾਤਾਂ ਮਲਵਦਾ ਪਏ ਜਿਸ ਕਰਕੇ ਪੂਰੀ ਦੁਨੀਆ ਦੇ ਜੋ ਇਕਨੋਮੀਆਂ ਦੇ ਤੇ ਬੈਂਕਸ ਦੇ ਸਟੇਟਸ ਨੇ ਉਹ ਡਾਊਨ ਹੋਣ ਲੱਗ ਪਏ ਨੇ ਤੇ ਪਬਲਿਕ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਹੋ ਰਹੀ ਹੈ ਇੱਕ ਤੇ ਜੰਗ ਨੇ ਤਾਂ ਕਿਤਾ ਯੂਕਰੇਨ ਤੇ ਰਸ਼ੀਆ ਦੂਜਾ ਤਾਈਵਾਨ ਦਾ ਵਿੱਚ ਵੀ ਪ੍ਰੈਸ਼ਰ ਤਾਂ ਫਿਰ ਉਸੇ ਰੌਲੇ ਜ ਆ ਗਿਆ ਨਾ ਉਹ ਫਿਰ ਇਹ ਸਭ ਚੀਜ਼ਾਂ ਤਾਂ ਹੈਗੀਆਂ ਹੀ ਨੇ ਪਰ ਇਹ ਕਰੋਨਾ ਨਾਲ ਕੁਦਰਤ ਦੀ ਜਿਹੜੀ ਮਾਰ ਹੈ ਉਹ ਈਸ਼ਵਰ ਮਾਲਕ ਹੀ ਬਚਾਵੇ ਸਭ ਨੂੰ ਸਾਰੇ ਦੁਨੀਆ ਨੂੰ ਇਹ ਮਾਰ ਇਸ ਵਾਰ ਨਹੀਂ ਚੱਲੇ ਜਾਣ ਕਿਉਂਕਿ ਜੋ ਬਿਜ਼ਨਸ ਠੱਪ ਪਏ ਨੇ ਲੋਕਾਂ ਦੇ ਕੈਰੀਅਰ ਲੋਕਾਂ ਦੀਆਂ ਜੌਬਸ ਸਭ ਚਲੇ ਗਏ ਔਰ ਬਹੁਤ ਕੱਟ ਲੋਕ ਨੇ ਪਤਾ ਨਹੀਂ ਕਿੰਨਾ ਸਰਵਾਈਵ ਕਰਦੇ ਪਏ ਨੇ ਜਿੱਤੇ WHO ਜਿਹੜੀ World Health Organization ਆ ਜੀ ਜੀ ਉਹਨੇ ਇਹ ਵੀ ਕਿਹਾ ਕਿ ਇਹਦਾ ਖਤਰਾ ਫਿਰ ਮੰਡਲਾ ਰਿਹਾ ਇਹਦੇ ਬਦਲ ਫਿਰ ਉਸੇ ਤਰ੍ਹਾਂ ਘੜ ਕਰ ਰਿਹਾ ਆ ਰਹੀ ਆ ਔਰ ਇਹਦੇ ਤੇ ਸਾਰਿਆਂ ਨੂੰ ਇਤਿਹਾਦ ਲੈਣੇ ਚਾਹੀਦੇ ਆ ਤਾਂ ਕਿ ਇਹ ਬਿਮਾਰੀ ਨੂੰ ਫਿਰ ਉਸੇ ਤਰ੍ਹਾਂ ਹੀ ਪਛਾਣ ਮੋੜਿਆ ਜਾਵੇ ਬਿਲਕੁਲ ਸਹੀ ਗੱਲ ਹੈ ਇਹ ਵਾਇਰਸ ਰਹਿਣਾ ਹੈ ਵਾਇਰਸ ਕਿਤੇ ਨਹੀਂ ਚਲੇ ਆ ਨਾ ਇਸ ਦਰੋਗਰ ਕਿਵੇਂ ਰਹਿਣਾ ਇਹ ਅਸੀਂ ਸੋਚਣਾ ਹੈ ਔਰ ਨਾਲ ਮੰਕੀ ਪਾਕਸ ਮੰਕੀ ਪਾਕਸ ਚੋ ਵੀ ਚੱਲ ਪਿਆ ਉਹਦੇ ਚ ਵੇ ਗਿਆ ਪਰ ਉਹ ਚ ਜਿਹੜੇ ਆ ਵਰਡ ਹੈਲਥ ਆਰਗੇਨਾਈਜੇਸ਼ਨ ਨੇ ਕਿਹਾ ਕਿ ਪਾਂਦਰ ਤੋਂ ਨਹੀਂ ਆਇਆ ਇਹ ਰੌਲਾ ਵਾਧੂ ਪੈ ਗਿਆਗਾ ਪਤਾ ਨਹੀਂ ਕਿਸ ਤਰ੍ਹਾਂ ਡਾਕਟਰ ਪਾਂਦੇ ਜਾਂ ਚਕੀ ਫੋਂ ਫੈਲ ਜਾਂਦੀਆਂ ਨਾ ਇਹ ਚੂਹਿਆਂ ਤੋਂ ਨਾ ਉਹਨਾਂ ਤੋਂ ਇਹ ਇਹਦੇ ਵਾਇਰਸ ਜਿਹੜਾ ਇਹ ਹਵਾ ਦਾ ਹੈਗਾ ਹਵਾ ਚੋਂ ਦਾ ਇਸੇ ਕਰਕੇ ਆਪਾਂ ਮਾਸਕ ਪਾਉਣੇ ਕਿ ਜਿਹੜਾ ਉਹ ਵਾਇਰਸ ਹੈ ਜਿਹੜਾ ਹਵਾ ਨਾਲ ਤੁਹਾਡੇ ਅੰਦਰ ਇੰਟਰ ਨਾ ਕਰ ਜੇ ਸਭ ਤੋਂ ਪਹਿਲਾਂ ਜਿਹੜਾ ਇਹ ਵਾਇਰਸ ਹੁੰਦਾ ਤੇ ਇਹਨੇ ਤੁਹਾਡਾ ਗਲਾ ਫੜਿਆ ਜਾਂਦਾ ਜਦੋਂ ਗਲਾ ਤੁਹਾਡਾ ਜਾਮ ਹੋ ਗਿਆ ਸਾਹ ਲੈਣਾ ਔਖਾ ਹੋਗਾ ਫੇ ਬੰਦ ਹੋ ਰਿਹਾ ਹੈ ਜਸਲਾ ਹੀ ਨਹੀਂ ਆਇਆ ਜਿੱਦਾਂ ਜੀ ਸੁਰੇਜ ਉਦਾਂ ਹੀ ਸਿੰਪਟਮਸ ਆਉਂਦੇ ਨੇ ਜਿਵੇਂ ਨਮੋਨੀਆ ਨਹੀਂ ਹੋ ਜਾਉਂਗਾ ਕੰਬਣਾ ਛੜਦਾ ਤੇ ਉਹਦੇ ਨਾਲ ਤੁਹਾਡਾ ਉਹੀ ਸਿੰਪਟਮਸ ਨੇ ਪਰ ਇਹਦੇ ਜਿਹੜੇ ਰਿਜ਼ਲਟ ਨੇ ਉਹ ਨਮੋਨੀਆ ਤੋਂ ਕਿਤੇ ਜ਼ਿਆਦਾ ਖਤਰਨਾਕ ਨੇ ਇਸ ਕਰਕੇ ਹਮੇਸ਼ਾ ਏhtਿਆਤ ਰੱਖਿਏ ਚਲੋ ਹੁਣ ਅੱਗੇ ਵਧਦੇ ਹਾਂ ਜੀ ਜੀ ਕੌਮੀ ਝੰਡਾ ਵੇਚਣਾ ਭਾਰਤ ਦਾ અપਮਾਨ ਇਹ ਇੱਕ ਗੱਲ ਚੱਲ ਰਹੀ ਹੈ ਜੋ ਵਿਰੋਧੀ ਧਿਰ ਕਹਿ ਰਹੀ ਨੇ ਕਿਉਂਕਿ ਇੱਕ ਘਰ ਘਰ ਤਿਰੰਗਾ अभियान एक मुहिम चलाई हुई है हाँ, तेरह तो लैके पंद्रह तरीक तक हाँ। और नरेंद्र मोदी साहब जो सा प्रधानमंत्री ने भारत के वो खास तौर पर इस उत्ते जोर दे रहे हैं और जो सा केंद्र सरकार है बीजेपी गौरमेंट है इस वक्त केंद्र सरकार उन्होंने वालों एक खास मुहिम चलाई जा रही है पर विरोधी धिरते विरोधी धीरे होंगे उन्होंने कुछ ना कुछ तो विरोध करना ही है तो हूँ कांग्रेस वालों एक विरोध किया जा रहा है कि राष्ट्रीय झंडा वेचना ਇਹ ਝੰਡੇ ਦਾ ਅਪਮਾਨ ਹੈ ਇਸ ਕਹ ਕਿ ਝੰਡਾ ਵੇਚਣਾ ਨਹੀਂ ਚਾਹੀਦਾ ਜਿਹੜਾ ਕਰ ਕਰ ਤਿਰੰਗੇ ਦਾ ਮੁਹਿੰਮ ਚਲਾਈ ਜਾ ਰਹੀ ਹੈ ਉਹ ਝੰਡਾ ਗਿਫਟ ਹੋਣਾ ਚਾਹੀਦਾ ਨਾ ਕਿ ਵੇਚਣਾ ਚਾਹੀਦਾ ਅ ਜਿਤਨਾ ਆਪਾਂ ਦਾ ਕਹਿ ਰਹੇ ਕਿ ਆਪਾਂ ਨੂੰ ਪਤਾ ਕਿ ਅੱਜ ਜਿਹੜੀ ਆਜ਼ਾਦੀ ਦੇ ਦਿਵਸ ਦੀ ਪੂਰਵ ਸੰਧਿਆ ਔਰ ਸਾਡੇ ਦਰਸ਼ਕਾਂ ਨੂੰ ਪਤਾ ਸੀ ਸੋਕ ਤੋਂ ਬਿਨਾਂ ਤੁਹਾਨੂੰ ਵਧਾਈ ਦੇਣੇ ਆ 15 ਅਗਸਤ ਤੇ ਔਰ ਇਹਦੇ ਵਿੱਚ ਸਾਰੇ ਜਿਹੜੇ ਲੋਕ ਨੇ ਸ਼ਾਮਲ ਨੇ ਔਰ ਬੜੀ ਖੁਸ਼ੀ ਦੀ ਗੱਲ ਹੈ ਬੜੀ ਵੱਡੀ ਲਹਿਰ ਆ ਔਰ ਇਹਦੇ ਚ ਜਦੋਂ ਇਹ ਰਾਜਾ ਵੜਿੰਗ ਨੇ ਕਿਹਾ ਸੀਗੇ ਉਹਨਾਂ ਨੇ ਤਿਰੰਗਾ ਯਾਤਰਾ ਲਈ ਹੈ ਕੱਢੀ ਹੈ ਪੰਜਾਬ ਚ ਘੁੰਮ ਰਹੀ ਆ ਔਰ ਬੜੇ ਆਦਬ ਨਾਲ ਸਤਿਕਾਰ ਨਾਲ ਉਹਨਾਂ ਨੇ ਸਾਰੇ ਲੋਕਾਂ ਨੂੰ ਨਵਾਜਿਆ ਲੋਕ ਆਏ ਵੀ ਇੱਥੇ ਸ਼ਾਮਲ ਵੀ ਹੋਏ ਆ ਔਰ ਚੰਗਾ ਇਹਦੇ ਨਾਲ ਉਹਨਾਂ ਨੇ ਲੋਕਾਂ ਨੂੰ ਇਕੱਠੇ ਕੀਤਾ ਵੀ ਆ ਕਿਉਂਕਿ ਪਾਰਟੀ ਭਾਵੇਂ ਹਾਰ ਗਈ ਹੈ ਲੋਕ ਤਾਂ ਉਹਨਾਂ ਦੇ ਆ ਪਬਲਿਕ ਤਾਂ ਉਹਨਾਂ ਦੀ ਆ ਔਰ ਇਹ ਇਹ ਆਪਣੇ ਪ੍ਰਦੇਸ਼ ਪ੍ਰਧਾਨ ਹੈ ਕਾਂਗਰਸ ਦੇ ਔਰ ਇਹਨਾਂ ਨੇ ਕਿਹਾ ਕਿ ਇਹ અપਮਾਨ ਆ ਜਦੋਂ ਤਿਰੰਗਾ ਜਦੋਂ ਸਕੂਲਾਂ ਚ ਇਧਰ ਉਧਰ ਵੇਖਿਆ ਵੇਚਿਆ ਵੇਕਿਆ ਗਿਆ ਬੱਚਾ ਨੇ ਲਿਆ ਉਹਦੇ ਪੈਸੇ ਦਿੱਤੇ ਆ ਔਰ ਇਹਦੇ ਚ અપਮਾਨ ਹੁੰਦਾ ਫਿਰ ਇਹਨੂੰ ਸੰਭਾਲਣਾ ਉਹਦੇ ਬਾਅਦ ਬੱਚਨ ਦੱਸਣਾ ਚਾਹੀਦਾ ਕਿ ਇਹਨੂੰ ਸੰਭਾਲਣਾ ਚਾਹੀਦਾ ਇਹ ਉਸੇ ਤਰ੍ਹਾਂ ਬਾਹਰ ਘੜੀਆਂ ਚ ਰੋਲੇ ਨਾ ਇਹਦਾ ਬਿਲਕੁਲ ਐਗਜ਼ੈਕਟਲੀ ਜਿਹਦਾ અપਮਾਨ ਨਾ ਹੋਵੇ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਸਕੂਲਾਂ ਤੇ ਕਾਲਜ ਵਿੱਚ ਬੱਚੇ ਨੇ ਜਾਂ ਘਰਾਂ ਚ ਇਹ ਤਿਰੰਗਾ ਲਰਾਉਣਾ ਚੰਗੀ ਗੱਲ ਆ ਇਹ 20 ਕਰੋੜ ਜਿਹੜਾ ਝੰਡਾ ਆ ਇਹ ਲੋਕਾਂ ਚ ਵੰਡਿਆ ਗਿਆ ਵੰਡੇ ਨੂੰ ਤੋਂ ਬਾਅਦ ਲੋਕਾਂ ਨੇ ਕੱਲ ਹੁਣ ਆਉਣ ਵਾਲੇ ਦਿਨ ਤੇ ਆਉਣ ਵਾਲੇ ਸਮਾਗਮ ਤੇ ਉਹਨੂੰ ਲਹਿਰਾਉਣਗੇ ਘਰਾਂ ਦੇ ਘਰਾਂ ਦੇ 13 ਤਰੀਕ ਤੋਂ ਲੈ ਕੇ 15 ਤਰੀਕ ਤੱਕ ਆਹ 3 ਦਿਨ ਹੈਗੇ ਨੇ ਤੁਸੀਂ ਲਹਿਰਾ ਸਕਦੇ ਹੋ ਅੱਜ 14 ਹੈ ਕਈਆਂ ਨੇ ਕੱਲ ਲਹਿਰਾ ਦਿੱਤਾ ਸੈਲੀਬ੍ਰਿਟੀਜ਼ ਦੇ ਅਸੀਂ ਦੇਖਦੇ ਹੀ ਆ ਫੋਟੋਗ੍ਰਾਫਰਸ ਆ ਰਹੇ ਨੇ ਤਿਰੰਗੇ ਦੇ ਨਾਲ ਉਹਨਾਂ ਨੇ ਆਪਣੇ ਘਰਾਂ ਦੀਆਂ ਛੱਤਾਂ ਦੇ ਤੇ ਲਹਿਰਾਇਆ ਔਰ ਇਹਦੇ ਵਿੱਚ ਬਲਕਾਰ ਜੀ ਰਿਲੈਕਸੇਸ਼ਨ ਦਿੱਤੀ ਗਈ ਹੈ ਕਿ ਕੀ ਹੁੰਦਾ ਕਿ ਜਦੋਂ ਝੰਡਾ ਚੜਾਈਦਾ ਸੂਰਜ ਜਦੋਂ ਚੜਦਾ ਉਹ ਝੰਡਾ ਚੜਾਈਦਾ ਜਦੋਂ ਸੂਰਜ ਛੁੱਪਦਾ ਉਹ ਝੰਡਾ ਲਾਹ ਲਈਦਾ ਹਾਂ ਉਹਨੂੰ ਮੱਥਾ ਟੇਕ ਕੇ ਪਰ ਭਰਾ ਨਾ ਪਰ ਇੱਥੇ ਕੀ ਕੀਤਾ ਗਿਆ 3 ਦਿਨ ਰਿਲੈਕਸੇਸ਼ਨ ਦਿੱਤੀ ਗਈ ਹੈ ਤੁਸੀਂ 13 ਤਰੀਕ ਨੂੰ ਛੁਡਾ ਦਿਓ ਸ਼ਾਮ ਨੂੰ ਲਾਉਣ ਦੀ ਲੋੜ ਨਹੀਂ ਹੈ ਉਹਨੂੰ ਚਲਾਓ 15 ਤਰੀਕ ਤੱਕ ਚੁੱਲਦਾ ਰਹਿਣ ਦਿਓ ਹਾਂ ਉਸ ਤੋਂ ਬਾਅਦ ਫਿਰ ਉਹ ਨਿਯਮ ਲਾਗੂ ਹੋਏਗਾ ਸਵੇਰ ਤੇ ਸ਼ਾਮ ਵਾਲਾ ਪਰ 13 ਤੋਂ 15 ਤੱਕ ਉਹ ਨਿਯਮ ਲਾਗੂ ਨਹੀਂ ਹੁੰਦਾ ਛੂਟ ਦਿੱਤੀ ਗਈ ਹੈ ਪਰ ਝੰਡਾ ਚੜਾਉਣਾ ਚੜਾਉਣਾ ਲਰਾਉਣਾ ਅੱਛੀ ਗੱਲ ਹੈ ਪਰ ਉਹਨਾਂ ਨਾਲ ਜਿਹੜੇ ਸ਼ਹੀਦੀਆਂ ਪ੍ਰਾਪਤ ਕਰ ਗਿਆ ਜਿਨ੍ਹਾਂ ਨੇ ਦੇਸ਼ ਤੇ ਕੌਮ ਲਈ ਇਹਨਾਂ ਕੁਝ ਕਰ ਦਿੱਤਾ 10 ਲੱਖ ਦੇ ਕਰੀਬ ਜਿਹੜੇ ਸ਼ਹੀਦੀਆਂ ਪਾ ਗਿਆ ਔਰ ਕਾਹ ਲਈ ਦੇਸ਼ ਨੂੰ ਆਜ਼ਾਦ ਕਰਾਉਣ ਲਈ ਗੁਲਾਮੀ ਦੀਆਂ ਜ਼ੰਜੀਰਾਂ ਤੋੜਨ ਲਈ ਔਰ ਬੜਾ ਕੁਝ ਕਰ ਗਏ ਔਰ ਆਜ਼ਾਦੀ ਜੇ ਕਹੀਏ ਤੇ ਇਸੇ ਤਰ੍ਹਾਂ ਵੈਸੇ ਤਾਂ ਨਹੀਂ ਆ ਗਈ ਆਜ਼ਾਦੀ ਦਾ ਕੋਈ ਬਾਬਰ ਵਾਲਾ ਤਾਂ ਨਹੀਂ ਸੀ ਕਿ ਬਈ ਤੁਹਾਡੇ ਆ ਗਿਆ ਦੇਸ਼ ਚ ਤੇ ਮੁੜ ਕੇ ਉਹ ਉੱਡ ਗਿਆ ਤੇ ਦੇਸ਼ ਆਜ਼ਾਦ ਹੋ ਗਿਆ ਤੇ ਫਜ਼ਾ ਬਦਲ ਗਈ ਔਰ ਰੰਗ ਬਦਲ ਗਏ ਹੈ ਨਾ ਫੁੱਲ ਬੂਟੇ ਆ ਗਏ ਤੇ ਬੜਾ ਨਹਾਲ ਹੋ ਗਏ ਸਾਰੀ ਗੱਲਾਂ ਨਾਲ ਪਰ ਆਜ਼ਾਦੀ ਦੇ ਪਿੱਛੇ ਬੜੀ ਵੱਡੀ ਲੜਾਈ ਐ ਸੰਘਰਸ਼ ਐ ਪਰ ਉਹਦੇ ਵਿੱਚ ਬੜੇ ਅੱਛੇ ਸ਼ਾਇਰਾਂ ਨੇ ادیਬਾਂ ਨੇ ਲਖਾਰੀਆਂ ਨੇ ਲਿਖਿਆ ਵੀ ਹੈਗਾ ਔਰ ਮੇਰਾ ਖਿਆਲ ਹੈ ਜੇ ਸਾਡੇ ਦਰਸ਼ਕਾਂ ਇਜਾਜ਼ਤ ਦੇਣ ਜਾਂ ਖੰਨਾ ਜੀ ਤੁਹਾਡੇ ਕੋਲ ਕੋਈ ਇਸ ਤਰ੍ਹਾਂ ਦਾ ਹੰਗਾਰਾ ਮੈਂ ਦੋ ਦਿਨ ਦੋ ਤਿੰਨ ਲਾਈਨਾਂ ਪੜ੍ਹਾਂਗਾ ਮੈਂ ਆਪਣੀਆਂ ਨਹੀਂ ਲਿਖੀਆਂ ਇਹ ਹੈਗੀਆਂ ਨੇ ਕਵੀ ਗੁਰਦਿੱਤ ਸਿੰਘ ਕੁੰਦਨ ਉਹਨਾਂ ਦੀਆਂ ਇਹ ਚਾਰ ਲਾਈਨਾਂ ਨੇ ਜੀ ਜੀ ਉਹਨਾਂ ਨੇ ਕਿਹਾ ਵਾਹ ਦੇਸ਼ ਪੰਜਾਬ ਪਿਆਰਿਆ ਵਾਹ ਦੇਸ਼ ਪੰਜਾਬ ਪਿਆਰਿਆ ਤੇਰੀ ਅਜਬ ਕਹਾਣੀ ਤੇਰੀ ਪਰਬਤ ਵਰਗੀ ਹਿਕ ਸੀ ਜੋ ਤੀਰਾਂ ਨੇ ਛਾਣੀ ਤੇਰੀ ਪਰਬਤ ਵਰਗੀ ਹਿਕ ਸੀ ਜੋ ਤੀਰਾਂ ਨੇ ਛਾਣੀ ਹਰ ਟੁੱਟੀ ਤੰਦ ਸਲੂਕ ਦੀ ਸਲੂਕ ਹੁੰਦਾ ਇਕਤਾ ਹਰ ਟੁੱਟੀ ਤੰਦ ਸਲੂਕ ਦੀ ਸਭ ਖਿਲਰ ਗਈ ਤਾਣੀ ਪਈ ਰੋਂਦੀ ਵਿੱਚ ਤਰਿੰਜਣਾ ਪਈ ਰੋਂਦੀ ਵਿੱਚ ਤਰਿੰਜਣਾ ਤੇਰੀ ਰੀਤ ਪ੍ਰਾਣੀ ਨਹੀਂ ਦੁੱਧ ਭਰੇ ਦਰਿਆ ਵਿੱਚ ਨਹੀਂ ਦੁੱਧ ਭਰੇ ਦਰਿਆ ਵਿੱਚ ਇੱਕ ਬੂੰਦ ਨ ਬੂੰਦ ਨਿਮਾਣੀ ਤੇਰਾ ਸਤਲੁਜ ਕਮਲਾ ਹੋ ਗਿਆ ਤੇਰਾ ਸਤਲੁਜ ਕਮਲਾ ਹੋ ਗਿਆ ਸਣੇ ਰਾਵੀ ਰਾਣੀ ਉਹ ਪਿਆਰਾ ਭਰੀ ਚਨਾਹ ਦਾ ਉਹ ਪਿਆਰ ਭਰੀ ਚਨਾਹ ਦਾ ਅਗ ਹੋ ਗਿਆ ਪਾਣੀ ਨਾ ਸਮੇਂ ਦੇ ਭੋਲੇ ਪਾਤਸ਼ਾ ਨਾ ਸਮੇਂ ਦੇ ਭੋਲੇ ਪਾਤਸ਼ਾ ਤੂੰ ਕਬਰ ਪਛਾਣੀ ਤੈਨੂੰ ਉਹਨਾਂ ਵੱਡਿਆ ਸ਼ਾਂਗਿਆ ਤੈਨੂੰ ਉਹਨਾਂ ਵੱਡਿਆ ਸ਼ਾਂਗਿਆ ਸ਼ਾਂ ਜਿੰਨਾ ਮਾਣੀ ਸ਼ਾਂ ਕਿਹਨਾ ਮਾਣੀ ਸੀ ਬ੍ਰਿਟਿਸ਼ ਕੰਪਨੀ ਤੇ ਬ੍ਰਿਟਿਸ਼ ਲੋਕ ਤੈਨੂੰ ਉਹਨਾਂ ਵੱਡਿਆ ਸ਼ਾਂਗਿਆ ਸ਼ਾਂਗਿਆ ਮਤਲਬ ਦੋ ਕਰ ਦਿੱਤੇ ਹਿੰਦੁਸਤਾਨ ਦੇ ਇਸ 'ਚ ਤੈਨੂੰ ਉਹਨਾਂ ਵੱਡਿਆ ਸ਼ਾਂਗਿਆ ਸ਼ਾਂ ਜਿੰਨਾ ਮਾਣੀ ਜਿਹੜੀ ਜੱਲਿਆਂ ਵਾਲੇ ਬਾਗ ਸੀ ਜਿਹੜੀ ਜੱਲਿਆਂ ਵਾਲੇ ਬਾਗ ਸੀ ਪਈ ਰੁੱਤ ਵਿਹਾਣੀ ਇੱਕ ਵਾਰੀ ਜ਼ਾਲਮ ਸਮੇ ਨੇ ਕਰ ਦਿੱਤਾ ਪਾਣੀ ਤੈਨੂੰ ਸ਼ੇਰਾ ਜ਼ਖਮੀ ਕਰ ਗਈ ਤੈਨੂੰ ਸ਼ੇਰਾ ਜ਼ਖਮੀ ਕਰ ਗਈ ਗਿੱਦੜਾਂ ਦੀ ਟਾਣੀ ਨਹੀਂ ਭਰ ਦੇ ਜ਼ਖਮ ਸ਼ਰੀਰ ਦੇ ਨਹੀਂ ਭਰਨੇ ਜ਼ਖਮ ਸ਼ਰੀਰ ਦੇ ਤੇਰੇ ਸਦੀਆਂ ਤਾਣੀ ਕਿਉਂ ਜ਼ਖਮ ਇਹਨੇ ਡੂੰਘੇ ਹੋ ਗਏ ਸੀ ਇਹਨਾਂ ਕੁਝ ਹੋ ਗਿਆ ਸੀਗਾ ਇਹ ਸਦੀਆਂ ਲੱਗ ਜਾਂਦੀਆਂ ਤੇ ਹੁਣ ਵੀ ਪੌਣੀ ਸਦੀ ਲੱਗ ਗਈ ਆ ਸਾਨੂੰ ਆਜ਼ਾਦ ਹੋਇਆਂ ਨੂੰ ਅਸੀਂ ਉਸ ਵਜਾਂ ਚ ਸਾਹ ਲੈ ਰਹੇ ਆ ਪਰ ਮੈਂ ਤੁਹਾਨੂੰ ਦੱਸਿਆ ਕਿ ਬੜੇ ਕਵੀਆਂ ਨੇ ਆਪਣੀ ਜਿਹੜੀ ਰੂਹ ਦੀ ਗੱਲ ਆ ਉਹ ਆਪਣੀ ਕਵਿਤਾ ਨਾਲ ਬਿਆਨ ਕਰਕੇ ਅੱਜ ਦੇ ਦਿਨ ਲੋਕਾਂ ਨੂੰ ਸੰਭੀਅ ਮੈਂ ਆਪਣੇ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ ਤੇ ਤੁਸੀਂ ਕੁਝ ਵਧੀਆ ਜਾਓ ਬਸ ਮੈਂ ਇਹੀ ਕਹਿਣਾ ਚਾਹੂੰਗਾ ਕਿ ਠੀਕ ਹੈ ਉਹਨਾਂ ਨੇ ਆਪਣੇ ਮਾਨ ਦੇ ਵਿਚਾਰ ਦਿੰਦੇ ਨੇ ਕਿ ਭਾਰਤ ਦਾ અપਮਾਨ ਹੈ ਕੌਮੀ ਝੰਡਾ ਵੇਚਣਾ ਹਾਂ ਹਾਂ ਇਹ ਤੇ ਗੱਲ ਉਹਨਾਂ ਦੀ ਆਪਣੀ ਸੋਚ ਹੈ ਹਾਂ ਕਿ ਝੰਡਾ ਗਿਫਟ ਹੋਣਾ ਚਾਹੀਦਾ ਹੂੰ ਔਰ ਕਈਆਂ ਨੇ ਇਹ ਵੀ ਕਿਹਾ ਸੀਗਾ ਕਿ ਮਹਿੰਮ ਹੈ ਬਹੁਤ ਵਧੀਆ ਕਿ ਉਹਨਾਂ ਸਾਰੇ ਜਣੇ ਆਪਣਾ ਆਪਣਾ ਝੰਡਾ ਖਰੀਦ ਲੈਣ ਹਾਂ ਕਿ ਦੇਸ਼ ਭਗਤੀ ਬਿਲਕੁਲ ਆ ਇਹਨੇ ਪੈਸੇ ਤਾਂ ਕੋਈ ਸਾਰੇ ਦੇਸ਼ ਭਗਤੀ ਤੁਸੀਂ ਆਪਣੇ ਦਿਲ ਚ ਰੱਖਦੇ ਹੋ ਤੁਸੀਂ ਆਪਣੇ ਤਰੀਕੇ ਨਾਲ ਮਨਾਉਣ ਦੇ ਹੱਕਦਾਰੋ ਸੋ ਕਈਆਂ ਨੇ ਇਹ ਵੀ ਗੱਲ ਕਹੀ ਹੈ ਠੀਕ ਹੈ ਆਪਣੇ ਆਪਣੇ ਵਿਚਾਰ ਨੇ ਸਭ ਦੇ ਰਹੇ ਨੇ ਬਿਲਕੁਲ ਸਹੀ ਬਸ ਗੱਲ ਤੇ ਇਹ ਹੈ ਕਿ ਸਾਨੂੰ ਆਜ਼ਾਦੀ ਦੀ ਕਦਰ ਕਰਨੀ ਚਾਹੀਦੀ ਹੈ ਬੜੀਆਂ ਮੁਸ਼ਕਲਾਂ ਨਾਲ ਸਾਨੂੰ ਹਾਸਲ ਹੋਈ ਹੈ ਹਾਂ ਸੋ ਅੱਗੇ ਵਧਦੇ ਹਾਂ ਜੀ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਵੱਲੋਂ ਬੰਦੀ ਸਿੱਖਾਂ ਦੀ ਰਿਹਾਈ ਲਈ ਕੱਢਿਆ ਗਿਆ ਰੋਸ ਮਾਰਚ ਕਾਲੀਆਂ ਦਸਤਾਰਾਂ ਸਜਾਈਆਂ ਉਹਨਾਂ ਨੇ ਰੋਸ ਮਾਰਚ ਕੀਤਾ ਹਾਂ ਔਰ ਬੰਦੀ ਸਿੱਖਾਂ ਦੀ ਰਿਹਾਈ ਵਾਸਤੇ ਕਿ ਉਮਰ ਕੈਦੀਆਂ ਸਜ਼ਾਵਾਂ ਵੀ ਪੂਰੀਆਂ ਹੋ ਗਈਆਂ ਨੇ ਸਮੇਂ ਤੋਂ ਜ਼ਿਆਦਾ ਹੋ ਗਿਆ ਜਦੋਂ ਦੇ ਉਹ ਜੇਲ੍ਹ 'ਚ ਨੇ ਪੂਰੀ ਜ਼ਿੰਦਗੀ ਉਹਨਾਂ ਦੀ ਜੇਲ੍ਹ 'ਚ ਬੀਤ ਗਈ ਹੁਣ ਤਾਂ ਰਹਿਮ ਕਰੋ ਮਾਨਵਤਾ ਦਾ ਅਧਿਕਾਰ ਹੈ ਮਾਨਵ ਅਧਿਕਾਰ ਨੇ ਹਿਊਮਨ ਰਾਈਟਸ ਨੇ ਉਸ ਦੇ ਤਹਿਤ ਇਹ ਦੇਖੋ ਤੇ ਸਹੀ ਉਸ ਇਨਸਾਨ ਦੇ ਅੰਦਰ ਕੀ ਪਰਿਵਰਤਨ ਆਏ ਨੇ ਮੰਨਿਆ ਕਿ ਉਹਨੇ ਗਲਤੀ ਕੀਤੀ ਪਰ ਉਹ ਗਲਤੀ ਦੀ ਸਜ਼ਾ ਤੇ ਮਿਲ ਗਈ ਫਾਂਸੀ ਦੀ ਸਜ਼ਾ ਨੂੰ ਵੀ ਰਾਸ਼ਟਰਪਤੀ ਸਾਹਿਬ ਨੇ ਬਦਲ ਦਿੱਤਾ ਉਮਰ ਕੈਦ ਦੇ ਵਿੱਚ ਉਹ ਉਮਰ ਕੈਦ ਵੀ ਪੂਰੀ ਹੋ ਗਈ ਸਜ਼ਾ ਹੁਣ ਤੇ ਰਹਾ ਕਰ ਦਿਓ ਹਾਂ ਇਸ ਵੇਸੇ ਉਬੜਾ ਮਸਲਾ ਬੜਾ ਕਾਫੀ ਦਿਨ ਤੋਂ ਚੱਲਦਾ ਆ ਰਿਹਾ ਜਿਤ ਵਿੱਚ ਅਕਾਲੀ ਦਲ ਤੋਂ ਸੁਖਬੀਰ ਬਾਦਲ ਜੀ ਨੇ ਵੀ ਇਹਦੇ ਬਾਰੇ ਬੜੀ ਚਰਚਾ ਕੀਤੀ ਫਿਰ ਆ ਗਿਆ ਹੁਣ ਧਾਮੀ ਜੀ ਜਿਹੜੇ ਹੈਗੇ ਨੇ ਛਰੋਣੇ ਐਡਵੋਕੇਟ ਐਡਵੋਕੇਟ ਪ੍ਰਧਾਨ ਉਹਨਾਂ ਨੇ ਮਸਲੇ ਨੂੰ ਚੁੱਕਿਆ ਔਰ ਉਹਦੇ ਵਿੱਚ ਕੱਲ ਪਰਸੋ ਤੋਂ ਇਹ ਬੜੇ ਲੋਕ ਸੜਕਾਂ ਤੇ ਆ ਗਏ ਕਾਲੀਆਂ ਪੱਗਾਂ ਬੰਨ ਕੇ ਪਰਦਰਸ਼ ਕੀਤਾ ਔਰ ਉਹਨਾਂ ਨੇ ਬੜਾ ਟੁਕਵਾ ਸਮਾ ਇਹ ਲਿਆ ਉਹ ਇਹ ਟੁਕਵਾ ਇਸ ਕਰਕੇ ਸੀ ਕਿ ਕਿਉਂਕਿ 15 ਅਗਸਤ ਆਜ਼ਾਦੀ ਦਾ ਦਿਹਾੜਾ ਹੈਗਾ ਇਹ ਆਜ਼ਾਦੀ ਦਾ ਨਾਮ ਹੈਗਾ ਕਿ ਜਿਹੜੇ ਲੋਕ ਆਜ਼ਾਦ ਹੋਏ ਇਹ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਆਜ਼ਾਦ ਕਰ ਦਿਓ ਇਹਨਾਂ ਨੂੰ ਮੁਕਤ ਕਰ ਦਿਓ ਇਹਨਾਂ ਨੂੰ ਪਿੰਜਰੇ ਚੋਂ ਕੱਢ ਦਿਓ ਕਿਉਂਕਿ ਪੰਛੀ ਵੀ ਕੱਢ ਦਿੰਦੇ ਲੋਕ ਉਹਦੇ ਤੋਤੇ ਚਿੜੀਆਂ ਜਿਹੜੇ ਪਿੰਜਰੇ ਪਿੰਜਰੇ ਚ ਪਾਏ ਅੜਾ ਦਿੰਦੇ ਲੋਕ ਕਿਉਂਕਿ ਆਜ਼ਾਦੀ ਦਾ ਨਾਮ ਹੀ ਬੜਾ ਪਿਆਰਾ ਨਾਮ ਆਗਾ ਤੇ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸਾਹਿਬ ਔਰ ਜਿਹੜਾ ਸਾਡੇ ਗ੍ਰਹਿ ਮੰਤਰੀ ਹੈ ਉਹਨਾਂ ਨੂੰ ਇਹ ਗੁਜਾਰਿਸ਼ ਕੀਤੀ ਉਹਨਾਂ ਨੇ ਬੇਨਤੀ ਕੀਤੀ ਹੈ ਕਿ ਉਹਨ ਹੁਣ ਤੁਸੀਂ ਉਹਨਾਂ ਨੂੰ ਬਿਲਾਵਜਾ ਅਨਸੈਸਰੀ ਇਹਨਾਂ ਨੂੰ ਜਿਲਾਂ ਚ ਨਾਂਡਕੂ ਇਹਨਾਂ ਦੇ ਵੀ ਬੱਚੇ ਆ ਇਹਨਾਂ ਦਾ ਵੀ ਘਰ ਆ ਪਰ ਪਰਿਵਾਰ ਹੈ ਪਰ ਘਰ ਪਰਿਵਾਰ ਆ ਇਹਨਾਂ ਦੇ ਵੀ ਘਰਾਂ ਦੀਆਂ ਛੱਤਾਂ ਵਾਂ ਇਹਨਾਂ ਨੇ ਵੇਖਣਾ ਜਾ ਕੇ ਜੇ ਨਾਲ ਕੋਈ ਕਿਤੇ ਗਲਤੀ ਹੋਈ ਹੈ ਪਰ ਸਜ਼ਾ ਪੂਕਤ ਰਹੀ ਹੈ ਹਰ ਗਲਤੀ ਦੀ ਹਰ ਅਪਰਾਧ ਦੀ ਸਜ਼ਾ ਤਾਂ ਹੈਗੀ ਹੈ ਉਹ ਜੋ ਜਿਊਰੀ ਨੇ ਜੋ ਜੁਡੀਸ਼ਰੀ ਨੇ ਜੋ ਨਿਆਂਪਾਲਿਕਾ ਨੇ ਦਿੱਤੀ ਉਹ ਪੂਕਤ ਗਿਆ ਹੁਣ ਉਹਨਾਂ ਨੂੰ ਕਿਉਂ ਵਿੱਚ ਡਾਕ ਕੇ ਰੱਖਿਆ ਉਹ ਆਪਣੇ ਘਰਾਂ ਨੂੰ ਜਾਣ ਆਪਣਾ ਘਰ ਤੇ ਬਾਲ ਬੱਚਾ ਸੰਭਾਲਣਾ ਔਰ ਜ਼ਿੰਦਗੀ ਦੇ ਜਿਹੜਾ ਬਾਕੀ ਦਿਹਾੜਾ ਨੂੰ ਚੰਗੇ ਤਰੀਕੇ ਨਾਲ ਗੁਜ਼ਾਰਨ ਔਰ ਉਹ ਇਹਨਾਂ ਨੇ ਬੇਨਤੀ ਕੀਤੀ ਹੈ ਉਹਦੇ ਚ ਕੋਈ ਗੁੱਸਾ ਗਿਲਾ ਕੋਈ ਸ਼ਿਕਵਾ ਨਹੀਂ ਪਿਆਰ ਨਾਲ ਉਹਨਾਂ ਨੇ ਕਿਹਾ ਜਿਹੜੇ ਮੈਟਰਸ ਨੇ ਕੋਈ ਹੋਰ ਵੀ ਪੈਂਡਿੰਗ ਮੈਟਰ ਨੇ ਕੋਈ ਮਸਲੇ ਨੇ ਉਹ ਖੁਦ ਐਡਵੋਕੇਟ ਨੇ ਤਾਮੀ ਸਾਹਿਬ ਬੈਠ ਕੇ ਕਾਨੂੰਨ ਦੇ ਮੁਤਾਬਿਕ ਗੱਲ ਕਰੋ ਡਿਸਕਸ਼ਨ ਕਰੋ ਕਿਸੇ ਮੁੱਦੇ ਤੇ ਕਿਸੇ ਪੁਆਇੰਟ ਤੇ ਪਹੁੰਚੋ ਤਾਂ ਸਹੀ ਹਰ ਗੱਲ ਨੂੰ ਵਿੱਚੇ ਲਟਕਾ ਕੇ ਵਿੱਚੇ ਗਿੱਲਾ ਪੀਣ ਪਾ ਕੇ ਬੈਠੇ ਰਹਿੰਦੇ ਆ ਕੋਈ ਫੈਸਲਾ ਨਹੀਂ ਲੈਂਦੇ ਉਹ ਫੈਸਲੇ ਲਵੋ ਉਹਨਾਂ ਦੀ ਜ਼ਿੰਦਗੀ ਹੈ ਹੁਣ ਬਾਕੀ ਦੀ ਜ਼ਿੰਦਗੀ ਉਹ ਕਿੱਦਾਂ ਬਿਤਾਉਣ ਆਪਣੇ ਪਰਿਵਾਰ ਦੇ ਵਿੱਚ ਆਫਟਰਲ ਇੱਕ ਇਨਸਾਨ ਦਾ ਹੱਕ ਹੈ ਇਸ ਦੇਸ਼ ਦੇ ਨਾਗਰਿਕ ਨੇ ਕਾਨੂੰਨ ਦੇ ਮੁਤਾਬਕ ਜੋ ਦੇਸ਼ ਦਾ ਕਾਨੂੰਨ ਹੈ ਉਹਨਾਂ ਨੂੰ ਸਜ਼ਾ ਮਿਲ ਚੁੱਕੀ ਹੈ ਹੁਣ ਉਹਨਾਂ ਦੇ ਨਾਲ ਗੱਲਬਾਤ ਕਰੋ ਤੇ ਅੱਗੇ ਵਧਾਓ ਮਸਲਾ ਔਰ ਉਹਨਾਂ ਦੀ ਰਿਹਾਈ ਵਾਸਤੇ ਜਿਹੜਾ ਜ਼ਰੂਰੀ ਪ੍ਰੋਸੈਸ ਹੈ ਅਪਣਾਇਆ ਜਾਏ ਕੁਝ ਹੋਰ ਸਵਾਲ ਜਵਾਬ ਕਰਦੇ ਨੇ ਕੋਈ ਹੋਰ ਮੁੱਦੇ ਡਿਸਕਸ ਕਰਦੇ ਨੇ ਕਰੋ ਤਾਂ ਸਹੀ ਗੱਲ ਕਿਉਂ ਪੈਂਡਿੰਗ ਰੱਖੀ ਹੋਈ ਹੈ ਇਹਦੇ ਵਿੱਚ ਇਹ ਹੈਗਾ ਕਿ ਜਦੋਂ ਇਹ ਕਰਦੇ ਆ ਨਾ ਜੇ ਹੁਣ ਦੇਖੋ ਜੇ ਜੁਡੀਸ਼ਰੀ ਨਾਲ ਜਾਂ ਉਦਾਂ ਕਰਕੇ ਕੋਈ ਕੇਸ ਕਰਨਗੇ ਉਹ ਫਿਰ ਪੈਂਡਿੰਗ ਫਿਰ ਉਹਨਾਂ ਦੇ ਕਈ ਸਾਲ ਲੰਘ ਜਾਣੇ ਹੁਣ ਤਾਂ ਇਹਨਾਂ ਨੇ ਕਿਹਾ ਵੀ ਫੌਰੀ ਤੌਰ ਤੇ ਜੇ ਹੁਣ ਕਰਨਾ ਤਾਂ ਹੁਣ ਕਰਦੇ 15 ਗੱਜ ਤੱਕ ਕੱਲ ਤੱਕ ਜਾਂ ਹੈ ਨਾ ਇੱਕ ਦੋ ਦਿਨਾਂ ਤੱਕ ਇਹਨਾਂ ਨੂੰ ਕਰਨਾ ਚਾਹੀਦਾ ਕਿਉਂਕਿ ਹੁਣ ਇਹਨਾਂ ਨੇ ਲੋਕਾਂ ਨੂੰ ਅਵਾਰਡ ਵੀ ਦੇਣੇ ਆ ਸਨਮਾਨ ਵੀ ਕਰਨਾ ਬੜਾ ਕੁਝ ਦਿੰਦੇ ਆ ਔਰ ਜਿਨ੍ਹਾਂ ਨੇ ਜਿਨ੍ਹਾਂ ਦੀ ਅਚੀਵਮੈਂਟ ਆ ਜਿਨ੍ਹਾਂ ਨੇ ਕੁਝ ਕੀਤਾ ਕੌਮ ਲਈ ਔਰ ਜੇ ਇਹਨਾਂ ਕੋਈ ਗਲਤੀ ਹੋਈ ਇਹਨਾਂ ਨੇ ਸਾਰਾ ਕੁਝ ਕਰ ਲਿਆ ਹੁਣ ਤਰਸ ਦੇ ਆਧਾਰ ਤੇ ਤੇ ਕਰ ਦਿਓ ਕੁਝ ਉਹਨਾਂ ਨੇ ਬੇਨਤੀ ਕੀਤੀ ਐ ਕਿ ਕੁਝ ਤਾਂ ਸੋਚ ਲਓ ਕਿ ਤੁਹਾਡੇ 'ਚ ਵੀ ਹਿਮਨਿਟੀ ਐ ਤੁਸੀਂ ਵੀ ਮਨੁੱਖ ਮਨੁੱਖ ਦੇ ਹੱਕਸੀਹ ਦੇਣਾ ਜਾਂ ਕਿਸੇ ਨੂੰ ਜਿਆਦਾ ਬਿਲਾਵਜਾ ਤੰਗ ਕਰਨਾ ਉਹ ਗਲਤ ਗੱਲ ਐ ਉਹ ਸਾਰਾ ਕੁਝ ਦਿੱਤਾ ਕੋਟੀਆਂ 'ਚ ਲੱਗੇ ਰੇ ਇਹਨਾਂ ਨੂੰ ਜ਼ੰਜੀਰਾਂ ਲੱਗੀਆਂ ਬੜਾ ਕੁਝ ਹੋਇਆ ਪਰ ਜਿੱਥੇ ਹਿਊਮਨ ਲਾਈਫ ਮੈਟਰ ਕਰਦੀ ਐ ਇਨਸਾਨ ਦੀ ਜ਼ਿੰਦਗੀ ਦੀ ਕੀਮਤ ਐ ਔਰ ਇੰਨੇ ਸਾਲਾਂ ਦੇ ਵਿੱਚ ਉਹਨਾਂ ਦੇ ਦਿਮਾਗ ਦੇ ਉੱਤੇ ਕੀ ਅਸਰ ਹੋਇਆ ਹੋਣਾ ਦਿਮਾਗੀ ਤਵਾਜ਼ਨ ਦਾ ਕੀ ਹਾਲ ਹੋਇਆ ਹੋਣਾ ਤੁਸੀਂ ਘਰੋਂ ਤਿੰਨ ਦਿਨ ਬਾਹਰ ਚੱਲ ਜਾਓ ਨਾ ਵਿਆਹ ਤੇ ਚੱਲ ਜਾਓ ਜਦੋਂ ਤੁਸੀਂ ਕਿਸੇ ਘੁੰਮਣ ਫਿਰਨ ਚਲ ਜਾਂਦੇ ਤਾਂ ਤੁਹਾਨੂੰ ਆਪਣਾ ਘਰ ਛੱਤ ਤੁਹਾਨੂੰ ਆਲਾ ਦਾਲਾ ਰਾਹ ਭੁੱਲ ਜਾਣਗੇ ਲਾਈਆਂ ਨੂੰ ਰਾਹ ਭੁੱਲ ਗਏ ਹਨਾ ਉਹ ਸਾਰਾ ਕੁਝ ਬੰਦਾ ਨਾਰਮਲ ਨਹੀਂ ਰਹਿੰਦਾ ਨਹੀਂ ਰਹਿੰਦਾ ਕਨਸੈਪਟਾਂ ਬਣਿਆ ਸਾਈਕੋਲੋਜੀ ਕਹਿੰਦੀ ਜਿੱਥੇ ਤੁਸੀਂ ਰਹਿੰਦੇ ਜੇ ਟਾਈਮ ਦਾ ਕਨਸੈਪਟ ਖਾਨ ਦਾ ਕਨਸੈਪਟ ਤੁਹਾਡੇ ਘਰ ਦਾ ਪਰਿਵਾਰ ਦਾ ਉਹਨਾਂ ਚਿਹਰਿਆਂ ਦਾ ਜੇ ਤੁਹਾਨੂੰ ਉਹ ਚਿਹਰੇ ਨਜ਼ਰ ਨਹੀਂ ਆਉਣਗੇ ਤੇ ਤੁਸੀਂ ਸਮਝੋਗੇ ਬਗਾਨਾ ਹੈ ਇਹ ਸਾਰਾ ਕੁਝ ਤੁਸੀਂ ਜਦੋਂ ਬਾਹਰ ਜਾਂਦੇ ਜੇ ਲੋਕਾਂ ਨੂੰ ਮਿਲਦੇ ਜੇ ਤੁਹਾਨੂੰ ਮਨ ਉੱਠ ਕੇ ਉੱਠ ਕੇ ਲੱਗਦਾ ਸਹੀ ਗੱਲ ਹੈ ਔਰ ਇਸੇ ਤਰ੍ਹਾਂ ਨਵੀਆਂ ਸੱਜਵੇਆਂ ਕੁੜੀਆਂ ਜਦੋਂ ਆਉਂਦੀਆਂ ਆਪਣੇ ਦੂਜੇ ਪਰਿ ਉਹਨੂੰ ਵੇਦੀ ਆ ਕੇ ਪਰਿਵਾਰ ਚ ਪਹਿਲੇ ਤਾਂ ਸਾਲ ਹੀ ਲੱਗ ਜਾਂਦਾ ਉਹਨੂੰ ਤੇ ਲੋਕਾਂ ਨੂੰ ਸਮਝਣ ਤੇ ਸਾਈਕੀ ਤੇ ਲੋਕਾਂ ਨੂੰ ਸਮਝਣ ਸਾਸ ਨੂੰ ਨਣਾ ਨੂੰ ਹੈਨਾ ਇੱਕ ਇੱਕ ਹੈਗਾ ਅੰਗਰੇਜ਼ੀ ਦੀ ਕਹਾਵਤ ਹੈ ਨਾ ਆਊਟ ਆਫ ਸਾਈਟ ਆਊਟ ਆਫ ਮਾਈਂਡ ਬਾਹਰ ਜੀ ਅੱਖਾਂ ਦੇ ਸਾਹਮਣੇ ਬੰਦਾ ਨਹੀਂ ਆ ਤਾਂ ਯਾਦਾਂ ਚ ਭੁੱਲ ਜਾਊਗਾ ਸੋ ਇਹ ਕਾਫੀ ਗੱਲਾਂ ਨੇ ਹਿਮੇਨਿਟਰੀਅਨ ਗਰਾਉਂਡ ਦੇ ਉੱਤੇ ਕੰਸੀਡਰ ਕਰਨਾ ਚਾਹੀਦਾ ਗਵਰਨਰਸ ਨਾ ਹਰ ਕੁੱਤਾ ਆਪਣੀ ਗਲੀ ਚ ਸ਼ੇਰ ਹੁੰਦਾ ਉੱਥੇ ਬਹੁ ਬਹੁ ਕਰਦਾ ਉੱਥੇ ਰੌਲਾ ਪਾਊਗਾ ਬਾਹਰ ਚੜ ਗਿਆ ਤਾਂ ਫਿਰ ਪੂਛ ਚੱਲ ਜਾਂਦੇ ਦਿੰਗਾ ਉਹ ਹੁੰਦਾ ਗਲੀ ਚ ਸ਼ੇਰ ਇਹ ਹੀ ਹੁੰਦਾ ਇੱਕ ਸਾਈਕੋਲੋਜੀ ਹੋਰ ਵੀ ਕਹਿੰਦੇ ਜਿੱਥੇ ਤੈਨੂੰ ਰੱਖਿਆ ਜਾਊਗਾ ਨਾ ਉਦਾਂ ਦੇ ਤੁਸੀਂ ਹੋ ਜਾਓਗੇ ਜਿਹੜੇ ਵੀ ਫਰਾਇਡ ਵਰਗੇ ਜੰਗ ਵਰਗੇ ਉਹਨਾਂ ਨੇ ਲਿਖਿਆ ਕਿ ਤੁਹਾਡੀ ਸੋਚ ਉਦਾਂ ਦੀ ਹੋ ਜੂਗੀ ਉਹਨਾਂ ਨੇ ਇੱਕ ਐਗਜ਼ਾਮਪਲ ਦਿੱਤੀ ਕਹਿੰਦਾ ਇੱਕ ਸ਼ੇਰ ਦਾ ਬੱਚਾ ਕਿਸੇ ਨੂੰ ਮਿਲ ਗਿਆ ਛੋਟਾ ਉਹਨਾਂ ਲਿਆਂਦਾ ਤੇ ਉਹ ਆ ਜੜੀ ਸੀਗਾ ਬਾਹਰੋਂ ਮਿਲਿਆ ਤੇ ਉਹਨੇ ਆ ਜੜੀ ਨੇ ਆਪਣੀਆਂ ਭੇਡਾਂ ਚ ਪਾ ਲਿਆ ਭੇਡਾਂ ਚ ਪੜ ਗਿਆ ਜਦੋਂ ਜਦੋਂ ਵੱਡਾ ਹੋਇਆ ਤੇ ਭੇਡਾਂ ਨੂੰ ਖਾਣ ਲਈ ਸ਼ੇਰ ਆਇਆ ਤੇ ਸ਼ੇਰ ਦਾ ਬੱਚਾ ਵੀ ਭੇਡਾਂ ਨਾਲ ਭੱਜ ਕੇ ਡਰਦਾ ਉਹ ਦੇਖੋ ਐਟਮੋਸਫੀਅਰ ਜੋ এনवायरमेंट ਨੂੰ ਮਿਲਿਆ ਉਹ ਵੀ ਉਦਾਂ ਦਾ ਰਿਆ ਉਹ ਭੇਡਾਂ ਵਰਗੂ ਡਰ ਰ ਗਿਆ ਉਹ ਅਕਲ ਹੋ ਗਿਆ ਤੇ ਸ਼ੇਰ ਦਾ ਬੱਚਾ ਜਿਹੜਾ ਇੱਕੋ ਬੱਚਾ ਹੁੰਦਾ ਦਾ ਹੈ ਨਾ ਵੇਖੋ ਜਦੋਂ ਸ਼ੇਰ ਪਾਲਦਾ ਤੇ ਦਹਾੜਦਾ ਉਹ ਉਹਨੂੰ ਉਹ ਸੰਸਕਾਰ ਮਿਲਦੇ ਆ ਉਹ ਤੋਂ ਉਹਨੂੰ ਤਾਕਤ ਮਿਲਦੀ ਹੈ ਸਟਰੈਂਥ ਮਿਲਦੀ ਹੈ ਤੋਂ ਭੇਡਾਂ ਦਾ ਦੁੱਧ ਪੀ ਕੇ ਭਿੰਡੂ ਬਣ ਗਿਆ ਬਸ ਸੋ ਸਰਕਾਰ ਨੂੰ ਇਸ ਦਾ ਖਿਆਲ ਕਰਨਾ ਚਾਹੀਦਾ ਔਰ ਜੋ ਸ਼੍ਰੋਮਣੀ ਕਮੇਟੀ ਅਮਰੀਸਰ ਵੱਲੋਂ ਰਿਕਵੈਸਟ ਆਈ ਹੈ ਉਸ ਦੇ ਉੱਤੇ ਭਲੇ ਦੀ ਗੱਲ ਦੇ ਉੱਤੇ ਜ਼ਰੂਰ ਆਪਣੇ ਵਿਚਾਰਾਂ ਦੇ ਮੁਤਾਬਿਕ ਉਹਨਾਂ ਨੂੰ ਇਹਦੇ ਉੱਤੇ ਕੰਸੀਡਰ ਕਰਨਾ ਚਾਹੀਦਾ ਇਸ ਮੈਟਰ ਨੂੰ ਔਰ ਇਸ ਮੈਟਰ ਨੂੰ ਸੋਲਵ ਕਰਨਾ ਚਾਹੀਦਾ ਸੋ ਅਗਲੀ ਕੱਲ ਅਪ ਲੈਨੇ ਆ ਕਿ ਬਿਜਲੀ ਜ਼ੀਰੋ ਬਿੱਲ ਵਿੱਚ ਪੰਜਾਬ ਸਰਕਾਰ ਨੂੰ 1300 ਕਰੋੜ ਦਾ ਘਾਟਾ ਪਏਗਾ ਇਹ ਐਨਾਲਿਸਿਸ ਕੀਤਾ ਗਿਆ ਇਹ ਅਨੁਮਾਨ ਲਗਾਇਆ ਗਿਆ ਕਿ 1300 ਕਰੋੜ ਦਾ ਘਾਟਾ ਪੈਣਾ ਜਿਹੜੀ ਇਹ ਫ੍ਰੀ ਬੀਜ਼ ਪੋਲਿਟਿਕਸ ਖੇਡਦੇ ਪੈਨੇ ਨਾ ਅਸੀਂ ਤੁਹਾਨੂੰ ਆਹ ਦਵਾਂਗੇ ਤੇ ਅਸੀਂ ਤੁਹਾਨੂੰ ਉਹ ਦਵਾਂਗੇ ਤੇ ਤੁਸੀਂ ਸਾਨੂੰ ਮੌਕਾ ਦਿਓ ਇੱਕ ਮੌਕਾ ਦੇ ਦਿਓ ਹੁਣ ਮੌਕਾ ਦਿੱਤਾ ਤੇ ਦੇਖ ਲਓ 1300 ਕਰੋੜ ਦਾ ਘਾਟਾ ਆਏ ਤਾਂ ਨਾ ਨੇ ਇਹਨਾਂ ਦੇ ਆਰਸ਼ਟਰੀਆਂ ਦੇ ਇਹਨਾਂ ਦੇ ਫਾਈਨਾਂਸ ਮਿਨਿਸਟਰ ਨੇ ਇਹ ਵਹਿਕਲੇ ਆ ਕੋਕਲੇ ਆ ਕੇ ਅਨਾਉਂਸ ਕਰਤਾ ਇਹਨਾਂ ਨੂੰ ਕਰਨਾ ਪੈਣਾ ਸੀ ਮੈਨਿਫੈਸਟੋ ਚ ਜੋ ਕਿਹਾ ਸੀ ਇਹਨਾਂ ਨੇ ਲਾਲਚ ਦਿੱਤੀ ਸੀ ਹੈ ਨਾ ਤੇ ਇਹਨਾਂ ਨੇ ਕਿਹਾ ਸੀਗਾ ਅਸੀਂ ਤੁਹਾਨੂੰ ਮਿੱਠੇ ਮਿੱਠੇ ਜਿਹੜੇ ਵਾਦੇ ਐ ਅਸੀਂ ਤੁਹਾਡੇ ਤੱਕ ਪੂਰੇ ਕਰਾਂਗੇ ਉਹ ਲਾਲਚ ਐਵੇਂ ਨਹੀਂ ਸਿਆਣੇ ਕਹਿੰਦੇ ਲਾਲਚ ਬੁਰੀ ਬਲਾ ਔਰ ਵੋਟਰ ਲਾਲਚਾ ਕੇ ਵੋਟਾਂ ਪਾ ਦਿੰਦੇ ਨੇ ਉਹ ਹੁਣ ਉਹ ਹੋ ਗਿਆ ਹੁਣ ਤਾਂ ਸਿਰ ਤੇ ਉਹ ਆ ਗਿਆ ਨਾ ਫਿਰ ਭੰਡਾ ਕਿ ਜਿਹੜਾ ਪੈਸਾ ਹੁਣ ਦੇਣਾ ਵਾ ਜਿਹਦੇ ਵਿੱਚ 600 ਯੂਨਟ ਆ ਇਹਨਾਂ ਦੇ ਜਿਸ ਚ ਦੋਸਰ ਜੁਨਟ ਤਪੇ ਜਿਹੜੇ ਜਿਹੜੇ ਰਿਜ਼ਰਵ ਕੈਟਾਗਰੀ ਆ ਸੀ ਉਹਨਾਂ ਨੂੰ ਤਾਂ ਪਹਿਲਾਂ ਦਿੱਤਾ ਜਾਂਦਾ ਸੀ ਉਹਨਾਂ ਦੇ ਵਿੱਚ 100 ਜੁਨਟ ਹੋਰ ਵੱਧ ਗਿਆ 600 ਜੁਨਟ ਉਹਨਾਂ ਦੇ ਪੱਕੇ ਹੋ ਗਏ ਤੇ ਬਾਕੀ ਜਿਹੜਾ ਉੱਪਰਲੇ ਹੋਣਗੇ ਉਹ ਉਹਨਾਂ ਨੂੰ ਦੇਣੇ ਪੈਣਗੇ ਬਾਕੀ ਮਾਫ ਹੋ ਜਾਣਗੇ ਜਨਰਲ ਕੈਟਾਗਰੀ ਨੂੰ ਜਿਸ ਚ 100 ਜੁਨਟ ਤੋਂ ਉੱਪਰ ਚਲੇ ਗਏ ਤੇ ਉਹਨਾਂ ਨੂੰ ਸਾਰੇ ਦਾ ਸਾਰਾ ਦੇਣਾ ਪਊਗਾ ਔਰ ਇਹ ਦਾ ਹੁਣ ਉਹਨਾਂ ਨੇ ਕਾਟਾ ਗਿਆ ਕਿ ਜਿਹੜਾ ਬਿਜਲੀ ਬੋਰਡ ਆ ਇਹ ਬਿਲਕੁਲ ਘਾਟੇ ਵੱਲ ਨੂੰ ਜਾਊਗਾ ਔਰ ਦੇਖੋ ਇਹ ਹੀ ਗੱਲ ਅੱਜ ਪੀ ਆਰਟੀਸੀ ਜਿਹੜੀ 50 ਰੋਡ ਦੀਆਂ ਬੱਸਾਂ ਉਹਦੇ ਚ ਵੀ ਇਹ ਹੀ ਗ ਜਿਹੜੇ ਕੈਜ਼ੂਅਲ ਜਿਹੜੇ ਰੱਖੇ ਸੀ ਉਹਨਾਂ ਨੇ ਸਟ੍ਰਾਈਕ ਕਰ ਦਿੱਤੀ ਵੀ ਸਾਡੀ ਤਨਖਾਹ ਦਿਓ ਕਿਉਂਕਿ ਉਹਦੇ ਵਿੱਚ ਵੀ ਇਹਨਾਂ ਨੇ ਜਦੋਂ ਸੀਗੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ ਕੁਝ ਬੀਬੀਆਂ ਨੂੰ ਉਹਨਾਂ ਨੇ ਫ੍ਰੀ ਆਫ ਕਾਸਟ ਬਗੈਰ ਟਿਕਟ ਤੇ ਸਫ਼ਰ ਦਾ ਦੇ ਦਿੱਤਾ ਸੀ ਉਹਨਾਂ ਨੂੰ ਅਨਾਊਂਸਮੈਂਟ ਕਰਤਾ ਸੀ ਕਿ ਜਾਣ ਗਿਆ ਹੁਣ ਉਹਦਾ ਜਿਹੜਾ ਪੈਸਾ ਸੀਗਾ ਉਹ ਨਹੀਂ ਸੀ ਆ ਰਿਹਾ ਤੇ ਹੁਣ ਉਹਦੀ ਤਨਖਾਹਾਂ ਜਿਹੜੀਆਂ ਘਟ ਗਈਆਂ ਤੇ ਇਹ ਸਰਕਾਰ ਕੋਲ ਪੈਸਾ ਨਹੀਂਗਾ ਤਿੰਨ ਦਿਨ ਤੋਂ ਸਟ੍ਰਾਈਕ ਚੱਲ ਰਹੀ ਹੈ ਇਹਦੇ ਵਿੱਚ ਹੁਣ ਜੇ ਬਿਜਲੀ ਬੋਰਡ ਦਾ ਆ ਗਿਆ ਕੱਲ ਨੂੰ ਮਸਲਾ ਪੈਸਾ ਤਾਂ ਨਹੀਂ ਜਾਣਾ ਇਹ ਚ 52 ਲੱਖ ਦੇ ਕਰੀਬ ਜਿਹੜੇ ਲੋਕ ਆ ਉਹ ਆ ਰਿਹਾ ਇਸ ਸੁਵਲਜ ਜਦੋਂ ਉਹਨਾਂ ਨੂੰ ਇਹ ਫਾਇਦਾ ਹੋ ਜੂਗਾ ਜਿਹੜੇ ਆਲਰੇਡੀ ਦੇ ਰਿਹਾ ਉਹਨਾਂ ਨੇ ਇੱਕ ਕਿਆਫਾ ਲਾਇਆ ਇਹ ਐਨਲਿਸਿਸ ਕੀਤਾ ਕਿ 55 ਲੱਖ ਲੋਕ ਜਿਹੜੇ ਆ ਇਹ 600 ਜੂਨਟ ਦੇ ਵਿੱਚ ਹੀ ਆ ਜਾਣੇ ਇਹਨਾਂ ਨੇ ਉਹ 600 ਜੂਨਟ ਦਾ ਆਪਣਾ ਹਿੱਸਾ ਦੇ ਦੇਣਾ ਵੀ ਇਹਨਾਂ ਦਾ ਬਿੱਲ ਜ਼ੀਰੋ ਆਊਗਾ ਜ਼ੀਰੋ ਦਾ ਮਤਲਬ 1 ਰੁਪਈਆ ਨਹੀਂ ਆਊਗਾ ਜੇ ਇਹਨਾਂ ਦਾ ਜੇ ਆਇਆ ਤਾਂ ਕੋਈ ਮੀਟਰ ਦਾ 2 4 ਸਵਾ ਜੂਨਟ ਨਹੀਂ ਆਊਗਾ ਹੁਣ ਇਹ ਰਿਹਾ ਮਸਲਾ ਹੁਣ ਇਹਨਾਂ ਨੇ ਅੱਗੇ ਕਰ ਦਿੱਤਾ ਵੀ ਆਹ ਦੇਖੋ ਜੇ ਇਹਨਾਂ ਪੈਸਾ ਸਾਡੇ ਕੋਲ ਖਰਚ ਹੋ ਜਾਣਾ ਤੇ ਹੋਣਾ ਹੀ ਇਹ ਤਾਂ ਹਰ ਇੱਕ ਨੂੰ ਪਤਾ ਜਦੋਂ ਤੁਸੇ ਸਹੂਲਤ ਦੋਗੇ ਜਾਂ ਸਬਸਿਡੀ ਦੋਗੇ ਸਬਸਿਡੀ ਹੈ ਜੇ ਦੋਗੇ ਤਾਂ ਫਿਰ ਤੁਹਾਨੂੰ ਖਜ਼ਾਨੇ ਨੂੰ ਤਾਂ ਟਾ ਲੱਗਣੀ ਲੱਗਣੀ ਹੈ ਪੈਸਾ ਪਰ ਇਹਨਾਂ ਨੂੰ ਕਿੱਧਰੋਂ ਆਣਾ ਇੱਕ ਵਿਧਾਇਕ ਪੈਨਸ਼ਨ ਵਾਲਾ ਪੈਸਾ ਆਣਾ ਇਹਨਾਂ ਨੂੰ ਲੋਕਾਂ ਨੂੰ ਵੰਡਿਆ ਜਾਣਾ ਨਹੀਂ ਵੰਡਿਆ ਤਾਂ ਜਾਣਾ ਉਹਨਾਂ ਕੇਜਰੀਫਾਲ ਸਾਹਿਬ ਨੂੰ ਚਾਹੀਦਾ ਹੈ ਨਾ ਉਹ ਉਹਨਾਂ ਨੇ ਪੂਰੀ ਸਕੀਮ ਬਣਾਈ ਹੋਈ ਸੀ ਕਿ ਜਿਹੜੀ ਰੇਤ ਮਾਫੀਆ ਔਰ ਸਾਰੇ ਮਾਫੀਆ ਮੈਂ ਕੰਟਰੋਲ ਕਰਕੇ 20000 ਕਰੋੜ ਰੁਪਈਆ ਮੈਂ ਖਜ਼ਾਨੇ 'ਚ ਲੈ ਕੇ ਆਉਂਗਾ ਉਹਨਾਂ ਜਾਦੂ ਕਰਾਮਤ ਦਿਖਾ ਕੇ 20000 ਕਰੋੜ ਰੁਪਈਆ ਖਜ਼ਾਨੇ 'ਚ ਲੈ ਕੇ ਆਉਣ ਗੱਲਾਂ ਨਾਲ ਕਦੀ ਤਾਂ ਕਿ 1300 ਕਰੋੜ ਦਾ ਕਾਟਾ ਪੂਰਾ ਹੋਵੇ ਗੱਲਾਂ ਨਾਲ ਖੂਨ ਹੀ ਪੂਰੇ ਜਾਂਦੇ ਇਹ ਖੂ ਜੇ ਤਾਂ ਖੂਨ ਪੂਰਨਾ ਤਾਂ ਮਿੱਟੀ ਲੱਭਣੀ ਪਊਗੀ ਬਜਰੀ ਲੱਭਣੀ ਪਊਗੀ ਉਹਦੇ ਚਾ ਟਰੈਕ ਟਰਾਲੀਆਂ ਲੱਗਣਗੇ ਜੇ ਕਹੋਗੇ ਵੀ ਜਦ ਤੂੰ ਆ ਕੇ ਇਹਨਾਂ ਜਾ ਕੇ ਪਰਜੋਜੀ ਖੂਨ ਗੱਲਾਂ ਨਾਲ ਹੈਨਾ ਅਰਦਾਸ ਨੂੰ ਭਰ ਜੇ ਤਾਂ ਜੀ ਕਰਦਨੇ ਅਰਦਾਸ ਭਰ ਜੂ ਕਿ ਗੱਲਾਂ ਨਾਲ ਕੁਝ ਦਿੰਦਾ ਬਿਲਕੁਲ ਸਹੀ ਗੱਲ ਹੈ ਉਹ ਸਾਡੀ ਜਿਹੜੀ ਐਡਵਾਈਸਰੀ ਕਮੇਟੀ ਬਣਾਈ ਹੈ ਪ੍ਰਸ਼ਾਸਨ ਨੂੰ ਚਲਾਉਣ ਵਾਸਤੇ ਰਾਗਵ ਚੱਡਾ ਜੀ ਉਹਦੇ ਚੇਅਰਮੈਨ ਨੇ ਹਾਂ ਠੀਕ ਹੈ ਉਹਨਾਂ ਨੂੰ ਚਾਹੀਦਾ ਕਿ ਲੰਡਨ ਸਕੂਲ ਆਫ ਕਾਮਰਸ ਤੋਂ ਪੜੇ ਹੋਏ ਨੇ ਉਹਨ ਕੋਈ ਫਾਰਮੂਲਾ ਦੇਣ ਪੰਜਾਬ ਸਰਕਾਰ ਨੂੰ ਭਗਵੰਤ ਮਾਨ ਜੀ ਨੂੰ 1300 ਕਰੋੜ ਦਾ ਘਾਟਾ ਪੂਰਾ ਹੋਵੇ ਖਾਣਾ ਜੀ ਜੋ ਲੋਕ ਕਹਿ ਰਹੇ ਜੋ ਜਨਤਾ ਕਹਿ ਰਹੀ ਹੈ ਇਹ ਜਿੱਥੇ ਮਰਜ਼ੀ ਡਿੱਗਣ ਭੱਜਣ ਜੋ ਮਰਜ਼ੀ ਕਰ ਲੋਕਾਂ ਨੂੰ ਪਤਾ ਸਹੂਲਤ ਮਿਲ ਗਈ ਲੋਕ ਖੁਸ਼ ਹੈ ਇਸ ਗੱਲ ਤੇ ਤੁਸੀਂ ਨਹੀਂ ਮੈਂ ਨਹੀਂ ਕਾਮਨ ਮੈਨ ਇਸ ਹੈਪੀ ਪਤਾ ਹੈਗਾ ਕਿਸੇ ਸਰਕਾਰ ਨੇ ਅਕੇ ਇਸਨਾਂ ਦੀ ਗੱਲ ਨਹੀਂ ਕੀਤੀ ਉਦੋਂ ਆਂਦਾ ਸੀ ਕੱਟ ਲੱਗੇ ਯਾਰ ਬਿਜਲੀ ਨਹੀਂ ਆ ਰਹੀ ਜੀ ਕੰਪਨੀਆਂ ਭੱਜ ਗਈਆਂ ਜੀ ਥਰਮਲ ਪਲਾਂਟ ਰੁਕ ਗਿਆ ਜੀ ਇਹ ਜਿਹੜੇ ਆ ਇਹ ਇਹਨਾਂ ਦੇ ਕੰਮ ਹੈ ਇਹਨਾਂ ਨੇ ਸੰਭਾਲਣੇ ਆ ਇਹਨਾਂ ਦੇ ਜਿਹੜੇ ਬੋਰਡ ਨੇ ਸੰਭਾਲ ਲੈ ਲੋਕਾਂ ਨੇ ਕੀ ਕਹਿਣਾਗਾ ਕੋਰਾ ਕਾਗਜ਼ ਜਿੱਦ ਚ ਕੋ ਜਦੋਂ ਬੇਲਾਵੇ ਉੱਤੇ 2 ਰੁਪਏ ਬਣਾਉਣਾ ਇਹ ਉਹਨਾਂ ਦੀ ਖੁਸ਼ੀ ਹੈ ਇਹਨਾਂ ਨੂੰ ਆਂਦਾ ਵੀ ਆਂਦਾ ਵੀ ਲਾਗੇ ਨੇ ਲਾਗ ਲੈਣਾ ਲਾਗੇ ਨੇ ਲਾਗ ਲੈਣਾ ਭਾਵੇਂ ਜਾਂਦੇ ਰੰਡੀ ਹੋ ਜਾਓ ਉਹਨਾਂ ਨੂੰ ਇਹ ਨਹੀਂ ਮਤਲਬ ਉਹਨਾਂ ਨੂੰ ਕਹੇ ਵੀ ਜਦ ਮਰਜ਼ੀ ਹੋ ਜਾਏ ਸਾਨੂੰ ਤਾਂ ਸਹੂਲਤ ਕ ਇਹ ਕਿਹਦੀ ਨਾਲ ਸੌਲਤ ਹੈ ਨਾ ਜਿਹੜਾ ਸਿੱਧੀ ਸਰ ਦੀ ਗੱਲ ਕਹੀ ਜਾਂਦੀ ਹੈ देयर इज नो ਫ੍ਰੀ ਲੰਚ ਹਾਂ ਇਹ ਪੈਸੇ ਕਿ ਤੋ ਹੋਰ ਲਗਾ ਲੈਣੇ ਨੇ ਗਵਰਨਮੈਂਟ ਨੇ ਕੋਈ ਹੋਰ ਚੀਜ਼ਾਂ ਮਹਿੰਗੀਆਂ ਕਰ ਦੇਣੀਆਂ ਨੇ ਉਹ ਸਾਰੇ ਘਾਟੇ ਉੱਥੋਂ ਪੂਰੇ ਕਰਨੇ ਨੇ ਜੇ ਇੱਕ ਪਾਸੇ ਉਹ ਫ੍ਰੀ ਹੋ ਗਿਆ ਨਾ ਦੂਜੇ ਪਾਸਿਓਂ ਮਹਿੰਗਾ ਹੋ ਜਾਏਗਾ ਉਹ ਲੋਕ ਧਰਨਾ ਲਾਉਣਾ ਜਾਣਦੇ ਹੁਣ ਦੇਖੋ ਕਿਨੇ ਧਰਨੇ ਆ ਮੈਂ ਕੋਈ ਨਹੀਂ ਸੋਚਦਾ ਨਾ ਕਿ ਧਰਨੇ ਧਰਨੇ ਆ ਨਾ ਕਈ ਵਾਰ ਜਿਹਨੇ ਧਰਨੇ ਆ ਗਏ ਤੇ ਇਹਨਾਂ ਨੇ ਕਦੋਂ ਕਮਾਈ ਕਦੋਂ ਕਰਦੇ ਦੇਖੋ ਰੋਜ਼ੜੀ ਸੜਕਾਂ ਰੋਜ਼ੜੀ ਰੇਲਾਂ ਰੋਜ਼ੜੀ ਬੱਸਾਂ ਬੰਦ ਮੈਂ ਹੀ ਕਹਿ ਰਿਹਾ ਧਰਨਿਆਂ ਨੇ ਮਾਰ ਲੈਣਾ ਜੇ ਸਾਰੇ ਕੰਮ ਸਹੀ ਤਰੀਕੇ ਨਾਲ ਕਰੋ ਤਾਂ ਕਿਉਂ ਕਿਸਾਨਾਂ ਨੂੰ ਧਰਨੇ ਲਾਉਣੇ ਪੈਣ ਹਾਂ ਕਿਉਂ ਲੋਕਾਂ ਨੂੰ ਸੜਕਾਂ ਦੇ ਉੱਤਰ ਨਾ ਪਵੇ ਸਿੱਧੀ ਤਰ੍ਹਾਂ ਕਰੀ ਜਾਓ ਜਾਂ ਫਿਰ ਨਾ ਕਰੋ ਵਾਅਦੇ ਕਿਹਨੇ ਕੀ ਸੀ ਵਾਅਦੇ ਕਰਦੇ ਵਾਅਦੇ ਵਾਅਦੇ ਕਰਕੇ ਝੂਠੇ ਲਾਵਾ ਦਿੰਦੇ ਝੂਠੇ ਰਿਲੇਟਿਵਲੀ ਲੋਕਾਂ ਨੂੰ ਪਤਾ ਹੈਗਾ ਇਹ ਤਾਂ ਮੈਂ ਨਹੀਂ ਕਹਿੰਦਾ ਸਾਰੇ ਲੋਕਾਂ ਨੇਗੇ ਲੋਕ ਪਹਿਲਾਂ ਤੋਲਦੇ ਗੱਲੋਂ ਫਿਰ ਬੋਲਦੇ ਆ ਉਹਨਾਂ ਨੇ ਵੇਖਦੇ ਜਿਹੜੀ ਪਿਛਲੀ ਸਰਕਾਰਾਂ ਨਾਲ ਤਾਂ ਡੱਕਾ ਨਹੀਂ ਦਿੱਤਾ ਇਹ ਬਿਨਾਂ ਬੋ ਲੌੜਾ ਪਾਇਆ ਤਾਂ ਕੁਝ ਨਾ ਕੁਝ ਮਿਲ ਗਿਆ ਨਾ ਆ ਜਿਹੜੀ ਚੀਜ਼ ਮਿਲ ਗਈ ਇਹਨਾਂ ਲੋਕਾਂ ਨੂੰ ਮੇਰਾ ਖਿਆਲ ਹੈ ਬੁਰੀ ਨਹੀਂ ਆਪਾਂ ਤਾਂ ਗੱਲ ਕਰ ਰਹੇ ਆਂ ਬਜਟ ਦੀ ਇਹ ਪੜਿਆ ਲੇਖਨ ਨੂੰ ਬਜਟ ਦਾ ਪਤਾ ਜਿਹੜਾ ਕਾਮਨ ਮੈਨ ਜਿਹੜਾ ਵਿਚਾਰਾ ਦਿਹਾੜੀ ਦਾ ਉਹਨੂੰ ਉਹਨੂੰ ਨੂੰ ਪਤਾ ਦੇਖੋ ਤੁਸੀਂ ਇੱਕ ਗੱਲ ਕੀਤੀ ਹੈ ਨਾ ਪਹਿਲਾਂ ਤੋਲਦੇ ਬੋਲਦੇ ਇਹ ਤੋਲਦੇ ਬੋਲਦੇ ਵਾਲੀ ਗੱਲ ਹੀ ਨਹੀਂ ਹੈਗੀ ਇਹ ਪਹਿਲਾਂ ਬੋਲਦੇ ਨੇ ਫਿਰ ਤੋਲਦੇ ਨੇ ਆਏ ਯਾਰ ਇਹ ਤੇ ਗਲਤੀ ਕਰ ਬੈਠੇ ਹੁਣ ਤੇ ਕਹਿ ਬੈਠੇ ਹੁਣ ਕੀ ਕਰੂ ਹੁਣ ਤਾਂ ਜੀ ਗੱਲ ਪੂਰੀ ਕਰਨੀ ਪਊ ਹੁਣ ਕੀ ਕਰਨ ਦੀ ਵਾਲੀ ਗੱਲ ਹੋ ਗਈ ਪਹਿਲਾਂ ਕਿਹਾ ਕਿਉਂ ਪਹਿਲਾਂ ਕਿਉਂ ਨਹੀਂ ਤੋਲਿਆ ਸੋ ਬਿਫੋਰ ਯੂ ਸਪੀਕ ਉੱਥੇ ਸੈਂਟਰ ਗਵਰਨਮੈਂਟ ਨੇ ਕਹਤਾ ਵੀ ਜਿਹੜੇ ਪੈਸਾ ਦੇ ਰਿਹਾ ਵਾਦਾ ਕਰ ਰਿਹਾ ਉਹ ਕਰ ਰਿਹਾ ਉਹ ਗਲਤ ਉਹ ਨਹੀਂ ਕਰਨਾ ਚਾਹੀਦਾ ਰੇੜੀ ਪ੍ਰਸ਼ਾਦ ਜਿਹੜਾ ਨਹੀਂ ਦੇਣਾ ਚਾਹੀਦਾ ਪਰ ਦੇਖੋ ਇਹਨਾਂ ਨੂੰ ਤਾਂ ਦੇਣਾ ਪੈਣਾ ਕਿਉਂਕਿ ਇਹਨਾਂ ਨੇ ਤਾਂ ਪਹਿਲਵੀਂ ਸੀਟਾਂ ਲੈ ਲਈਆਂ ਕੁਝ ਨਾ ਕੁਝ ਤਾਂ ਲੋਕਾਂ ਦੀ ਝੋਲੀ 'ਚ ਪਾਉਣਾ ਪਊਗਾ ਸੋ ਹੁਣ ਆਪਾਂ ਖੁਸ਼ੀਆਂ ਪਾਉਣੀਆਂ ਝੋਲੀ ਦੇ ਵਿੱਚ ਆਨੰਦ ਪਾਉਣੀਆਂ ਝੋਲੀ ਦੇ ਵਿੱਚ ਮੈਂ ਵੀ ਚਾਹੁੰਦਾ ਕਿ ਚੈਨ ਦੀਆਂ ਗੱਲਾਂ ਕਰੀਏ ਬਥੇਰਾ ਪੋਲਿਟਿਕਸ ਪੋਲਿਟਿਕਸ ਖੇਡ ਲਿਆ ਆਪਾਂ ਆਪਾਂ ਗੱਲ ਕਰਦੇ ਆਂ ਤੀਆਂ ਦੀ ਹੈਲਥ ਗਰੋਵ ਅਮਰੀਕਾ ਦੇ ਵਿੱਚ ਤੀਆਂ ਆਾ ਖੂਬ ਖੇਡੀਆਂ ਖੂਬ ਮਜ਼ਾ ਸਾਰੇ ਲੋਕ ਇੰਜੋਏ ਕਰਦੇ ਨੇ ਖੂਬ ਖਾਣਾ ਪੀਣਾ ਗੋਰਿਆਂ ਨੇ ਵੀ ਇੰਜੋਏ ਕੀਤੀਆਂ ਨੇ ਤੀਆਂ ਵਾਹ ਵਾਹ ਇਹ ਦੇਖੋ ਕਿੰਨੀ ਵੱਡੀ ਗੱਲ ਆ ਕਿ ਜਿਹੜਾ ਪੰਜਾਬ ਦਾ ਸਭਿਆਚਾਰ ਹੈ ਪੰਜਾਬ ਦਾ ਜਿਹੜਾ ਵਿਰਸਾ ਵਾ ਉਹਨੂੰ ਸੰਭਾਲ ਕੇ ਪੰਜਾਬ ਦੀ ਧਰਤੀ ਤੋਂ ਨਿਊਯਾਰਕ ਔਰ ਦੇਖੋ ਅਮਰੀਕਾ ਇਹ ਅਲਕ ਘਰ ਜਿਹੜਾ ਇੱਕ ਪਾਰਕ ਆ ਦੇ ਵਿੱਚ ਤੀਆਂ ਦਾ ਜਿਹੜਾ ਗਿੱਧਾ ਪਿਆ ਔਰ ਉਹਦੇ ਵਿੱਚ ਧਮਕ ਗਿੱਧੇ ਦੀ ਆਈ ਹੈ ਨਾ ਉਹ ਚ ਝਾਂਜਰੀ ਦੀ ਛਣਕਾਟ ਆਈ ਔਰ ਉਹਦੇ ਤੇ ਦੇਖੋ ਜਿਹੜੇ ਅੰਗਰੇਜ਼ ਆ ਉਹ ਵੀ ਇਤੋਂ ਬੜੇ ਮਤਾਸਰ ਹੋਏ ਬੜੇ ਖੁਸ਼ ਹੋਏ ਔਰ ਕਿੱਜੇ ਗਤਿਆਂ ਵੱਲੋਂ ਔਰ ਉੱਤੇ ਦੇਖੋ ਜਿਹੜੀ ਜਾਂਦੇ ਸਟੇਜ ਲੱਗੀ ਆ ਚ ਉਹਦੇ ਵਿੱਚ ਚਰਖੇ ਆ ਉਹਦੇ ਵਿੱਚ ਜਿਹੜੀ ਆ ਨਾਲ ਤੁਹਾਡੇ ਸਾਜਾ ਹੈ ਨਾ ਉਹਦੇ ਵਿੱਚ ਜਾਨਾ ਚਰਖੇ ਦੇ ਨਾਲ ਜਿਹੜੀਆਂ ਜਿਹੜੀਆਂ ਚੱਕੀਆਂ ਔਰ ਜੋ ਪੰਜਾਬ ਦੇ ਕਲਚਰ ਨਾਲ ਜੁੜਦੀਆਂ ਚੀਜ਼ਾਂ ਜਿਹੜੀਆਂ ਉੱਥੇ ਰੱਖੀਆਂ ਗਈਆਂ ਔਰ ਉਹਦੇ ਨਾਲ ਲੱਗਿਆ ਕਿ ਪੰਜਾਬ ਫਿਰ ਸਰਜੀਤ ਹੋ ਕੇ ਅਮਰੀਕਾ ਦੀ ਧਰਤੀ ਤੇ ਆ ਕੇ ਬੈਠ ਗਿਆ ਔਰ ਉਹਦੇ ਚ ਜਦੋਂ ਸਟੇਜ ਲੱਗੀ ਆ ਚ ਬੋਲੀਆਂ ਟੱਪੇ ਮਾਈਆ ਹੈ ਨਾ ਹੀਰ ਉਹਦੇ ਚ ਬੜਾ ਕੁਝ ਗਾਇਆ ਗਿਆ ਔਰ ਉਹਦੇ ਚ ਜਿਹੜੇ ਬੋਲੀਆਂ ਪਾਈਆਂ ਕੁੜੀਆਂ ਨੇ ਉਹ ਵੀ ਬੜੀਆਂ ਰਿਦਮ ਚ ਸੁਣਿਆ ਗਿਆ ਔਰ ਉਹਦੇ ਚ ਵੀਡੀਓ ਵੀ ਜ਼ਾਰ ਹੋਈ ਹੈ ਗਈ ਆ ਵਾਇਰਲ ਹੋਈ ਆ ਔਰ ਇਹਦੇ ਦੇਖੋ ਜਿਹੜੇ ਪੰਜਾਬ ਮੇਲ ਯੂਐਸਸੀਟੀਵੀ ਚੈਨਲ ਦੇ ਸੀਓ ਨੇ ਹੈਨਾ ਗੁਰਜਤਿੰਦਰ ਰੰਦਾਵਾਜੀ ਉਹ ਖਾਸ ਤੌਰ ਤੇ ਦੇ ਕਮਿਸ਼ਨਰ ਸੀਗੇ ਉਹਨਾਂ ਨੇ ਆਰਗੇਨਾਈਜ਼ ਕੀਤਾ ਔਰ ਉਹਨਾਂ ਨੇ ਐਸੀਆਂ ਟੋਲੀਆਂ ਬਣਾਈਆਂ ਐਸੇ ਲੋਕ ਆਏ ਇੱਕ ਤਕਰੀਦੋ ਫਰਕਤ ਵੀ ਹੋਈ ਸਟਾਲ ਵੀ ਲੱਗੇ ਪਰ ਇੱਕ ਗੱਲ ਉਹਨਾਂ ਨੇ ਇਹ ਵਧੀਆ ਕੀਤੀ ਕਿ ਕੁੜੀਆਂ ਉਹਦੇ ਵਿੱਚ ਮਟਿਆਰਾਂ ਉਹਦੇ ਵਿੱਚ ਬਜ਼ੁਰਗ ਉਹਦੇ ਵਿੱਚ ਬੱਚੇ ਉਹ ਨੱਚੇ ਆਗੇ ਉਹਦੇ ਵਿੱਚ ਕੋਈ ਮੁੰਡਾ ਨਹੀਂ ਜਿਸ ਤਰ੍ਹਾਂ ਪੰਜਾਬ ਦੇ ਕਲਚਰ ਦੀ ਪਰੰਪਰਾ ਵਾ ਇਹਨੂੰ ਅੱਛੇ ਤਰ੍ਹਾਂ ਉਹਨਾਂ ਮੁੜ ਕੇ ਉੱਥੇ ਦੁਬਾਰਾ ਸਰਜੀਤ ਕੀਤਾ ਇਸੇ ਕਰਕੇ ਅੰਗਰੇਜ਼ਾਂ ਨੇ ਵੇਖਿਆ ਕਿ ਦੇਖੋ ਕੈਸੀ ਗੱਲ ਹੈ ਉਚਮੇਰ ਵੀ ਆਇਆ ਡਿਪਟੀ ਮੇਰ ਵੀ ਆਇਆ ਉਹਦੇ ਵਿੱਚ ਬਹੁਤ ਕਮਿਸ਼ਨਰ ਬਾਕੀ ਲੋਕ ਵੀ ਆਏ ਔਰ ਇਹ ਦੇਖੋ ਐਸਾ ਤੁਮ ਤੜਕਾ ਐਸਾ ਨਾਚ ਐਸਾ ਜਿਹੜਾ ਰਿਦਮ ਉੱਥੇ ਵੇਖਣ ਚ ਆਇਆ ਕਿਉਂਕਿ ਪੰਜਾਬ ਦੇ ਕਲਚਰ ਚ ਨਾ ਬੜਾ ਰੰਗ ਰੰਗੀਲਾ ਬੜਾ ਰੰਗ ਆ ਔਰ ਇਹਦੇ ਵਿੱਚ ਬੜਾ ਲੋਕਾਂ ਨੂੰ ਇੰਟਰਸਟ ਬਣ ਜਾਂਦਾ ਬੜੀ ਦਿਲਚਸਪੀ ਆ ਜਾਂਦੀ ਹੈ ਜਦੋਂ ਢੋਲ ਵੱਜਦਾ ਜਦੋਂ ਕਿੱਦਾ ਪੈਂਦਾ ਤੁਹਾਡਾ ਆਪ ਜੀ ਕਰਦਾ ਨਾ ਤੁਸੀਂ ਮੈਨੂੰ ਇਹ ਦੱਸੋ ਤੁਸੀਂ ਹੋ ਕੇ ਆਏ ਹੋ ਜੀ ਮੈਂ ਹੋ ਕੇ ਨਹੀਂ ਆ ਮੈਂ ਖੁਦ ਦੇਖੀਆ ਪਿੰਡਾਂ ਚ ਆਪਣੇ ਮੈਂ ਗਿਰਾਸ ਹੋਣ ਲੱਗਾ ਸੀ ਮੈਨੂੰ ਕਿਨੇ ਨਾਲ ਲੈ ਕੇ ਗਏ ਮੈਂ ਵੀ ਦੇਖ ਆਉਂਦਾ ਮੈਂ ਪੜਿਆ ਅੱਜ ਇੱਕ ਲੋਕਲ ਜਿਹੜੀ ਆ ਅਖਬਾਰ ਉਹਦੇ ਵਿੱਚ ਬਕਾਇਦਾ ਫੋਟੋ ਉਹਨਾਂ ਦੀ ਉਹ ਜੋ ਆਨਰ ਕਰ ਰਹੇ ਆ ਮੈਂ ਦੇਖਿਆ ਉਹਦੇ ਚ ਗੁਰਜਤਿੰਦਰ ਰੰਧਾਵਾ ਜੀ ਖੁਦ ਆਨਰ ਕਰ ਰਹੇ ਆ ਮੇਰ ਨੂੰ ਔਰ ਇਹਦੇ ਵਿੱਚ ਜਿਹੜੀਆਂ ਕੁੜੀਆਂ ਅਵਲ ਰਹੀਆਂ ਜਿਨ੍ਹਾਂ ਨੇ ਉੱਤੇ ਨੱਚੀਆਂ ਗਾਈਆਂ ਉਹਨਾਂ ਨੂੰ ਔਰ ਇਹ ਬੜੀ ਵੱਡੀ ਗੱਲ ਮੈਂ ਇਹ ਸੋਚਦਾ ਗੋਰੇ ਵੀ ਆਏ ਗੋਰੀਆਂ ਵੀ ਆਈਆਂ ਇਹ ਗੋਰੇ ਗੋਰੀਆ ਕਿਵੇਂ ਨੱਚਦੇ ਹੋਣਗੇ ਭੰਗੜਾ ਪਾਉਣਾ ਹੁੰਦਾ ਉਹਨਾਂ ਨੂੰ ਤੁਸੀਂ ਵੇਖੋ ਸੀ ਕਿਤੇ ਵੀਡੀਓ ਆ ਕੇ ਗੋਰੇ ਇੰਨਾ ਸੋਹਣਾ ਨੱਚਦੇ ਆ ਨਾ ਇਹ ਮੇਰੇ ਤਾਂ ਤਾਲ ਤੁਹਾਡਾ ਪੈਰਾ ਪੇਟਦਾ ਅੱਡੀ ਅੱਡੀ ਆ ਪੇਟਦੀ ਏ ਤੁਹਾਡਾ ਪੰਜਾਬੀ 뮤직 ਇਦਾਂ ਦਾ ਹੈ 뮤직 ਇਦਾਂ ਦਾ ਇਹਨੂੰ ਫਾਲੋ ਕਰ ਲੈਂਦੇ ਸਾਰੇ ਔਰ ਇਹਦੀ ਸਪੀਡ ਵੀ ਜ਼ਿਆਦਾ ਹੈ ਤੇਜ ਵੀ ਆ ਥੋੜਾ ਜਿਹਾ ਕਈ ਲੋਕ ਕਹਿੰਦੇ ਨੇ ਕਿ ਸਾਡੇ 뮤זיਕ ਦੇ ਨਾ ਵਿਦੇਸ਼ੀ ਲੋਕ ਕਹਿੰਦੇ ਨੇ ਬੜੇ ਸੋਹਣੇ ਪੈਰ ਫਿਲਕਦੇ ਨੇ ਪੈਰ ਉਠਾਉਂਦੇ ਆ ਹਾਂ ਤੇ ਅਸੀਂ ਕਹਿੰਦੇ ਆ ਸਾਡੇ ਮਿਊਜ਼ਿਕ ਤੇ ਨਾ ਪੈਰ ਵੀ ਥਿਰਕਦੇ ਨੇ ਤੇ ਸਿਰ ਵੀ ਘੁੰਮਦਾ ਸਿਰ ਵੀ ਥਿਰਕਦਾ ਪੂਰੀ ਬਾਡੀ ਥਿਰਕਦੀ ਹੈ ਨੱਚਾਂ ਮੈਂ ਨਿਹੜਾਨੇ ਤੇ ਮੇਰੀ ਧਮਕ ਜਲੰਦਰ ਪੈਂਦੀ ਲਜਾਣ ਦੇ ਜਿਦਾ ਕਿੰਨਾ ਧਮਕ ਅਮਰੀਕਾ ਤੱਕ ਪੈਣ ਲੱਗ ਪਈ ਹੈ ਦੇਖ ਲਓ ਅਮਰੀਕਾ ਤੱਕ ਪਹੁੰਚ ਕੀ ਗੱਲ ਉਹ ਗੱਲ ਹੈ ਮੈਂ ਬਸੇ ਸੋਚਦਾ ਹੁੰਨਾ ਕਿ ਇਦਾਂ ਦਾ ਮਾਹੌਲ ਬਣਾਈਏ ਜਿੱਥੇ ਗੋਰੀਆਂ ਬੈ ਕੇ ਨਾ ਮਾਲਪੂਏ ਬਣਾਉਣ ਖੀਰ ਬਣਾਉਣ ਪਕੌੜੇ ਬਣਾਉਣ ਸਾਰਾ ਕੁਝ ਜੋ ਕਿ ਪੰਜਾਬ ਦਾ ਹੈ ਗੋਰੀਆਂ ਕਿੱਦਾਂ ਦੀਆਂ ਲੱਗਣਗੀਆਂ ਮਾਲਪੂਏ ਬਣਾਉਂਦੀਆਂ ਉਹ ਤਾਂ ਮਾਲਪੂੜਿਆ ਜਿਹੜੇ ਆਪਣਾ ਜਲੇਬੀ ਖਾਂਦੇ ਆ ਪਰ ਉਹਨੂੰ ਕਿਵੇਂ ਉਹਦੇ ਜਦੋਂ ਕੱਢਦੇ ਕਿਦਾਂਗੇ ਫਿਰ ਉਹਦੇ ਇਹਦੇ ਵਿੱਚ ਉਹ ਦੇਖਦੇ ਪਏ ਇਹਦੇ ਵਿੱਚ ਸਾਰਾ ਕੁਝ ਮਟੀਰੀਅਲ ਉਹ ਕਿਦਾਂ ਪੈ ਗਿਆ ਰੱਬਾ ਖਾਣੇ ਆ ਔਰ ਆਪਣੇ ਖਾਣੇ ਬੜੇ ਅਜੀਬ ਆ ਕਹਿੰਦੇ ਕਿ ਇੱਕ ਵਾਰ ਜਿਹੜੀ ਇੱਕ ਵਾਰੀ ਨਾ ਕਹਿੰਦੇ ਕਿ ਇੱਕ ਅੰਗਰੇਜ਼ ਨੇ ਖਾਦੇ ਆਲੂਆਂ ਦੇ ਪਕੌੜੇ ਹੂੰ ਉਹ ਸੋਚਣ ਪੈ ਗਿਆ ਕਿ ਉੱਤੇ ਕਵਰ ਚੜਿਆ ਹੋਇਆ ਹੈ ਕਿਤੇ ਕੋਈ ਸਟਿਚਿੰਗ ਨਹੀਂ ਹੋਈ ਹੋਈ ਇਹ ਆਲੂਏ ਦੇ ਵਿੱਚ ਕਿਵੇਂ ਚਲਾ ਗਿਆ ਪੁੱਛਣ ਬਹਿ ਗਿਆ ਕਹਿੰਦੇ ਇਹ ਤਾਂ ਪੀ ਐਚ ਡੀ ਕਰਨੀ ਪੈਗੀ ਰਿਸਰਚ ਕਰਨੀ ਪੈਗੀ ਕਿਦਾਂ ਦਾ ਕਿਦਾਂ ਖਾਣਾ ਬਣਦਾ ਵਾਕੇ ਔਰ ਖਾਸ ਤੌਰ ਤੇ ਤੁਸੀਂ ਦੇਖੋਗੇ ਨਾ ਜਲੰਧਰ ਚ ਤਾਂ ਉਹਨਾ ਹੈ ਨੀ ਜਿਹਨਾਂ ਅੰਮ੍ਰਿਤਸਰ ਚ ਜਿਹੜੇ ਕਾਰੀਗਰ ਹਨ ਜਿਹੜੇ ਪਾਕਿਸਤਾਨ ਚੋਂ ਜਿਹੜੇ ਪਾਰਟੀਸ਼ਨ ਤੇ ਆਇਆ ਅੰਮ੍ਰਿਤਸਰ ਦਾ ਖਾਣਾ ਉਥੋਂ ਦੇ ਜਿਹੜੇ ਜਿਹੜੀਆਂ ਦੂਜੀਆਂ ਚੀਜ਼ਾਂ ਖਾਣ ਵਾਲੀਆਂ ਪਨੀਰ ਦੇ ਪਕੌੜੇ ਔਰ ਉਹਦੇ ਤੇ ਨਾਨ ਵਾਹ ਜੀ ਵਾਹ ਔਰ ਤਾਪੜ ਜਿਹੜੇ ਅੰਮ੍ਰਿਤਸਰ ਦੇ ਇਹਦਾ ਖਾਣਾ ਤੇ ਲਾਹੌਰ ਦਾ ਖਾਣਾ ਇੱਕੋ ਜਿਹਾ ਲੱਗੂਗਾ ਔਰ ਉਹਨਾਂ ਸਵਾਦ ਹੋਊਗਾ ਉਹਨਾਂ ਲਜਤ ਹੋਊਗੀ ਕਿਉਂਕਿ ਉਹ ਕਾਰੀਗਰ ਇੱਥੇ ਬੈਠੇ ਐ ਇਹ ਕਾਰੀਗਰ ਉੱਥੇ ਗਏ ਜਦੋਂ ਪਾਰਟੀਸ਼ਨ ਹੋਈਏ ਕਿਉਂਕਿ ਅੱਜ ਦਾ ਜਿਹੜਾ ਦਿਵਸ ਹੈ ਆਜ਼ਾਦੀ ਦਾ ਦਿਵਸ ਤਦ ਕਰਕੇ ਸਿਹ ਦਰਸ਼ਕਾਂ ਨਾਲ ਇਹ ਗੱਲ ਸਾਂਝੀ ਕਰਦੇ ਆਂ ਕਿ ਅੰਮ੍ਰਿਤਸਰ ਦਾ ਖਾਣਾ ਤੇ ਲਾਹੌਰ ਦਾ ਖਾਣਾ ਇੱਕ ਹੋਊਗਾ ਬੋਲੀ ਕੋ ਹੋਗੀ ਇੱਕੋ ਗਿੱਦਾ ਭੰਗੜਾ ਹੋਊਗਾ ਇੱਕੋ ਬੋਲੀਆਂ ਹੋਣਗੀਆਂ ਤੇ ਇੱਕੋ ਵਾਰਿਸ ਦੀ ਹੀਰ ਹੋਊਗੀ ਜਿਹੜੇ ਲੋਕ ਗਾਉਂਦੇ ਤੇ ਉਹ ਅੱਜ ਅਮਰੀਕਾ ਦੀ ਧਰਤੀ ਤੇ ਵੀ ਹੈ ਔਰ ਤੁਸੀਂ ਇੰਨਾ ਖਾਣ ਪੀਣਦੇ ਆ ਜਿਹੜੀਆਂ ਚੀਜ਼ਾਂ ਨੇ ਨਾ ਇੰਨੀਆਂ ਗਣਵਾ ਦਿੱਤੀਆਂ ਕਿ ਸਾਨੂੰ ਲੱਗਦਾ ਕਿ ਸਾਡੇ ਦਰਸ਼ਕਾਂ ਨੂੰ ਭੁੱਖ ਲੱਗ ਗਈ ਹੋਣੀ ਹੈ ਇੰਨੀਆਂ ਗੱਲਾਂ ਤੁਸੀਂ ਦੱਸਿਆ ਨੇ ਔਰ ਇੱਕ ਚੀਜ਼ ਮੈਂ ਤੁਹਾਨੂੰ ਪੁੱਛਣਾ ਚਾਹਣਾ ਇਸ ਨੋਟ ਦੇ ਉੱਤੇ ਆਪਾਂ ਪ੍ਰੋਗਰਾਮ ਖਤਮ ਕਰਾਂਗੇ ਹਰ ਚੀਜ਼ ਅੰਗਰੇਜ਼ੀ 스ਨੈਕਸ ਹਾਂ ਪਕੌੜੇ ਵੀ 스ਨੈਕਸ ਹੈਨਾ ਜਲੇਬੀ 스ਵੀਡਿਸ਼ ਪਰ ਜਲੇਬੀ ਦੀ ਇੱਕ ਪ੍ਰੋਪਰ ਇੰਗਲਿਸ਼ ਵੀ ਹੁੰਦੀ ਹੈ ਉਹ ਤੁਹਾਨੂੰ ਪਤਾ ਤੁਸੀਂ ਦੱਸੋ ਕੀ ਹੈ ਉਹ ਤੁਸੀਂ ਦੱਸਿਆ ਸੀ ਨਾ ਇਦਾਂ ਬਣਾਉਂਦੇ ਨੇ ਅਸੀਂ ਰਾਉਂਡ 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 ਸਟਾਪ ਰਾਉਂਡ 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 ਸਟਾਪ ਰਾਉਂਡ 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 ਸਟਾਪ ਇਹ ਅੰਗਰੇਜ਼ੀ ਹੈ ਅੰਗਰੇਜ਼ੀ ਖੈਰ ਚਲਦੇ ਹੁਣ ਆਪਾਂ ਆਪਣੇ ਦਰਸ਼ਕਾਂ ਨੂੰ ਕਹਿੰਦੇ ਆ ਕਿ ਬਹੁਤ ਬਹੁਤ ਮੁਬਾਰਕਬਾਦ ਤੁਹਾਨੂੰ ਇਦਾਂ ਹੀ ਖੁਸ਼ੀਆਂ ਖੇੜੇ ਮੰਨਦੇ ਰਹੋ ਤੇ ਆਪਣੇ ਵਿਚਾਰ ਸਾਨੂੰ ਇਨਬਾਕਸ ਕਰਦੇ ਰਹੋ ਤੇ ਸਾਡਾ ਚੈਨਲ ਪੰਜਾਬ ਮੇਲ ਯੂ ਐਸ ਏ ਟੀਵੀ ਸਬਸਕ੍ਰਾਈਬ ਕਰੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ